ਜਾਣੀ ਹੁਣ ਲੋਕ ਖਿਡਾਰੀ ਖਿਡਾਰੀ ਕਹੀ ਜਾਂਦੇ ਆ ਖਿਡਾਰੀ ਬਣਨ ਨੂੰ ਗੱਲ ਵੀ ਕੁਛ ਨਹੀਂ ਵੱਡੀ ਵੀ ਬਹੁਤ ਆ ਗੱਲ ਠੀਕ ਹੈ ਜੀ ਕੱਲੀ ਫੜਕੜੀ ਨਾਲ ਕਬੂਤਰ ਡਾਉਂਦਾ ਰਿਹਾ ਜੀ ਕਿਸੇ ਨੇ ਨਹੀਂ ਮੰਨਣਾ ਹੁਣ ਹੁਣ ਜੇ ਕੋਈ ਇੰਟਰਵਿਊ ਵੀ ਸੁਣਨਗੇ ਉਹ ਵੀ ਕਹਿਣਗੇ ਕਿਵੇਂ ਉੱਡ ਗਏ ਮੈਂ ਜਿਹਨੂੰ ਮਰਜ਼ੀ ਦੱਸੀ ਜਾਵਾਂ ਜੇ ਉਹ ਬੰਦੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਖਿਡਾਰੀ ਨਹੀਂ ਬਣ ਸਕਦਾ ਸਹੀ ਹੈ ਫਿਰ ਖਿਡਾਰੀ ਬਣਨ ਦਾ ਹੋਰ ਨੁਕਤਾ ਵਾ ਜਿੱਦੇ ਤੁਹਾਡਾ ਕਬੂਤਰ ਬਹਿ ਕੇ ਹਾਰ ਗਿਆ ਉਹਨੂੰ ਤੁਸੀਂ ਦੇਖਣਾ ਵੀ ਕੀ ਕਮੀ ਨਾ ਰਹੀ ਜਿਹੜਾ ਬੰਦਾ ਉਹਦੀ ਕਮੀ ਲੱਭਣ ਲੱਗਾ ਉਹ ਖਿਡਾਰੀ ਬਣ ਗਿਆ ਜਿੰਨਾ ਚਿਰ ਉਹਦੀ ਕਮੀ ਨਹੀਂ ਲੱਭਦੀ ਉਹਨਾਂ ਚਿਰ ਉਹ ਖਿਡਾਰੀ ਨਹੀਂ ਬਣਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਮਾਲਵਾ ਬੈਲਟ ਮੈਂ ਤੁਹਾਡਾ ਆਪਣਾ ਸੁਖਦੀਪ ਰਾਜਗੜ੍ਹ ਸਭ ਤੋਂ ਪਹਿਲਾਂ ਆਪਾਂ ਧੰਨਵਾਦ ਕਰ ਲਈਏ ਵੀਰ ਅਮਨ ਕੈਨੇਡਾ ਦਾ ਜਿਨ੍ਹਾਂ ਦੀ ਬਦੌਲਤ ਅੱਜ ਦੀ ਆਪਾਂ ਇੰਟਰਵਿਊ ਕਰਨ ਜਾ ਰਹੇ ਹਾਂ ਅੱਜ ਦੀ ਇੰਟਰਵਿਊ ਹੈ ਜੀ ਬਿੱਲੂ ਕਾਲਖ ਦੀ ਜੋ ਕਿ ਆਪਣੀ ਕਬੂਤਰਬਾਜ਼ੀ ਦੇ ਵਿੱਚ ਬਹੁਤ ਹੀ ਮਸ਼ਹੂਰ ਕਬੂਤਰਬਾਜ਼ ਹੋ ਚੁੱਕੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਉਹਨਾਂ ਦੇ ਕਿੰਨੇ ਚੇਲੇ ਨੇ ਅਤੇ ਕਿਹਨੂੰ ਉਹਨਾਂ ਨੇ ਉਸਤਾਦ ਧਾਰਨ ਕੀਤਾ ਅਤੇ ਉਹਨਾਂ ਦੇ ਪਿੰਡੋਂ ਹੀ ਵੱਡੀਆਂ ਬਾਜ਼ੀਆਂ ਤੁਰੀਆਂ ਹਨ ਜਿਵੇਂ ਕਿ ਮੋਟਰਸਾਈਕਲ ਟਰੈਕਟਰ ਦੀਆਂ ਬਾਜ਼ੀਆਂ ਇਹ ਅੱਜ ਕੱਲ੍ਹ ਚੱਲ ਰਹੀਆਂ ਨੇ ਅਤੇ ਸਭ ਤੋਂ ਪਹਿਲਾਂ ਉਹਨਾਂ ਦੇ ਪਿੰਡ ਹੀ ਇਹ ਬਾਜ਼ੀਆਂ ਦੀ ਰੀਤ ਤੁਰੀ ਸੀ ਅਤੇ ਗੱਲ ਕਰਦੇ ਹਾਂ ਬਾਈ ਬਿੱਲੂ ਨਾਲ ਲੈ ਚੱਲਦੇ ਸਿੱਧਾ ਤੁਹਾਨੂੰ ਉਹਨਾਂ ਦੇ ਘਰ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਪਹੁੰਚ ਚੁੱਕੇ ਹਾਂ ਜੀ ਆਪਾਂ ਬਿੱਲੂ ਕਾਲਖ ਦੇ ਘਰ ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਵਾਗਤ ਹੈ ਜੀ ਤੁਹਾਡਾ ਸਾਡੇ ਮਾਲਵਾ ਬੈਲਟ ਚੈਨਲ 'ਤੇ ਅਤੇ ਬਾਈ ਜੀ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਆਪਣੇ ਜਿਹੜੇ ਆਪਣੇ ਵੀਰ ਇੱਥੇ ਸਰੋਤੇ ਆਏ ਹੋਏ ਆ ਉਹਨਾਂ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਾਂ ਵੀ ਇਹ ਕੌਣ ਕੌਣ ਨੇ ਅਤੇ ਕਿੱਥੋਂ ਆਏ ਇਹ ਤਾਂ ਮੇਰੀ ਮਾਸੀ ਦੇ ਮੁੰਡੇ ਦਾ ਭਤੀਜਾ ਨੀਲੇ ਦਾ ਦੇਣ ਤੋਂ ਠੀਕ ਹੈ ਜੀ ਇਹ ਨੀਲੇ ਦਾ ਭਤੀਜਾ ਦੇਣ ਤੋਂ ਮੇਰੇ ਨੀਲਾ ਗੁਜ਼ਰ ਗਿਆ ਵਿਚਾਰਾ ਅਫਸੋਸ ਆ ਸਾਨੂੰ ਮੇਰੀ ਮਾਸੀ ਦਾ ਪੁੱਤ ਸੀ ਵਧੀਆ ਖਿਡਾਰੀ ਸੀ ਠੀਕ ਹੈ ਜੀ ਅਤੇ ਉਹਨਾਂ ਦਾ ਭਤੀਜਾ ਇਹ ਮੇਰਾ ਦੋਸਤ ਆ ਅਮਰੀ ਠੀਕ ਹੈ ਬਰੁੰਦੀ ਤੋਂ ਇਹ ਮੇਰਾ ਦੋਸਤ ਆ ਮੰਡਿਆਣੀ ਤੋਂ ਠੀਕ ਹੈ ਜੀ ਇਹ ਮੇਰਾ ਦੋਸਤ ਆ ਦੇਵ ਰਾਜਗੜ੍ਹ ਤੋਂ ਠੀਕ ਹੈ ਜੀ ਇੱਧਰੇ ਸਾਡੀ ਰਿਸ਼ਤੇਦਾਰੀ ਵੀ ਆ ਭਾਈਆਂ ਵਾਲੀ ਵੀ ਗੱਲ ਆ ਕਾਕਾ ਦੇਣ ਤੋਂ ਗੁਰਪ੍ਰੀਤ ਕਾਕਾ ਇਹ ਗਾਹਾਂ ਬਾਈ ਭੋਲਾ ਫੱਲੇਵਾਲ ਤੋਂ ਠੀਕ ਹੈ ਜੀ ਗਾਹਾਂ ਗਿੰਦਰ ਬਾਈ ਸਾਡੇ ਪਿੰਡੋਂ ਹੀ ਆ ਇਹ ਠੀਕ ਹੈ ਜੀ ਅਤੇ ਇਹ ਗਾਹਾਂ ਮਤਲਬ ਸਾਡੇ ਪਿੰਡ ਦੇ ਆ ਪਿੱਛੇ ਮੁੰਡੇ ਜਿਹੜੇ ਹੁਣ ਬਾਜੀ ਛਡਾ ਰਹੇ ਨੇ ਠੀਕ ਹੈ ਇਸ ਟਾਈਮ ਠੀਕ ਹੈ ਜੀ ਅਤੇ ਬਾਈ ਜੀ ਆਪਾਂ ਗੱਲਬਾਤ ਕਰੀਏ ਵੀ ਤੁਹਾਨੂੰ ਕਬੂਤਰਬਾਜ਼ੀ ਦੇ ਵਿੱਚ ਕਿੰਨਾ ਕੁ ਟਾਈਮ ਹੋ ਗਿਆ ਵੀ ਕਬੂਤਰਬਾਜ਼ੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕਿਸ ਟਾਈਮ ਦੇ ਵਿੱਚ ਅੱਗੇ ਆਏ ਸੀ ਤਕਰੀਬਨ ਹੋ ਗਏ ਹੋਣਗੇ 40 ਕੁ ਸਾਲ 40 ਕੁ ਸਾਲ 15 ਕੁ ਸਾਲ ਦਾ ਮੈਂ ਜਾਣੀ ਇਹ ਲੈਂਚ 15-17 ਕੁ ਸਾਲ ਦਾ ਲੈਂਚ ਆ ਗਿਆ 57 ਸਾਲ ਦੀ ਉਮਰ ਹੋ ਗਈ ਜਾਣੀ 40 ਕੁ ਸਾਲ ਹੋ ਗਏ ਪਹਿਲਾਂ ਜਾਣੀ ਜਿਵੇਂ ਮਤਲਬ ਆਪਣੇ ਇੱਧਰ ਏਰੀਏ 'ਚ ਬਾਜ਼ੀਆਂ ਤਾਂ ਹੁੰਦੀਆਂ ਨਹੀਂ ਸੀ ਇੱਧਰ ਤਾਂ ਵਿਸਾਖੀ ਨੂੰ ਬਾਜ਼ੀ ਬੰਦ ਹੋ ਜਾਂਦੀ ਸੀ ਲੁਧਿਆਣੇ ਜਿਹੜੇ ਤਾਂ ਅਖੀਰੀ ਵਿਸਾਖੀ ਦੀ ਬਾਜ਼ੀ ਹੁੰਦੀ ਗਰਮੀ ਦੀ ਕੋਈ ਨਹੀਂ ਛੁੱਟਦੀ ਗਰਮੀਆਂ ਦੀ ਬਾਜ਼ੀ ਹੁੰਦੀ ਨਹੀਂ ਇੱਧਰ ਨਹੀਂ ਸੀ ਹੁੰਦੀ ਸਾਡੀ ਸ਼ੁਰਤ 'ਚ ਉਦੋਂ ਮਤੋਂ ਜਦ ਤੋਂ ਮੈਨੂੰ ਪਹਿਲਾਂ ਵੀ ਨਹੀਂ ਹੁੰਦੀ ਦੱਸਦੇ ਜਾਣੀ ਜਿਹੜੇ ਮੇਰੇ ਤੋਂ ਵੱਡੇ ਸੀਗੇ ਕਹਿੰਦੇ ਵੀ ਇੱਧਰ ਵਿਸਾਖੀ ਨੂੰ ਬਾਜ਼ੀ ਬੰਦ ਹੋ ਜਾਂਦੀ ਸੀ ਕੋਈ ਖੇਡ ਨਹੀਂ ਸੀ ਇੱਧਰ ਕੁਛ ਨਹੀਂ ਸੀਗਾ ਠੀਕ ਹੈ ਜੀ ਅਤੇ ਇੱਧਰ ਬਠਿੰਡਾ ਫਰੀਦਕੋਟ ਇੱਧਰ ਬਾਜ਼ੀਆਂ ਛੁੱਟਦੀਆਂ ਸੀ ਜਾਂ ਆਪਣੇ ਨੇੜੇ ਲੀਣੀ ਛੁੱਟਦੀ ਸੀ ਬਾਜ਼ੀ ਅਤੇ ਫਿਰ ਰੂਮੀ ਵੀ ਛੁੱਟਦੀ ਰਹੀ ਹੈ ਜਾਣੀ ਇਹ ਦੋ ਪਿੰਡਾਂ 'ਚ ਬਾਜ਼ੀਆਂ ਹੁੰਦੀਆਂ ਸੀ ਗਰਮੀ ਦੀਆਂ ਅਤੇ ਇੱਧਰ ਆਪਣੇ ਕਿਤੇ ਨਹੀਂ ਸੀ ਹੁੰਦੀ ਠੀਕ ਹੈ ਜੀ ਅਤੇ ਆਪਣੇ ਘਰ ਦੇ ਵਿੱਚ ਕਬੂਤਰ ਕਦ ਆਏ ਜੀ ਪਹਿਲਾਂ ਤਾਂ ਜਾਂ ਛੋਟਾ ਸੀ ਮੈਂ ਘਰੇ ਨਹੀਂ ਸੀ ਕਬੂਤਰ ਠੀਕ ਹੈ ਜੀ ਨਾ ਸਾਡੇ ਕਿਸੇ ਨੂੰ ਸ਼ੌਕ ਸੀ ਅਤੇ ਮੈਨੂੰ ਹੀ ਸ਼ੌਕ ਅਤੇ ਸਾਡੇ ਇੱਥੇ ਇੱਕ ਜੱਗਾ ਬਾਈ ਹੁੰਦਾ ਸੀ ਕਲਕੱਤੇ ਤੋਂ ਆ ਕੇ ਪਹਿਲਾਂ ਕਲਕੱਤੇ ਰਿਹਾ ਫਿਰ ਇੱਥੇ ਪਿੰਡ ਆ ਗਿਆ ਸੀ ਉਹ ਆਪਸ ਵਿੱਚ ਹੀ ਇੱਕ ਸਾਡੇ ਗਵਾਂਢ ਪੂਲਾ ਮੇਰਾ ਵੱਡਾ ਭਾਈ ਮਤਲਬ ਮੇਰੇ ਤੋਂ ਵੱਡਾ ਵਾ ਅਤੇ ਉਹਨਾਂ ਦੇ ਉਹਨੇ ਵੀ ਬਾਅਦ 'ਚ ਰੱਖੇ ਨੇ ਪਹਿਲਾਂ ਜੱਗੇ ਦੇ ਰੱਖੇ ਹੁੰਦੇ ਸੀ ਉੱਥੋਂ ਫਿਰ ਉਹ ਪੂਲੇ ਨੇ ਰੱਖ ਲਏ ਸਾਡਾ ਗਵਾਂਢ ਸੀ ਉੱਥੋਂ ਚੱਲ ਮੈਂ ਜਾਂਦਾ ਉਹਦਾ ਸ਼ੌਕ ਬਣ ਗਿਆ ਸ਼ੌਕ ਬਣਦੇ ਬਣਦੇ ਫਿਰ ਮਤਲਬ ਹੌਲੀ ਹੌਲੀ ਜਦੋਂ ਬਾਜ਼ੀ 'ਤੇ ਜਾਣ ਲੱਗੇ ਮਤਲਬ ਇੰਨੀ ਖੇਡ ਖੂਡ ਤਾਂ ਕੋਈ ਭੇਤ ਨਹੀਂ ਸੀ ਇੰਨਾ ਇੱਧਰ ਕਿਸੇ ਇਲਾਕੇ 'ਚ ਵੀ ਮੇਰੀ ਮਤਲਬ ਉੱਥੇ ਮਾਸੀ ਕਰਕੇ ਨੀਲਾ ਮੇਰੀ ਮਾਸੀ ਦਾ ਮੁੰਡਾ ਦੇ ਆਉਣ ਵਾਲਾ ਅਸੀਂ ਉੱਥੇ ਜਾਂਦੇ ਆਉਂਦੇ ਕਰਕੇ ਸਾਨੂੰ ਥੋੜ੍ਹੀ ਜਿਹੀ ਨੌਲੇਜ ਛੇਤੀ ਆਉਣ ਲੱਗ ਗਈ ਇੱਧਰ ਨਾਲੋਂ ਅਤੇ ਉਹਨਾਂ ਕੋਲ ਮਤਲਬ ਖੇਡਾਂ ਨੋਰਮਲ ਹੀ ਸੀ ਪਹਿਲਾਂ ਸਾਰਿਆਂ ਕੋਲ ਜਾਂ ਠਾਠ 'ਚ ਸੀ ਇਕੱਲੇ 'ਚ ਬਠਿੰਡੇ 'ਚ ਵੀ ਖੇਡ ਘੱਟ ਸੀ ਜਸਵੀਰ ਕੋਲ ਇਕੱਲੇ ਕੋਲ ਜਾਣੀ ਜ਼ਿਆਦਾ ਹੁੰਦੀ ਸੀ ਬਠਿੰਡੇ ਜਸਵੀਰ ਬਾਦਲ ਕੋਲ ਜਸਵੀਰ ਬਾਦਲ ਕੋਲ ਠੀਕ ਹੈ ਹਾਂ ਉਹਦੇ ਕੋਲ ਜ਼ਿਆਦਾ ਕਿਉਂਕਿ ਉਹ ਖਿਡਾਰੀ ਲਿਆ ਲਿਆ ਕੇ ਖੇਡ ਸਿੱਖਿਆ ਸੀ ਨਾ ਖਿਡਾਰੀਆਂ ਨੂੰ ਲਿਆ ਕੇ ਰੱਖਦਾ ਸੀ ਠੀਕ ਹੈ ਜੀ ਅਤੇ ਬਾਈ ਜੀ ਤੁਸੀਂ ਆਪਣੇ ਪਿੰਡ 'ਤੇ ਪਹਿਲਾਂ ਇੱਧਰ ਕਹਿੰਦੇ ਸੀ ਵੀ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਬਾਜ਼ੀ ਬਹੁਤ ਘੱਟ ਹੁੰਦੀ ਸੀ ਬਹੁਤ ਘੱਟ ਹੁੰਦੀ ਅਤੇ ਤੁਸੀਂ ਜਦੋਂ ਬਾਜ਼ੀਆਂ ਛੱਡਣ ਲੱਗੇ ਹੋ ਤਾਂ ਇਦੋਂ ਬਾਜ਼ੀਆਂ ਸਟਾਰਟ ਸੀ ਕਿ ਜਾਂ ਉਦੋਂ ਪਹਿਲਾਂ ਬਾਜ਼ੀਆਂ ਹੁੰਦੀਆਂ ਸੀਗੀਆਂ ਤੁਹਾਡੇ ਵੇਲੇ ਬਾਜ਼ੀ ਘੱਟ ਹੁੰਦੀ ਸੀ ਬਾਜ਼ੀਆਂ ਘੱਟ ਹੀ ਹੁੰਦੀਆਂ ਸੀ ਬਾਜ਼ੀ ਸਿਆਲ 'ਚ ਹੀ ਹੁੰਦੀ ਸੀ
ਵੀ ਜ਼ਿਆਦਾਤਰ ਬਾਜ਼ੀਆਂ ਜ਼ਿਆਦਾ ਬਾਜ਼ੀਆਂ ਠੰਡ 'ਚ ਹੀ ਹੁੰਦੀਆਂ ਰਹੀਆਂ ਨੇ, ਠੰਡ 'ਚ ਵੀ ਜਿੱਤ ਹਾਰ ਹੋ ਜਾਂਦੀ ਸੀ। ਠੀਕ ਹੈ ਜੀ। ਯਾਨੀ ਜੇ 50 ਤਾਂ ਕਬੂਤਰ ਹੁੰਦੇ ਨਹੀਂ ਸੀ, ਕਬੂਤਰ ਥੋੜ੍ਹੇ ਹੁੰਦੇ ਸੀ, ਯਾਨੀ ਉਹਨਾਂ 'ਚੋਂ ਵੀ 10-5 ਕਬੂਤਰ ਰਹਿ ਜਾਂਦੇ ਸੀ ਆਥਣ ਨੂੰ, ਕਬੂਤਰ ਬਹਿ ਕੇ ਵੀ ਹਰਦੇ ਰਹੇ ਨੇ, ਬਾਕੀ ਨਿਕਲ ਜਾਣੇ। ਉਦੋਂ ਨੌਲੇਜ ਲੋਕਾਂ ਨੂੰ ਘੱਟ ਸੀ, ਨਸਲ ਬਣਾਉਣ ਦੀ ਵੀ ਹੋਰ ਬਹੁਤ ਘੱਟ ਨੌਲੇਜ ਸੀ। ਅਤੇ ਫਿਰ ਹੌਲੀ ਹੌਲੀ ਮਤਲਬ ਬਾਜ਼ੀਆਂ, ਇੱਕ ਵਾਰ ਅਸੀਂ ਇੱਥੇ ਵਿਸਾਖੀ ਛੱਡੀ ਸੀ ਰਾਜਗੜ੍ਹ। ਠੀਕ ਹੈ ਜੀ। ਵਿਸਾਖੀ ਜਦ ਉੱਥੇ ਛੱਡੀ, ਉੱਥੇ ਪਹਿਲੀ ਗੇਰ ਮੈਂ ਪਟਾਰੀ ਵਾਲਾ ਫੌਜੀ ਦੇਖਿਆ ਸੀ। ਜੀ ਜੀ। ਯਾਨੀ ਪਹਿਲੀ ਗੇਰੀ, ਮੈਂ ਛੋਟਾ ਸੀ, ਪੋਲੇ ਨਾਲ ਬਾਜ਼ੀ 'ਤੇ ਗਿਆ ਸੀ, ਅਤੇ ਜਿੱਤ ਹਾਰ 3 ਵਜੇ ਹੋ ਗਈ ਸੀ, ਇਹਦਾ 5 ਵਜੇ ਕਬੂਤਰ ਫਿਰਦਾ ਸੀ ਫੌਜੀ ਧਮੋੜ ਦਾ। ਯਾਨੀ ਪਹਿਲੀ ਗੇਰ ਦੇਖਿਆ, ਲਤਾਲੇ ਅਰਜਨ ਲਤਾਲੇ ਵਾਲਾ ਇਹਨੂੰ ਲੈ ਕੇ ਆਇਆ ਸੀ। ਫੌਜੀ ਬਟਾਰੀ ਵਾਲਾ ਨਹੀਂ, ਧਮੋਟ ਵਾਲਾ, ਧਮੋਟ ਵਾਲਾ। ਬਟਾਰੀ ਵਾਲਾ ਫੌਜੀ ਤਾਂ ਉਦੋਂ ਬਹੁਤ ਚਿਰ ਬਾਅਦ ਆਇਆ, ਕਿਉਂਕਿ ਇਹ ਫੌਜ 'ਚ ਸੀਗਾ। ਜੀ ਜੀ। ਇਹ ਫੌਜ 'ਚ ਫਰੀਦਕੋਟ 'ਚ ਰਿਹਾ, ਫਿਰ ਉੱਧਰ ਮਤਲਬ ਉੱਧਰ ਹੀ ਇਹ ਖਿਡਾਰੀ ਤਾਂ ਉੱਧਰੋਂ ਇਹ ਵੀ ਵਧੀਆ ਬਣ ਕੇ ਆਇਆ, ਯਾਨੀ ਇਹ ਉੱਧਰੋਂ ਬਣ ਕੇ ਆਇਆ, ਇਹ ਜਦ ਆਇਆ ਤਾਂ ਖਿਡਾਰੀ ਹੋ ਕੇ ਹੀ ਆਇਆ। ਠੀਕ ਹੈ ਜੀ। ਇਹ ਆਇਆ ਯਾਨੀ ਫੌਜ 'ਚੋਂ ਜਦ ਪੈਨਸ਼ਨ ਆਇਆ, ਖਿਡਾਰੀ ਹੋ ਕੇ ਹੀ ਆਇਆ। ਮੈਂ ਇਹਨੂੰ ਪਹਿਲੀ ਗੇਰ ਦੇਖਿਆ 66 ਵਜੇ ਛੁੱਟੀ ਸੀ, ਇਹਨੇ ਰੱਤਾ ਛੱਡਿਆ ਸੀ, ਇਹਦਾ ਰੱਤਾ ਉਹਦੇ ਉੱਡ ਕੇ ਮਰ ਗਿਆ ਸੀ। ਠੀਕ ਹੈ ਜੀ। ਯਾਨੀ ਇਹ ਮੇਰੇ ਸਾਹਮਣੇ ਦੀ ਗੱਲ ਆ, ਅਤੇ ਯਾਨੀ ਇਹਦਾ ਕਬੂਤਰ ਉਹਦੇ ਉੱਡਿਆ ਬਹੁਤ, ਯਾਨੀ ਹਰਤਾ ਗਿਆ ਸੀ, ਯਾਨੀ ਮਰ ਗਿਆ ਸੀ ਉੱਡ ਕੇ। ਠੀਕ ਹੈ ਜੀ। ਅਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਮੁੱਢ ਕਿੰਨੇ 'ਤੇ ਬਾਜ਼ੀ ਛੱਡੀ ਹੁਣ ਤੱਕ, ਘੱਟ ਤੋਂ ਘੱਟ ਕਿੰਨੇ 'ਤੇ ਛੱਡੀ ਆ? 25 ਰੁਪਈਏ 'ਤੇ ਬਾਜ਼ੀ ਛੱਡੀ ਆ ਪਹਿਲਾਂ ਜੀ। ਠੀਕ ਹੈ ਜੀ। 25 ਰੁਪਈਏ ਸਟਾਰਟਿੰਗ, 25 ਰੁਪਏ ਦਾ ਕੀਤੀ, 25 ਰੁਪਈਏ ਹੁੰਦਾ ਸੀ ਉਦੋਂ। ਮਾਹੌਲ ਹੀ ਇਹੋ ਜਿਹੇ ਸੀ, ਗਿਣਵੇਂ ਘਰਾਂ ਕੋਲ ਕੁਛ ਪੈਸਾ ਗਿਣਵੇਂ ਘਰਾਂ ਕੋਲ ਹੁੰਦਾ ਸੀ ਜੀ, ਅਤੇ ਉਦੋਂ ਜਿਹੜੇ ਆਮ ਲੋਕ, ਗਰੀਬ ਲੋਕ ਛੱਡਦੇ ਸੀ ਤਾਂ ਉਹ 5-5, 4-4 ਰੁਪਈਏ ਇਕੱਠੇ ਕਰਕੇ ਬਾਜ਼ੀ ਛੱਡਦੇ ਸੀ। ਠੀਕ ਹੈ ਜੀ। ਹੁਣ ਵਾਲਾ ਕੰਮ ਨਹੀਂ ਸੀ, ਹੁਣ ਤਾਂ ਹਰੇਕ ਜਵਾਕ 500 ਦੀ ਵੀ ਜਾ ਕੇ ਛੱਡ ਲੈਂਦਾ, 1000 ਦੀ ਵੀ ਛੱਡ ਲੈਂਦਾ, ਹੁਣ ਤਾਂ ਮੁੱਢ ਹੀ ਬਹੁਤ ਹੋ ਗਏ। ਬਾਕੀ ਮਾੜੇ ਬੰਦੇ ਦੇ ਛੱਡਣ ਦੀ ਹੁਣ ਗੱਲ ਵੀ ਨਹੀਂ ਰਹੀ, ਗੇਮ ਮਹਿੰਗੀ ਹੋ ਗਈ। ਠੀਕ ਹੈ ਜੀ। ਗੇਮ ਜ਼ਿਆਦਾ ਮਹਿੰਗੀ ਹੋ ਗਈ। ਜਿੱਦਾਂ ਮੁੱਢ ਅੱਜ ਕੱਲ੍ਹ ਵੱਧਦੇ ਜਾਂਦੇ ਆ ਜੀ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਇਹ ਵਧਣੇ ਚਾਹੀਦੇ ਆ ਜਾਂ ਨਹੀਂ ਵਧਣੇ ਚਾਹੀਦੇ? ਨਹੀਂ, ਮੁੱਢ ਤਾਂ ਨਹੀਂ, ਇਹ ਬਾਹਲੇ ਨਹੀਂ ਵਧਣੇ ਚਾਹੀਦੇ ਮੁੱਢ। ਜਿਵੇਂ ਇਹ ਪਤਾ ਕੀ ਸੋਚ ਆ ਲੋਕਾਂ ਦੀ, ਪਤਾ ਕੀ ਕਰਦੇ ਆ, ਮੁੱਢ ਵਧਾ ਦਿਓ ਜੀ, ਕਬੂਤਰ ਘੱਟ ਹੋਣਗੇ ਜੀ। ਕਬੂਤਰ ਨਹੀਂ ਘੱਟ ਹੋ ਸਕਦੇ, ਜਿਹਨੂੰ ਸ਼ੌਕ ਆ ਉਹ ਚਾਹੇ ਕੁਛ ਕਰਕੇ ਜਾਵੇ, ਉਹਨੇ ਮੁੱਢ ਲਾਉਣਾ ਹੀ ਲਾਉਣਾ ਜਾ ਕੇ। ਜਿਹਨੂੰ ਸ਼ੌਕ ਆ ਕੇ ਨਾ, ਉਹਨੇ ਮੁੱਢ ਲਾਉਣਾ ਹੀ ਲਾਉਣਾ। ਹੁਣ ਸਾਡੇ ਕੋਲ ਪੈਸੇ ਨਹੀਂ ਹੁੰਦੇ, ਵਿੱਕੀ ਹੋਣੀ ਸਰਦਾਰ ਸੀ, ਹਾਂਜੀ, ਭੈਣੀ ਬਡਿੰਗਾ ਬਾਜ਼ੀ 'ਤੇ ਸੀ ਅਸੀਂ, 25 ਵਿਸਾਖ ਦੀ ਬਾਜ਼ੀ। ਠੀਕ ਹੈ ਜੀ। ਰੂੜੇ ਹੋਣੀ ਮਤਲਬ ਵਿਚਾਰਾ ਪੱਲੇਦਾਰੀ ਕਰਦਾ ਸੀ, ਰੂੜਾ 1 ਨੰਬਰ ਬੰਦਾ ਰੈਕੋਰਡ 'ਚੋਂ ਜਿਹੜਾ ਖਿਡਾਰੀ ਹੋਇਆ, ਮੇਰੇ ਨਾਲ ਬਹੁਤ ਵਿਚਰਿਆ ਉਹ। ਮੈਂ ਛੋਟਾ ਸੀ, ਉਮਰ 'ਚੋਂ ਵੱਡਾ ਸੀ, ਯਾਨੀ ਬਹੁਤ ਮਿਲਣਵਾਰ ਬੰਦਾ ਸੀ। ਯਾਨੀ ਉਹਨੇ, ਮੈਂ ਦੇਖਿਆ ਉੱਥੇ ਰੂਮੀ ਬਾਜ਼ੀ ਦੇਖਣ ਗਏ ਸੀ ਅਸੀਂ, ਮੈਂ ਛੋਟਾ ਸੀ। ਇਹਨੇ ਰੁਪਈਏ ਜਾਣੀ ਜਸਵੀਰ ਨਾਲ ਲਾਏ ਸੀ ਬਾਦਲ ਨਾਲ। ਅੱਛਾ, ਰੂੜੇ ਨੇ? ਰੂੜੇ ਨੇ ਇਹਨੇ ਜਾਣੀ ਕਬੂਤਰ ਟਿੱਕਿਆ ਸੀ ਸਵਰਾਜ ਦਾ। ਠੀਕ ਹੈ ਜੀ। ਸਵਰਾਜ ਦਾ ਕਬੂਤਰ ਟਿੱਕ ਕੇ ਇਹਨੇ ਰੁਪਈਏ ਲਾਏ ਸੀ, ਇਹ ਹਰ ਗਏ ਸੀ ਜਸਵੀਰ ਨੂੰ, ਵੈਸੇ ਨਿਕਲ ਗਈ ਸੀ ਕਬੂਤਰੀ ਸਵਰਾਜ ਦੀ। ਠੀਕ ਹੈ। ਫਿਰ ਹੱਥ ਨੇ ਲਾਹੀ ਵੀ ਇਹਨੇ, ਬੈਠੀ ਨੇਰਿਆ ਜੇ ਉੱਡ ਕੇ ਉੱਥੇ ਜਿੱਤਦੀ ਤਾਂ ਸਵਰਾਜ ਉਹਨੂੰ ਜਿੱਤਣ ਨਹੀਂ ਸੀ ਦਿੰਦਾ, ਫਿਰ ਰੂੜੇ ਉਹਨੂੰ ਜਿੱਤਦੇ। ਯਾਨੀ ਉਹ ਟਾਈਮ 'ਚ ਕੱਟੀ ਗਈ ਸੀ, ਮੈਂ ਉਦੇ ਜਾਣੀ ਉੱਥੇ ਸੀ ਰੂਮੇ। ਠੀਕ ਹੈ ਜੀ। ਅਤੇ ਬਾਈ ਜੀ, ਆਪਾਂ ਅੱਜ ਕੱਲ੍ਹ ਅਕਸਰ ਦੇਖਦੇ ਹਾਂ ਬਾਜ਼ੀਆਂ 'ਤੇ ਬਹੁਤ ਲੜਾਈਆਂ ਝਗੜੇ ਹੁੰਦੇ ਆ, ਇਹਦਾ ਮੇਨ ਕਾਰਨ ਮੁੱਢ ਦਾ ਵੱਕ ਜਾਂ ਬਾਜ਼ੀ ਦੇ ਜਿਹੜੇ ਮੇਨ ਪਲਾਂਟੇ ਹੁੰਦੇ ਆ, ਮੂਹਰੇ ਹੁੰਦੇ ਆ, ਉਹ ਕਾਰਨ ਹੁੰਦੇ ਆ? ਕਾਰਨ ਇਹ 'ਚ ਕਈ ਬਣਦੇ ਆ ਬਾਈ। ਗੱਲ ਤਾਂ ਇਹ ਆ ਵੀ ਪਹਿਲਾਂ ਤਾਂ ਲਾਲਚ ਨਹੀਂ ਚਾਹੀਦਾ ਬੰਦੇ ਨੂੰ ਜੀ। ਜੇ ਖੇਡ ਕਰਨੀ ਆ, ਜੇ ਤਾਂ ਖੇਡ ਹੀ ਕਰਨੀ ਆ, ਫਿਰ ਤਾਂ ਲਾਲਚ ਨਹੀਂ ਚਾਹੀਦਾ। ਜੇ ਲਾਲਚ ਹੀ ਕਰਨਾ, ਫਿਰ ਲੜਾਈ ਤਾਂ ਹੋਣੀ ਆ। ਜਦ ਆਪਦੇ ਨੂੰ ਬੈਠੇ ਨੂੰ ਬੈਠਾ ਨਹੀਂ ਕਹਿਣਾ, ਫਿਰ ਤਾਂ ਲੜਾਈ ਹੋਊ। ਜਿਹੜਾ ਸੱਚਾ ਮੂਹਰੇ, ਉਹਨੇ ਕਹਿਣਾ ਤੇਰਾ ਬਹਿ ਗਿਆ, ਜਾਂ ਤੇਰਾ ਨਿਕਲ ਕੇ ਟਾਈਮ 'ਚ ਹਰ ਗਿਆ। ਜਦ ਉਹ ਦੂਜੇ ਨੇ ਮੰਨਣਾ ਹੀ ਨਹੀਂ, ਫਿਰ ਤਾਂ ਲੜਾਈ ਹੋਣੀ ਹੋਣੀ ਆ। ਊਂ ਤਾਂ ਲੜਾਈ ਹੋਣ ਦਾ ਮਤਲਬ ਨਹੀਂ, ਹੁਣ ਕਹਿੰਦੇ ਮੁੱਢ ਵਧਾ ਦਿਓ, ਕਬੂਤਰ ਘੱਟ ਹੋਣਗੇ। ਗਿਣਤੀ ਨਹੀਂ ਜੀ ਹੁੰਦੀ, ਸਾਡੇ 100 ਤੋਂ ਉੱਤੇ ਕਬੂਤਰ ਹੁੰਦਾ ਰਿਹਾ ਆਪਣੇ ਇਸ ਪਿੰਡ ਕਾਲਖ 'ਚ। 100 ਤੋਂ ਉੱਤੇ ਕਬੂਤਰ ਹੁੰਦਾ, 100 ਦਾ 100 ਲਿਆ ਕੇ ਦਿੰਦੇ ਸੀ ਫੜ ਕੇ ਨਾਲੇ। ਇਹ ਨਹੀਂ ਸੀ ਵੀ ਕਿਸੇ ਦਾ ਪਿੰਡ 'ਚ ਕਬੂਤਰ ਰਹਿ ਗਿਆ। ਸਾਡੀ ਇੰਨੀ ਇਮਾਨਦਾਰੀ ਮੁੰਡਿਆਂ ਦੀ, ਮਤਲਬ ਹੁਣ ਤਾਂ ਨਵੇਂ ਸਾਰੇ ਮੁੰਡੇ ਜਿੰਨੇ ਪਿੱਛੇ ਨੇ, ਸਾਰੇ ਸਾਡੇ ਪਿੰਡ ਦੇ ਨਵੇਂ ਨੇ, ਹੁਣ ਇਹ ਬਾਜ਼ੀ ਕਰਾ ਰਹੇ ਆ। ਠੀਕ ਹੈ ਜੀ। ਹੁਣ ਇਹਨਾਂ ਨੂੰ ਇਹ ਮਤਲਬ ਤਾਂ ਹੀ ਸੱਦਿਆ ਵੀ ਇਸ ਕਰਕੇ ਵੀ ਤੁਹਾਨੂੰ ਪਤਾ ਲੱਗੇ ਵੀ ਜਿਵੇਂ ਅਸੀਂ ਕਰਾਉਂਦੇ ਰਹੇ ਹਾਂ ਉਕਣੀ ਬਾਜ਼ੀ ਕਰਾਇਓ, ਵੀ ਪਿੰਡ ਨੂੰ ਕਲੰਕ ਨਾ ਲੱਗੇ। ਠੀਕ ਹੈ। ਵਧੀਆ 1 ਨੰਬਰ ਬਾਜ਼ੀ ਕਰਾਓ, ਵਧੀਆ ਕਰਾਉਂਦੇ ਆ। ਹੁਣ ਵੀ ਵਿੱਚ ਲੋਕਾਂ ਨੇ ਬਹੁਤ ਪ੍ਰਾਪੋਗੰਡਾ ਕੀਤਾ ਕਿ ਨਾ ਸਾਡੇ ਇੱਥੇ ਰੌਲਾ ਪੈ ਗਿਆ, ਇੱਕ ਸਰਦਾਰਾਂ ਦੀ ਵਜ੍ਹਾ ਕਰਕੇ ਪਿਆ ਸੀ ਉਹ। ਵੈਸੇ ਹੋਣਾ ਨਹੀਂ ਚਾਹੀਦਾ, ਜਾਂ ਬੰਦਾ ਹੀ ਸਰਦਾਰ ਆ, ਰੁਪਈਏ ਪਿੱਛੇ ਕਿਉਂ ਜਾਵੇ? ਸਹੀ ਹੈ। ਸਾਡੀ ਬਾਜ਼ੀ ਬੰਦ ਹੋ ਗਈ ਸੀ। ਹਾਂਜੀ। ਫਿਰ ਮੇਰੇ ਨਾਲ ਕੇਰਾ ਬਟਾਰੀ ਵਾਲਾ ਫੌਜੀ ਵੀ ਮੈਨੂੰ ਮੰਡੀ ਟੱਕਰ ਗਿਆ, ਕਹਿੰਦਾ ਤੁਸੀਂ ਬਾਜ਼ੀ ਗਲਤ ਦੇ ਤੀ। ਮਾਂ ਬਾਈ ਕਿਵੇਂ ਦਿੱਤੀ ਵੀ ਉਹ ਵੀ ਦੱਸ ਮੈਨੂੰ, ਕਹਿੰਦਾ ਤੁਸੀਂ ਬਾਜ਼ੀ ਵਿੱਕੀ ਨੂੰ ਦੇ ਤੀ ਜੀ। ਰੌਲਾ ਪਿਆ ਬਾਈ ਤੇਰੀ ਮੈਂ ਗਲਤ ਵਹਿਮੀ ਕੱਢਦਾ, ਖੜ ਹੁਣ ਤੂੰ 10 ਮਿੰਟ। ਮੈਂ ਉਹਨੂੰ ਫਿਰ ਸਾਰੀ ਗੱਲ ਦੱਸੀ। ਮਾਂ ਰੋਣੋ ਮਾਜਰੇ ਦਾ ਬੁੜਾ ਜਿੱਤ ਕੇ ਗਿਆ, ਪਿੰਡ ਹੈਗਾ ਆਪਣੇ, ਜਦ ਆਪਣੇ ਸਰਹੰਦ ਤੋਂ ਜਾਂਦੇ ਹਾਂ ਮੋਹਾਲੀ ਨੂੰ ਨਾ, ਉਹਦੇ 'ਤੇ ਪਿੰਡ ਪੈਂਦਾ। ਠੀਕ ਹੈ। ਉੱਥੇ ਦੇ ਬੁੜੇ ਨੂੰ ਅਸੀਂ ਮਾਂ ਬਾਜ਼ੀ ਦਿੱਤੀ ਆ, ਤੈਨੂੰ ਭੁਲੇਖਾ ਹੋ, ਕਹਿੰਦਾ ਮੈਂ ਗਾਹਾਂ ਨੂੰ ਬਾਜ਼ੀ 'ਤੇ ਆਊਂ ਫਿਰ। ਠੀਕ ਹੈ। ਯਾਨੀ ਉਹ ਗੁੱਸੇ ਦਾ ਮਾਰਿਆ, ਕਹਿੰਦਾ ਮੈਂ ਤੁਹਾਡੇ ਬਾਜ਼ੀ 'ਤੇ ਆਉਣਾ, ਤੁਸੀਂ ਬਾਜ਼ੀ ਗਲਤ ਦੇ
तो वो तीन सरदार कट्ठे से नौ तो आप कहू लेना जानी तिना ने साड़ी बाजी उदे खराब कराती सी। फिर जैला मैनू मिल गया उधर अपने बंबीहे कई साल बाद महा जैलिया तेनू बी साड़ी बाजी खराब करके की मिल गया जी जी। कहना यार मैनू जे मैं ना उत्थे मतलब झूठ बोला मैनू सरदार कुटदा। कह मैं सरदार तो डरते मरे ने बी ये कहा भी साडा बैठिया नहीं। हालांकि मतलब साडे बजुर्ग जिन्हां नूं जानकारी सी पहलां मिठू दा बा सीगा मतलब उन्हें भी इन्हां दे मिठू किधर खत्ते लगदे आ नाल उन्हें भी कहा भी एक कबूतर इत्थों बह के गया तां साडी बाजी दा नमेड़ा होया सी। मतलब बाजी असीं सही बंदे नूं दित्ती सी। हुण भी साडे पिंड बाजी लगदे आ कई लोग कहिंदे आ भी मेरा उत्थे बहुत उड्डिया। जिहड़े बहुत कहिंदे आ ना उन्हां दा इत्थे उड्डिया ही नहीं। कईआं ने वीडियोआं पाईआं ने भी साडा उत्थे बहुत उड्डिया भी मैनूं उत्थे कटता मेरा खड़ा कटता। जिहड़े कहिंदे आ जानी मैं तां उन्हां दा कदे हिस्से च नहीं आया देखिया। ठीक है जी। जिहड़े बंदिआं ने कहा मतलब कई बंदिआं ने भी उन्हां दा कदे हिस्से च भी नहीं आया इत्थे साडे पिंड। ठीक है जी। हाँ केरा उह आ गया उन्हां दा इत्थे कबूतर बहन लग गया। पहलां उन्हां ने संगोवाल इत्थे छड्डी सी वाहिगुरू तेरे अपने रोड ते आ डेलो तों गाहां कित्थे लगदी सी भोले अपनी बाजी शंकर। ठीक है जी। शंकर छड्डी उन्हां कबूतरी मकंदपुर गा के कट्टी गई। ठीक है जी। कट्टी गई चल उत्थों कबूतर किसी के हाथ आ गई उन्होंने फड़ी उन्होंने कदे जान डे ला ले रब जाने की किया मड़ के वह लै गए कबूतर आपका लिजा के आ गए कबूतरी साडे पिंड फिर छड़ती। ठीक है जी। साडे पिंड सारे पहला बहन लग गई जी। वो बंदे ने आप खुद कहा साडे पिंड दे बंदिआं नूं जिन्हां नाल लिया सी वो कहिंदा यार पांच चार तां हरावे सारिआं नूं पहला बहिंदी आ। उही बंदा बाद च वीडियो पाउंदा भी मेरी उत्ते चंगा भला फिरदा कटता। ठीक है जी। फिर माड़ी गल आ ना नहीं ये माड़ी इह जिहियां गल्लां करनियां मतलब साडे पिंड दी बाजी एक नंबर हुंदी आ हुण भी एक नंबर आ। ठीक है जी। कोई कलंक नहीं लगन दिंदे पिंड दे। हुणे मुंडिआं नूं इही गल कही आ भी पिंड ते कलंक ना लायो। ਕਿਸੇ ਪਿੰਡ ਬਾਈ ਜਾਂ ਜਬ ਬਾਜ਼ੀਆਂ ਸ਼ੁਰੂ ਹੋਈਆਂ ਸੀ ਕਿਸੇ ਪਿੰਡ ਰੋਟੀ ਨਹੀਂ ਸੀ ਮਸ ਮਿਲਦੀ ਹੁੰਦੀ। ਅਸੀਂ ਭੁੱਖੇ ਬਾਜ਼ੀਆਂ 'ਤੇ ਰਹੇ ਹਾਂ ਜਾਂ ਜੇ ਕਿਸੇ ਦੀ ਰਿਸ਼ਤੇਦਾਰੀ ਹੋਣੀ ਉੱਥੇ ਜਾ ਕੇ ਅਸੀਂ ਮਤਲਬ ਰੋਟੀ ਦਾ ਇੰਤਜ਼ਾਮ ਕਰਨਾ। ਠੀਕ ਹੈ ਜੀ। ਜਿਹੜੇ ਟਾਈਮ ਮੈਂ ਬਾਜ਼ੀਆਂ ਛੱਡਦਾ ਹੁੰਦਾ ਜਾਣੀ ਜੇ ਰਾਤ ਦੀ ਘਰੋਂ ਖਾ ਕੇ ਚਲੇ ਗਿਆ ਸਵੇਰੇ ਤਾਂ ਸਾਜਰੇ ਨਿਕਲ ਜਾਂਦੇ ਸੀ ਰਾਤ ਨੂੰ ਹੀ ਆ ਕੇ ਖਾਣੀ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ। ਠੀਕ ਹੈ ਜੀ। ਫਿਰ ਅਸੀਂ ਇੱਥੇ ਮੈਂ ਅਤੇ ਪੂਲਾ ਬਾਈ ਮੇਰੇ ਗੁਆਂਢੀ ਹੁੰਦਾ ਸੀ ਅਸੀਂ ਗਏ ਬਾਜ਼ੀ ਦੇਖਣ ਆਪਣੇ ਤਾਰੀ ਉਹਨਾਂ ਦੇ ਪਿੰਡ ਲੀਲਾਂ ਲੀਲਾਂ ਜੀ ਮਹਿਕੇ ਦੀਆਂ ਲੀਲਾਂ। ਜਦ ਉੱਥੇ ਬਾਜ਼ੀ ਦੇਖਣ ਗਏ ਉੱਥੇ ਸਾਨੂੰ ਬੰਦੇ ਬਹੁਤ ਚੰਗੇ ਲੱਗੇ ਜਿਹੜੇ ਇੱਧਰੋਂ ਮਤਲਬ ਆ ਕੇ ਬਠਿੰਡੇ ਕੰਨੀਓ ਫਰੀਦਕੋਟ ਕੰਨੀਓ ਬਾਜ਼ੀਆਂ ਛੱਡਦੇ ਸੀ ਉਹਨਾਂ ਨੂੰ ਉੱਥੇ ਜਾਣੀ ਮਿਲੇ ਅਸੀਂ ਸਾਨੂੰ ਬਹੁਤ ਚੰਗਾ ਲੱਗਾ। ਤਾਰੀ ਹੁਣੀ ਤਾਂ ਉਦੋਂ ਨਿਆਣੇ ਸੀ। ਠੀਕ ਹੈ ਜੀ। ਤਾਰੀ ਹੁਣੀ ਤਾਂ ਬਾਅਦ 'ਚ ਆਏ ਨੇ ਜਾਣੀ ਕਿ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ। ਜਸਵੀਰ ਹੁਣੀ ਆਏ ਹੋਏ ਸੀ ਸਾਰੇ ਬਾਦਲ ਹੁਣੀ ਉੱਥੋਂ ਆ ਕੇ ਸਾਨੂੰ ਉਸ ਸਾਲ ਤਾਂ ਫਿਰ ਇੱਕ ਹਾੜ ਦੀ ਇੱਥੇ ਬਾਜ਼ੀ ਹੁੰਦੀ ਆ ਉਸ ਸਾਲ ਤਾਂ ਨਹੀਂ ਅਸੀਂ ਕਰਾਈ ਉਦੋਂ ਅਸੀਂ ਦੂਏ ਸਾਲ ਬੈਠੇ ਸੀਗੇ ਇੱਥੇ। ਫਿਰ ਦਰਵਾਜ਼ੇ ਤਿੰਨੇ ਜਾਣੀ ਮੈਂ ਅਤੇ ਮਿੱਠੂ ਅਤੇ ਪੋਲਾ ਅਸੀਂ ਤਿੰਨੇ ਬੈਠਿਆਂ ਬੈਠੇ ਬੈਠੇ ਕਹਿੰਦੇ ਯਾਰ ਆਪਣੇ ਪਿੰਡ ਤਾਂ ਖੇਡਾਂ ਵੀ ਕਿਸੇ ਵਜ੍ਹਾ ਕਰਕੇ ਕੌਡੀ ਦੀਆਂ ਖੇਡਾਂ ਹੁੰਦੀਆਂ ਸਾਡੇ ਪਿੰਡ ਇੱਕ ਨੰਬਰ। ਜੀ ਜੀ। ਜਾਣੀ ਲੋਕ ਜਦ ਬਨੈਣਾ ਬਨੂਣਾ ਦੇ ਕੇ ਸਾਰ ਦਿੰਦੇ ਉਦੋਂ ਸਟੀਲ ਦੇ ਭਾਂਡੇ ਸੀ ਉਹ ਸਟੀਲ ਦੇ ਭਾਂਡੇ ਦੇਣ ਲੱਗੇ ਜਾਣੀ ਸਾਡੇ ਪਿੰਡ ਉਹ ਰਿਵਾਜ਼ ਚੱਲਦਾ ਰਿਹਾ। ਫਿਰ ਦੇਸੀ ਘਿਓ ਦੇਣ ਲੱਗੇ ਫਿਰ ਹੋਰ ਪਿੰਡਾਂ ਦੇ ਦੇਣ ਲੱਗ ਗਏ ਉਕਣੀ ਕਰਕੇ ਫਿਰ ਅਸੀਂ ਕਿਹਾ ਵੀ ਨਾ ਤਾਂ ਰੋਟੀ ਦਾ ਪੈਸਾ ਮਤਲਬ ਕਿਤੇ ਰੋਟੀ ਨਹੀਂ ਮਿਲਦੀ ਆਪਾਂ ਰੋਟੀ ਖਿਲਾਉਣੀ ਹੈ। ਜੀ ਜੀ। ਫਿਰ ਅਸੀਂ ਬਾਜ਼ੀ ਪਿੰਡ ਮਤਲਬ ਬੋਲੀ ਬਾਜ਼ੀਆਂ ਘੱਟ ਹੀ ਹੁੰਦੀਆਂ ਪਿੰਡ ਬਾਜ਼ੀ ਬੋਲੀ। ਫਿਰ ਅਸੀਂ ਇਨਾਮ ਰੱਖੀਆਂ ਝਾਂਜਰਾਂ ਸੋਨੇ ਦੀਆਂ ਝਾਂਜਰਾਂ ਵੀ ਪਹਿਲੇ ਨੰਬਰ ਵਾਲੇ ਕਬੂਤਰ ਨੂੰ ਝਾਂਜਰਾਂ ਦੇਵਾਂਗੇ। ਫਿਰ ਜਦ ਕਬੂਤਰ ਸਾਡੇ ਬਹੁਤ ਵਧੀਆ ਹੋਏ ਜਾਣੀ 65-70 ਕਬੂਤਰ ਮੇਰਾ ਖਿਆਲ ਪਹਿਲੇ ਸਾਲ ਹੋ ਗਏ ਸੀ ਅਸੀਂ ਇਹਨਾਂ ਨੂੰ ਚਿੱਠੀਆਂ ਪਾਈਆਂ ਜਸਵੀਰ ਬਾਦਲ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਉੱਧਰ ਬੇਲੇ ਬਠਿੰਡੇ ਨੂੰ ਇਹਨਾਂ ਨੂੰ ਚਿੱਠੀਆਂ ਪਾਈਆਂ ਪਹੁੰਚੀਆਂ ਰੱਬ ਜਾਣੇ ਨਾ ਪਹੁੰਚੀਆਂ ਜਾਣੀ ਅਸੀਂ ਜਿਹੜਾ ਸਾਡਾ ਜਿਵੇਂ ਸਾਨੂੰ ਡਰੈਸ ਕਰਨ ਲੱਗਿਆ ਅਸੀਂ ਆਪਦਾ ਫਰਜ਼ ਨਿਭਾਤਾ ਜਿੱਥੇ ਤੱਕ ਮਤਲਬ ਸਾਨੂੰ ਲੱਗਿਆ ਅਸੀਂ ਕੀਤਾ। ਠੀਕ ਹੈ। ਮੈਂ ਔਰ ਮਿੱਠੂ ਨੇ ਅਸੀਂ ਡਾਕਖਾਨਿਓਂ ਜਾ ਕੇ ਚਿੱਠੀਆਂ ਪਾਈਆਂ ਲਿਖ ਕੇ ਅਤੇ ਭਾਈ ਫਿਰ ਕਬੂਤਰ ਆਏ ਜਾਣੀ ਬਾਹਰਲੇ ਘੱਟ ਆਏ ਪਹਿਲੇ ਸਾਲ। ਫਿਰ ਦਲਜੀਤ ਸਿਆੜ ਦਾ ਕਬੂਤਰ ਜਿੱਤਿਆ ਸਾਡੇ ਪਿੰਡ ਇਕੱਲਾ। ਠੀਕ ਹੈ ਜੀ। ਉਸ ਟਾਈਮ ਮੁੱਢ ਕਿੰਨਾ ਰੱਖਿਆ ਜੀ ਤੁਸੀਂ? ਉਸ ਟਾਈਮ ਤਾਂ ਮੇਰਾ ਖਿਆਲ 200 ਹੀ ਮੁੱਢ ਸੀ ਸ਼ਾਇਦ। 200? ਹਾਂ ਜੀ ਪੂਰਾ ਮੇਰੇ ਯਾਦ ਹੋਵੇ ਤਾਂ 200 ਹੀ ਸੀ। ਠੀਕ ਹੈ ਜੀ। ਹਾਂ 200 ਮੁੱਢ ਹੀ ਸੀ ਜਾਣੀ 200 ਨੂੰ ਬੱਲੇ ਮੰਨਦੇ ਸੀ ਉਦੋਂ ਅਤੇ 200 ਪੈਸੇ ਦੀ ਵੀ ਅਹਿਮੀਅਤ ਸੀਗੀ ਜੀ। ਹਾਂ ਬਹੁਤ ਜ਼ਿਆਦਾ ਸੀ ਮਤਲਬ ਉਦੋਂ। ਦੂਜੀ ਗੱਲ ਇਹ ਸੀ ਵੀ ਹਰੇਕ ਬੰਦਾ ਮੁੱਢ ਵਧਾ ਕੇ ਨਹੀਂ ਸੀ ਰਾਜੀ ਜੀ। ਆਮ ਬੰਦੇ ਦੇ ਬੱਸ ਦੀ ਗੱਲ ਵੀ ਨਹੀਂ। ਹੁਣ ਜਿਵੇਂ ਵਿੱਕੀ ਹੁਣੀ ਆਉਂਦੇ ਸੀਗੇ ਮਤਲਬ ਉਹਨਾਂ ਨਾਲ ਕੋਈ ਮੱਥਾ ਨਹੀਂ ਸੀ ਲਾਉਂਦਾ। ਠੀਕ ਹੈ ਜੀ। ਹੁਣ ਅਸੀਂ ਇੱਥੇ ਗਏ ਸੀਗੇ ਆਪਣੇ ਭੈਣੇ ਬੜਿੰਗਾ ਜੀ 25 ਵਿਸਾਖ ਦੀ ਬਾਜ਼ੀ ਛੱਡੀ ਹੋਈ। ਵਿੱਕੀ ਵੀ ਆਇਆ ਸੀ ਰੂੜੇ ਹੋਣੀ ਸੀ ਸਾਰੇ ਸੀ ਅਸੀਂ। ਚੱਲ ਹੁੰਦੀ ਹੁੰਦੀ 2 ਵਜੇ ਬਾਜ਼ੀ ਨਿਬੜਨ ਲੱਗ ਗਈ। ਠੀਕ ਹੈ ਜੀ। 500 ਵਾਲੇ ਸਾਰੇ ਮਾੜੇ ਹੋਏ ਜੀ ਜੀ ਜਿੰਨੇ ਕਹਿੰਦੇ ਵੀ 500 'ਚ ਕਰ ਲਓ। ਹੁਣ ਇਹ ਰੂੜੇ ਨੂੰ ਵੀ ਸੀਗਾ ਰੂੜੇ ਤਾਂ ਇਕੱਠੇ ਹੋ ਕੇ ਲਾਉਂਦੇ ਸੀ ਨਾ ਰੁਪਈਏ ਵਿਚਾਰੇ ਦਾ ਆਪਣੇ ਕੋਲ ਤਾਂ ਪੱਲੇਦਾਰ ਸਾਰੇ ਹੀ ਕਰਦੇ ਸੀ ਪੱਲੇਦਾਰ ਹੀ ਰੁਪਈਏ ਕਰਾ ਲੈਂਦੇ ਸੀ ਇਕੱਠੇ ਕਰਕੇ ਲਾਉਂਦੇ ਸੀ। ਉਹ ਮੈਂ ਵੀ ਮੇਰੇ ਨਾਲ 20 ਹੁੰਦਾ ਸੀ ਮੁੰਡਾ ਵਿਚਾਰਦੀ ਰੂਹ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਰੱਬ ਜਾਣੀ ਬਾਹਲਾ ਬੰਦਾ ਵਧੀਆ। ਜਿੱਦੇ ਜੋੜੀ ਟੁੱਟ ਗਈ ਮੇਰੀ ਉਹਦੇ ਦਾ ਹੀ ਫਰਕ ਪੈ ਗਿਆ। ਠੀਕ ਹੈ ਜੀ। ਬਹੁਤ ਬੰਦਾ ਵਧੀਆ ਜਾਣੀ। ਫਿਰ ਉਹਦੇ ਅਸੀਂ 500 ਰੁਪਈਆ ਜਾਣੀ
ਵਧਾਇਆ 200 ਮੁੱਢ ਸੀ। ਠੀਕ ਹੈ ਜੀ। ਯਾਨੀ 500 ਅਸੀਂ 300 ਨਾਲ ਲਾ ਕੇ ਅਸੀਂ ਛੱਡਤੇ। ਠੀਕ ਹੈ ਜੀ। ਅਤੇ ਸਾਡੀ ਯਾਨੀ ਕਬੂਤਰੀ 2 ਵਜੇ ਕੋਈ ਪਤਾ ਵੀ ਨਹੀਂ ਛੋੜਦੀ ਨੂੰ, ਮਹਾਂ ਵੀ ਅੱਜ ਸਾਰੇ ਦੜਾ ਜਿੱਤ ਲਾਂਗੇ। ਵੀਰ ਕਹਿੰਦਾ ਵੀ ਆਪਾਂ ਸਾਂਝੀ ਨਹੀਂ ਕਰਨੀ, ਉਹ ਥੋੜ੍ਹਾ ਜਿਹਾ ਇੱਕਣ ਕਹਿਣ ਨੂੰ ਤਕੜਾ ਸੀ। ਮੈਂ ਕਹਿ ਦੇਣਾ ਯਾਰ ਜਦ ਬੰਦਾ ਮੂੰਹ ਮੱਥੇ ਵਾਲਾ ਆਉਂਦਾ ਵੀ ਆਪਾਂ ਜਵਾਬ ਨਹੀਂ ਦੇਣਾ। ਠੀਕ ਹੈ ਜੀ। ਬਈ ਇੱਕਣ ਨਹੀਂ ਕਰਨਾ। ਅਤੇ ਉਹ ਭਾਈ ਹੁੰਦੀ ਹਮਾਉਂਦੀ ਕਬੂਤਰੀ ਸਾਡੀ ਉੱਤੋਂ ਪੱਟੀ ਗਈ। ਠੀਕ ਠੀਕ। ਸਾਨੂੰ ਐਂ ਜਾਣ ਸੀ ਵੀ ਉੱਤੋਂ ਉਤਰੂ ਰੂੜਾ ਮੈਨੂੰ ਪਰੇ ਕਰਕੇ ਕਹਿੰਦਾ ਕਹਿੰਦਾ ਗੱਲ ਸੁਣ ਮੇਰੀ, ਸਾਡੇ 'ਚੋਂ ਪਤਾ ਨਹੀਂ ਵਿੱਕੀ ਦਾ ਬਹਿ ਜਾਂ ਮੇਰਾ ਬਹਿ ਜਾ, ਸਾਡੇ ਹੀ ਦੋਨੇ 500 ਵਾਲੇ ਫਿਰਦੇ ਆ ਵੀ ਜੇ ਤਾਂ ਤੇਰੀ ਉੱਤੋਂ ਆਉਂਦੀ ਹੈ ਤਾਂ ਦੱਸਦੇ ਨਹੀਂ, ਅਸੀਂ ਤਾਂ ਵੰਡ ਲਵਾਂ ਮੈਂ ਤਾਂ ਉਹਦੇ ਨਾਲ ਜੀ, ਹੋ ਸਕਦਾ ਉਹਦਾ ਮੈਨੂੰ ਜਿੱਤ ਜੇ। ਚੱਲ ਮਹਾਂ ਵੀ ਤੁਸੀਂ ਵੰਡ ਲਓ ਜੇ ਉੱਤੇ ਆਉਂਦੀ ਆਊ ਆਊ ਤਾਂ ਮੈਂ ਤੈਨੂੰ ਦਿਖਾ ਦੂੰਗੀ ਤੁਸੀਂ ਵੰਡ ਲਓ। ਇਹਨਾਂ ਨੇ 500 ਵਾਲੀ ਵੰਡ ਲਈ, ਜਾਣੀ 300 ਵਾਲੇ ਨੇ ਦੜਾ ਜਿੱਤਿਆ ਉੱਥੇ। ਹੁਣ ਮੇਰੇ ਇਹ ਨਹੀਂ ਦਿਮਾਗ 'ਚ ਕਿਹੜੇ ਨੇ ਜਿੱਤਿਆ, ਇਹਨਾਂ ਦੇ ਵੀ ਬਹਿ ਗਏ। ਠੀਕ ਹੈ ਜੀ। ਯਾਨੀ ਉਦੋਂ ਮੁੱਢ ਬਹੁਤ ਘੱਟ ਲੋਕ ਵਧਾਉਂਦੇ ਸੀ। ਜਾਣੀ ਮੇਰੀ ਇਹ ਆਦਤ ਸੀ ਵੀ ਜੇ ਇੱਕ ਪਾਸੇ ਚੰਗੀ ਬਾਜ਼ੀ ਛੁੱਟੀ ਸੀ ਆ, ਦੂਜੇ ਪਾਸੇ ਮਾੜੀ ਆ, ਮੈਂ ਮਾੜੀ 'ਤੇ ਨਹੀਂ ਸੀ ਜਾਂਦਾ। ਠੀਕ ਹੈ ਜੀ। ਮੇਰੀ ਇਹ ਆਦਤ ਨਹੀਂ ਸੀ ਵੀ ਮਾੜੀ 'ਤੇ ਜਾ ਕੇ ਬਾਜ਼ੀ ਜਿੱਤ ਲਈਏ ਜਵਾਕਾਂ 'ਚ। ਠੀਕ ਹੈ ਜੀ। ਇੱਕਣ ਨਹੀਂ ਸੀਗੀ। ਖਿਡਾਰੀ ਚ ਜਾ ਕੇ ਖੁਸ਼ੀ ਮੈਂ ਵੀ ਹਰੀਏ ਜਿੱਤੀਏ ਵੀ ਜਾਈਏ ਖਿਡਾਰੀਆਂ 'ਚ, ਤਾਂ ਨੌਦਾਰੀ ਖਿਡਾਰੀ 'ਚ ਆਉਣੀ ਆ। ਹਾਂਜੀ ਹਾਂਜੀ। ਜਵਾਕਾਂ ਨੂੰ ਤਾਂ ਜਾਂ ਮਰਜ਼ੀ ਜਾ ਕੇ ਜਿੱਤ ਲਿਓ, ਪਰ ਹੁਣ ਜਵਾਕ ਵੀ ਨਹੀਂ ਜਿੱਤਣ ਦਿੰਦੇ। ਨਹੀਂ ਜਿੱਤਣ। ਹੁਣ ਤਾਂ ਜ਼ਮਾਨਾ ਬਦਲ ਗਿਆ। ਹਾਂਜੀ ਹਾਂਜੀ। ਹੁਣ ਤਾਂ ਮਤਲਬ ਜਿਵੇਂ ਅੱਗੇ ਕਹਿੰਦੇ ਗਾਉਣ ਵਾਲਾ ਇੱਟ 'ਤੇ ਬੈਠਾ, ਹੁਣ ਤਾਂ ਇੱਟ ਤੋਂ ਵੀ ਬਾਹਰ ਹੋਏ ਬੈਠਿਆ ਖਿਡਾਰੀ। ਹੁਣ ਤਾਂ ਪਤਾ ਨਹੀਂ ਕੌਣ ਜਿੱਤ ਜੇ। ਸਹੀ ਗੱਲ। ਹੁਣ ਤਾਂ ਜਾਣੀ ਗਮ ਗਾਹਾਂ ਲੰਘਿਆ ਪਿਆ। ਸਹੀ। ਜਾਣੀ ਕਿ ਉਸ ਟਾਈਮ ਤਾਂ, ਹੁਣ ਤਾਂ ਬਿੱਥਾਂ ਵਾਲੀ ਬਹੁਤ ਘੱਟ ਗੱਲ ਆ, ਉਦੋਂ ਤਾਂ ਕਬੂਤਰ ਘੰਟਾ ਘੰਟਾ ਬਿੱਥਾਂ ਨਾਲ ਮੈਂ ਬਾਜ਼ੀਆਂ ਜਿੱਤੇ ਹਾਂ। ਠੀਕ ਹੈ ਜੀ। ਜਾਣੀ ਬਹੁਤ ਤਕੜੇ ਉਹ ਕਬੂਤਰ ਉੱਡੇ ਨੇ। ਠੀਕ ਹੈ ਜੀ। ਅਤੇ ਬਾਈ ਜੀ ਆਪਣੇ ਉਸਤਾਦ ਕੌਣ ਸੀ? ਉਸਤਾਦ ਵਾਲੀ ਤਾਂ ਨਹੀਂ ਕੋਈ ਗੱਲ ਸੀਗੀ ਵੀ ਐਂ ਕੋਈ ਗੁਰੂ ਧਾਰਿਆ ਜਾਂ ਜਿਵੇਂ ਹੁਣ ਧਾਰਦੇ ਆ, ਮਤਲਬ ਮੇਰੀ ਮਾਸੀ ਸੀ ਦਿਉਣ। ਠੀਕ ਹੈ ਜੀ। ਜਿਵੇਂ ਹੁਣ ਨੀਲਾ ਦਿਉਣ ਵਾਲਾ ਮੇਰੀ ਮਾਸੀ ਦਾ ਪੁੱਤਾ। ਠੀਕ ਹੈ ਜੀ। ਗੁਜ਼ਰ ਗਿਆ ਵਿਚਾਰਾ ਬਿਮਾਰੀ ਨਾਲ, ਚਲੋ ਕਿਸੇ ਕਾਰਨ ਕਰਕੇ ਉਹਦੀ ਲਿਖੀ ਇੰਨੀ ਹੋਈ ਸੀ। ਹਾਂਜੀ ਹਾਂਜੀ। ਜਾਣੀ ਹੁਣ ਲੋਕ ਖਿਡਾਰੀ ਖਿਡਾਰੀ ਕਹੀ ਜਾਂਦੇ ਆ, ਖਿਡਾਰੀ ਬਣਨ ਨੂੰ ਗੱਲ ਵੀ ਕੁਛ ਨਹੀਂ, ਵੱਡੀ ਵੀ ਬਹੁਤ ਆ ਗੱਲ। ਠੀਕ ਹੈ ਜੀ। ਇਕੱਲੀ ਫੜਕੜੀ ਨਾਲ ਕਬੂਤਰ ਉਡਾਉਂਦਾ ਰਿਹਾ ਜੀ ਜੀ, ਕਿਸੇ ਨੇ ਨਹੀਂ ਮੰਨਣਾ। ਹੁਣ ਜੇ ਕੋਈ ਇੰਟਰਵਿਊ ਵੀ ਸੁਣਨਗੇ ਉਹ ਵੀ ਕਹਿਣਗੇ ਕਿਵੇਂ ਉੱਡ ਗਏ ਜੀ ਜੀ। ਜਾਣੀ ਮੈਂ ਉੱਥੇ ਰਹਿ ਰਿਹਾ ਦੇਖਿਆ ਇਕੱਲੀ ਫੜਕੜੀ ਨਾਲ ਉਹਨਾਂ ਦੇ ਕਬੂਤਰ ਘਰੇ ਲੋ 'ਚ ਦੋ ਦੋ ਢਾਈ ਢਾਈ ਵਜੇ ਤੱਕ ਪਿੰਡ ਉੱਡਿਆ ਕਰਨ। ਠੀਕ ਹੈ ਜੀ। ਮੈਂ ਕਹਿੰਦਾ ਕਹਿੰਦਾ ਕੀ ਦਿੰਦੇ ਆ, ਹੁਣ ਜਾਂ ਮੈਂ ਰਹਿੰਦਾ ਕੋਲੇ ਸੀ ਫਿਰ ਤਾਂ ਮੈਨੂੰ ਪਤਾ ਲੱਗਣਾ ਜੀ ਜੀ, ਕੁਛ ਨਹੀਂ ਸੀ ਦਿੰਦੇ ਬਾ ਕਬੂਤਰ ਨੂੰ ਬਸ। ਠੀਕ ਹੈ ਜੀ। ਕਬੂਤਰ ਮੱਚ ਗਿਆ ਤਾਂ ਉਹ ਕਹਿੰਦੇ ਉੱਡਣਾ ਨਹੀਂ ਬਸ। ਯਾਨੀ ਕਿ ਤੁਸੀਂ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰਿਆ? ਨਹੀਂ, ਉਹ ਗੁਰੂ ਧਾਰਨ ਵਾਲੀ ਨਹੀਂ ਗੱਲ ਸੀ ਕੋਈ। ਹਾਂਜੀ। ਮਤਲਬ ਜਿੰਨਾ ਕੁਛ ਉਹਨਾਂ ਨੂੰ ਪਤਾ ਸੀ ਉਨਾ ਕੁਛ ਆ ਕੇ ਮੈਂ ਕਰਨ ਲੱਗ ਗਿਆ। ਠੀਕ ਹੈ ਜੀ। ਉਦੋਂ ਬਾਅਦ ਹੌਲੀ 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 ਬਾਈ ਭੋਲਾ ਫੱਲੇ ਵਾਲੀ ਆ ਜੀ, ਇਹਦੇ ਨਾਲ ਤਲਕ ਜਿਵੇਂ ਆਂਢ ਗੁਆਂਢ ਹੋ ਜਾਂਦੇ ਆ, ਤਲਕ ਹੁੰਦੇ ਹੁੰਦੇ ਇਹ ਜਾਂਦਾ ਹੀ ਗਾਹਾਂ ਚਮਕੌਰ ਬਾਈ ਉਹਨਾਂ ਕੋਲ ਮਾਣੂ ਕੇ ਜੀ ਜੀ। ਚੱਲ ਫਿਰ ਇਹ ਕਿਸੇ ਟਾਈਮ ਲੱਗਿਆ ਮੈਂ ਇਹਦੇ ਨਾਲ ਮਾਣੂ ਕੇ ਗਿਆ ਜੀ ਜੀ। ਘੋਲੀਏ ਗਿੰਦਰ ਉਹਨਾਂ ਕੋਲ, ਬਾਈ ਉਹਨਾਂ ਕੋਲ, ਮੇਘੇ ਉਹਨਾਂ ਕੋਲ, ਮਾਣੂਕੇ ਵਾਲਿਆਂ ਕੋਲ, ਫਿਰ ਅਸੀਂ ਉੱਥੇ ਗਏ। ਉੱਥੇ ਜਦ ਅਸੀਂ ਗਏ ਫਿਰ ਉੱਥੋਂ ਇਹ ਪਹਿਲਾਂ ਤਾਂ ਆਪ ਲਿਆ ਕੇ ਛੱਡਦਾ ਰਿਹਾ। ਠੀਕ ਹੈ ਜੀ। ਇਹਨੇ ਬਹੁਤ ਜਾਣੀ ਉੱਥੋਂ ਲਿਆ ਕਬੂਤਰ ਛੱਡਿਆ, ਜਾਣੀ ਕਬੂਤਰ ਜਿਹੜੇ ਲਿਆ ਕੇ ਛੱਡਿਆ ਜਿੱਤੇ ਹੀ ਨੇ। ਠੀਕ ਹੈ ਜੀ। ਚਲੋ ਇਹਦੇ ਨਾਲ ਜਾਂਦੇ ਆਉਂਦੇ ਰਹੇ, ਜਾਣੀ ਆਉਣੀ ਬਣ ਗਈ, ਜਾਣੀ ਆਉਣੀ ਬਣਦੇ ਬਣਦੇ ਹੌਲੀ ਹੌਲੀ ਫਿਰ ਮੈਂ ਇਕੱਲਾ ਵੀ ਗਿਆ। ਠੀਕ ਹੈ ਜੀ। ਅਤੇ ਇਹ ਵੀ ਜਾਂਦਾ ਰਿਹਾ ਇਕੱਲਾ, ਮੈਂ ਵੀ ਜਾਂਦਾ ਰਿਹਾ, ਜਾਣੀ ਬੰਦੇ ਬਹੁਤ ਬੀਬਾ ਸੀ ਉਹਦੀ ਵਿਚਾਰ ਦੀ ਮੌਤ ਹੋ ਗਈ ਚਮਕੌਰ ਦੀ, ਮੈਨੂੰ ਤਾਂ ਭੋਗ ਤੋਂ ਬਾਅਦ ਪਤਾ ਲੱਗਿਆ ਜੀ ਜੀ। ਅਤੇ ਜਾ ਨਹੀਂ ਹੋਇਆ, ਕਿਉਂਕਿ ਪਤਾ ਨਹੀਂ ਲੱਗਿਆ ਤਾਂ ਜਾ ਨਹੀਂ ਹੋਇਆ। ਠੀਕ ਹੈ ਜੀ। ਅਤੇ ਹੁਣ ਜਾ ਕੇ ਆਵਾਂਗੇ ਕਿਸੇ ਦਿਨ। ਠੀਕ ਹੈ ਜੀ। ਅਤੇ ਮੁੰਡਾ ਉਹਦਾ ਜਗਿੰਦਰ ਬਹੁਤ ਜਾਣੀ ਵਧੀਆ ਬੰਦੇ ਨੇ, ਘੋਲੀ ਵਾਲਾ ਗਿੰਦਰ ਆ ਬਾਈ, ਉਹਦੇ ਕੋਲ ਚਲੇ ਜਾਈਏ। ਮਤਲਬ ਜਿੰਨਾ ਕੁ ਘੋਲੀ ਵਾਲੇ ਗਿੰਦਰ ਨੇ ਦੱਸਿਆ ਕੁਛ ਬਾਈ ਚਮਕੌਰ ਨੇ ਦੱਸਿਆ, ਇਹ ਗੱਲਾਂ ਰਲਾਉਂਦੇ ਗਏ ਹੌਲੀ ਹੌਲੀ ਕਰਕੇ। ਉਹ ਰਲਾਉਂਦੇ ਰਲਾਉਂਦੇ ਕੁਛ ਆਪਦੇ ਦਿਮਾਗ ਨਾਲ ਕੰਮ, ਬਾਜ਼ੀਆਂ 'ਤੇ ਸੀ, ਬਾਜ਼ੀਆਂ 'ਤੇ ਆਉਂਦੇ ਹੁੰਦੇ ਆ ਬਾਈ ਭੋਲੀ ਆਉਂਦਾ ਹੁੰਦਾ ਬਜ਼ੁਰਗ ਆਪਣਾ ਰਾਮਪੁਰੇ ਵਾਲਾ ਜੀ ਜੀ। ਇਹਨੇ ਬਹਿ ਕੇ ਹੁਣ ਗੱਲਾਂ ਕਰਨ ਲੱਗ ਜਾਣੀਆਂ ਮੇਰੇ ਕੋਲ, ਗੱਲਾਂ ਕਰ। ਖਿਡਾਰੀ ਉਹ ਬਣ ਸਕਦਾ ਜਾਂ ਆਵਾਜ਼ ਮੂੰਹ 'ਚੋਂ ਨਿਕਲੀ ਨਹੀਂ ਤਾਂ ਗੱਲ ਫੜੀ ਨਹੀਂ। ਠੀਕ ਹੈ ਜੀ। ਜਾਂ ਗੱਲ ਫੜ ਲਈ ਖਿਡਾਰੀ ਬਣ ਗਿਆ ਜੀ। ਇਹੋ ਜਿਹਾ ਕੋਈ ਵੀ ਬੰਦਾ ਨਹੀਂ ਜਿਹਨੇ ਖਿਡਾਰੀਆਂ ਦੀ ਗੱਲ ਫੜੀ ਹੋਵੇ, ਬਹੁਤ ਘੱਟ ਲੋਕ ਨੇ ਜਿਹੜੇ ਗੱਲ ਫੜਨਗੇ। ਉਹ ਮਹਿੰਦਰੀ ਨੇ ਮੈਨੂੰ ਬਹਾ ਲੈਣਾ ਕੋਲ, ਬਾਈ ਨੇ, ਬਾਬੇ ਨੇ, ਬੈਠੇ ਬੈਠੇ ਗੱਲਾਂ ਚੱਲੀ ਜਾਣੀਆਂ, ਨਾਲ ਸ਼ੇਰੀ ਹੋਣੀ ਹੁੰਦੇ ਉਹਦੇ ਪਿੰਡ ਦੇ ਹੋਰ ਮੁੰਡੇ ਹੁੰਦੇ, ਬੈਠੇ ਬਾ ਗੱਲਾਂ ਚੱਲਦੀਆਂ ਚੱਲਦੀਆਂ ਉਹਨਾਂ ਨੇ ਠਾੜ ਵਾਲੀ ਬੋਲੀ ਬੋਲਣੀ, ਆਪਣੇ ਤਾਂ ਪਤਾ ਹੀ ਨਹੀਂ ਠਾੜ ਵਾਲੀ ਬੋਲੀ ਦਾ ਕਿਸੇ ਨੂੰ। ਹਾਂਜੀ ਹਾਂਜੀ। ਉਹਨਾਂ ਨੇ ਬੋਲੀ ਬੋਲਣੀ ਮੈਂ ਫੜ ਲੈਣੀ, ਉਹ ਜਾਣੀ ਮੇਰੇ ਤੋਂ ਵੀ ਲੁਕਾਉਂਦੇ ਸੀ। ਹਾਂਜੀ ਹਾਂਜੀ। ਮੈਂ ਉਹ ਬੁੱਝੀ ਗਿਆ ਵੀ ਇਹ ਬੋਲਦੇ ਆ, ਮੈਂ ਸਮਝ ਜਿਆ ਕਰਾਂ ਵੀ ਇਹ ਗੱਲ ਕਿੱਥੇ ਕਰਦੇ ਆ, ਮੈਂ ਉਹੀ ਗੱਲਾਂ ਫੜੀ ਗਿਆ। ਹੁਣ ਗੱਲ ਫੜਦੇ ਵੇਲੇ ਹੁਣ ਸਾਡੇ ਪਿੰਡ ਦੇ ਕਈ ਗਰੀਬ ਵਿੱਕੀ ਕੋਲ ਜਾਂਦੇ ਆ, ਉਹ ਮੁੰਡੇ ਨੇ ਆ ਕੇ ਮੈਨੂੰ ਇੱਕ ਕਹਿੰਦਾ ਕਹਿੰਦਾ ਯਾਰ ਵਿੱਕੀ ਐਂ ਕਰਦਾ ਸੀ, ਉਹਨੂੰ ਪਤਾ ਨਹੀਂ ਲੱਗਿਆ ਮੈਂ ਫੜ ਲਈ। ਠੀਕ। ਗੱਲ ਤਾਂ ਫੜਨ ਦੀ ਆ ਕਿ ਨਾ ਵੀ ਉਹ ਕਰਦਾ ਕਿਉਂ ਸੀ। ਸਹੀ ਹੈ ਜੀ। ਉਹਨੂੰ ਉਹਨੂੰ ਤਾਂ
सही है जी। फिर खिडारी बन का होर नुकता वा, जिदे थोड़ा कबूतर बह के हार गया उन्हूं तुसीं देखना भी की कमी ना रहे। जिहड़ा बंदा उहदी कमी लभण लग गया उह खिडारी बन गया, जिन्ना चिर उहदी कमी नहीं लभदी उन्ना चिर उह खिडारी नहीं बनता। आ मुंडा बलराज भटिया भीटा ये मैनूं कहदा कि चाचा भई कबूतर सारे चारां पंजां जा के हरी जांदा गाहां क्यों नहीं हुंदा। मां करन वाला नहीं गाहां करदा। ठीक है जी। कबूतर तां गाहां हो जाण पर करन वाले दे बेईमानी आ। जे हुण करन वाले दे बेईमानी आ गई फिर तां जाणा ही नहीं कबूतर ने गाहां, फिर नहीं जाणा जी। हाँ फिर इहदे दिमाग 'च गल बैठी होऊ, फिर इन्होंने आपका चेंज कर लिया कम। ये गल्लां ने जिहड़ी खिडारी दा तां बणू जे दसे ते उहदी गल फड़ जे। जी जी। हुण आ बाई आ देव राजगढ़ों ये भी गल फड़दा। ਗੱਲਾਂ ਅਸੀਂ ਹੁਣ ਆਪਸ ਵਿੱਚ ਹੀ ਕਰਦੇ ਰਹਿੰਦੇ ਹਾਂ, ਗੱਲ ਤਾਂ ਫੜਨ 'ਤੇ ਆ। ਕਈ ਬੰਦਿਆਂ ਨੂੰ ਹੁੰਦਾ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਯਾਰ ਕਾਹੇ ਦਾ, ਊਈ ਗੱਲਾਂ ਮਰੀ ਜਾਣਗੇ। ਕਈ ਬੰਦੇ ਹੋ ਜਾਂਦਾ ਅੱਡੋ ਅੱਡੀ ਸੋਚ ਆ ਹਰੇਕ ਬੰਦੇ ਦੀ, ਗੱਲ ਫੜ ਕੇ ਖਿਡਾਰੀ ਨੇ ਬਣਨਾ ਖਿਡਾਰੀ, ਊਂ ਤਾਂ ਖਿਡਾਰੀ ਨਹੀਂ ਬਣ ਸਕਦਾ। ਠੀਕ ਹੈ ਜੀ। ਅਤੇ ਜਾਣੀ ਕਿ ਤੁਹਾਡਾ ਕੋਈ ਕਹਿਣ ਦਾ ਮਤਲਬ ਇਹ ਤੁਹਾਡਾ ਗੁਰੂ ਕੋਈ ਨਹੀਂ, 11 ਮਿੱਤਰਾਂ 'ਚੋਂ? ਹਾਂ 11 ਮਿੱਤਰਾਂ ਦੀ ਖੇਡ ਆ ਬਸ, 11 ਮਿੱਤਰਾਂ 'ਚੋਂ ਦਿਮਾਗ ਆਪਦੇ ਨਾਲ ਤਿਆਰ ਕਰੀ ਆ ਗਾਹਾਂ। ਠੀਕ ਹੈ ਜੀ। ਅਤੇ ਤੁਹਾਡੇ ਗਾਂ ਚੇਲੇ ਕਿੰਨੇ ਆ ਜੀ? ਵੀਰੇ ਓਕਣ ਚੇਲਾ ਕੋਈ ਨਹੀਂ, ਜਿਵੇਂ ਲੋਕਾਂ ਨੇ ਮੈਨੂੰ ਦੱਸਿਆ ਸੀ ਜਿੰਨੇ ਕੁ ਮੇਰੇ ਏਰੀਏ 'ਚ ਸਾਡਾ ਮੇਰੇ ਭਾਈਆਂ ਗੁਈਆਂ ਹੈ ਰਿਸ਼ਤੇਦਾਰੀ, ਮੇਰਾ ਭੈਣ ਵਿਆਹ ਸੀ ਇਹਨਾਂ ਦੇ ਵੱਡੇ ਭਾਈ ਨੂੰ। ਠੀਕ ਹੈ ਜੀ। ਅਤੇ ਜਿੰਨਾ ਕੁ ਸਾਨੂੰ ਗਾਹਾਂ ਤੋਂ ਲੱਭਿਆ ਕੁਛ ਓਨਾ ਕੁ ਮੈਂ ਇਹਨਾਂ ਨੂੰ ਦੱਸਤਾ। ਉਹ ਮੁੰਡਾ ਮੇਰਾ ਦੋਸਤ ਆ ਗੁਜਰਾਲ ਤੋਂ, ਅਮਨਦੀਪ ਕਨੇਡਾ। ਜੀ ਜੀ। ਹੁਣ ਉਹ ਉੱਧਰ ਬਾਜ਼ੀਆਂ ਛੱਡ ਰਿਹਾ, ਮਤਲਬ ਉੱਧਰ 14-14, 15-15 ਘੰਟੇ ਦਾ ਦਿਨ। ਹਾਂਜੀ ਹਾਂਜੀ। ਉਹ ਪਿਛਲੇ ਸਾਲ ਉਹਨੇ ਬਾਜ਼ੀਆਂ ਛੱਡੀਆਂ, ਕਹਿੰਦਾ ਬਾਈ 14 ਘੰਟੇ ਉੱਡ ਕੇ ਦਿਨ ਸੀ 14 ਘੰਟੇ ਦਾ, ਕਹਿੰਦਾ ਉਦੋਂ ਬਾਅਦ ਰਾਤ ਨੂੰ ਉੱਤੇ ਰਹਿ ਗਏ, ਸਵੇਰ ਨੂੰ ਲਾਹ ਕੇ ਲਿਆਉਂਦੀ। ਕਹਿੰਦਾ ਜੋੜੀ ਛੱਡੀ ਸੀ, ਜੋੜੀ ਦੀ ਜੋੜੀ ਉੱਤੇ ਰਹਿ ਗਈ, ਕਹਿੰਦਾ ਸਵੇਰ ਨੂੰ ਲਾਹ ਕੇ ਲਿਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਖੇਡ ਤਾਂ ਉਹੀ ਖੇਡ ਆ, ਉਹੀ ਖੇਡ ਦਿੱਤੀ ਆ, ਉਹੀ ਤਾਂ ਨੀਲਾ ਦੇ ਉਡਾਉਂਦਾ ਰਿਹਾ। ਹੁਣ ਉੱਥੇ ਨੀਲੇ ਨੇ ਹੋਰਾਂ ਨੂੰ ਵੀ ਕਈਆਂ ਨੂੰ ਦੱਸੀ ਆ, ਮਤਲਬ ਜਿਹੜਿਆਂ ਨੂੰ ਦੱਸੀ ਸੀ ਪਹਿਲਾਂ ਚਿਰ ਹੋ ਗਿਆ ਉਹਨਾਂ ਕੋਲ ਉਹ ਖੇਡ ਹੀ ਨਹੀਂ। ਠੀਕ ਹੈ ਜੀ। ਉਦੋਂ ਜਿਹੜੀ ਦੱਸੀ ਸੀ ਉਹ ਹੋਰ ਆ, ਜਿਹੜੀ ਮੈਂ ਬਦਲੀ ਆ ਉਹ ਹੋਰ ਆ। ਠੀਕ ਹੈ ਜੀ। ਮੈਂ ਉਹਦੇ 'ਚ ਚੇਂਜ ਕਰਿਆ, ਮੈਂ ਫਿਰਿਆ ਵਾਲਾ, ਨੀਲਾ ਕਿਤੇ ਗਿਆ ਨਹੀਂ। ਵਾਸੀ ਦਾ ਮੁੰਡਾ ਤਾਂ ਘਰੇ ਰਹਿੰਦਾ ਸੀ, ਭਗਤ ਬੰਦਾ ਸੀ, ਉਹ ਤਾਂ ਕਿਸੇ ਕੋਲ ਜਾ, ਮੈਂ ਫਿਰਿਆ ਵਾਲਾ ਕਰਕੇ ਫਿਰ ਮੈਂ ਉਹ 'ਚ ਸੋਧ ਕਰਤੀ। ਮਾਂ ਵੀ ਤੂੰ ਐਂ ਨਾ ਕਰਿਆ ਕਰ, ਐਂ ਕਰ, ਚਾਹੇ ਨਾ ਮੁੰਡੇ ਦਾ ਭੂੰਤਰੋਂ ਭਾਣ ਜਾ ਸਾਡਾ, ਬਹੁਤ ਕਬੂਤਰ ਉੱਡਦੇ ਆ ਨਜਾਇਜ਼। ਪਿਛਲੇ ਸਾਲ ਬਹੁਤ ਉੱਡੀ ਹੈ, ਡੱਬ ਵਾਲੀ ਕੰਨੀ ਛੱਡੀ ਸੀ ਉਹਨੇ, ਪੰਜਾਂ ਨੇ ਇੱਕ ਪਾਸੇ ਵੰਡ ਲਈ ਸੀ। ਜੀ ਜੀ। ਉਹ ਕੱਚੀ ਪੁੱਚੂ ਵਾਲਾ ਨੇ 3-4 ਹੋਰ ਸੀ, ਕਿਹੜੇ ਕਿਹੜੇ ਸੀ ਜੱਗੂ ਨਾਲ ਹੋਰ, ਗੰਗੂ ਕਿਹੜਾ ਉਹ ਵੱਜਦਾ ਇੱਕ, ਹੈਂ ਰਾਹੁਲ ਗੰਗਾ, ਇਹ ਕਈ ਜਾਣੇ ਸੀ ਉਹਨਾਂ ਨੇ, ਪੰਜਾਂ ਨੇ ਸਾਈਡ 'ਤੇ ਵੰਡ ਲਈ। ਉੱਥੇ ਚਹਿਣੇ ਹੋਣੀ ਕਹਿੰਦੇ ਵੇਚ ਤਾਂ ਵੰਡਣੀ ਨਹੀਂ, ਨੀਲੇ ਦੇ ਆਉਣ ਦੇ ਨਾਂ 'ਤੇ ਸੀ, ਕਹਿੰਦਾ ਅਸੀਂ ਨਹੀਂ ਵੰਡਣੀ। ਹੁੰਦੀ ਕੱਚੀ ਪੁੱਚ ਵਾਲਾਂ ਦੀ ਇਕੱਲੀ ਰਹਿ ਗਈ ਨਾਲ। ਉਹਦੇ ਦੱਸਣ ਦੀ ਗੱਲ ਆ, ਕਹਿੰਦਾ ਮਾਮਾ ਵੀ ਮਤਲਬ ਐਂ ਮੂਹਰੇ ਤੁਰੀ ਜਾਂਦੀ ਕੱਚੇ ਪੁੱਚ ਜਾਂਦੀ, ਕਹਿੰਦਾ ਟਾਵਰ 'ਚ ਪੈਰ ਮਾਰ ਗਈ, ਬਹਿ ਗਈ, ਜਾਣੀ ਬਹਿ ਕੇ ਉੱਠ ਖੜੀ, ਕਾਪੀ ਵਾਲਾ ਥੱਲੇ ਖੜਾ। ਠੀਕ ਹੈ ਜੀ। ਜਾਣੀ ਲੋਕਾਂ ਦੀ ਰੌਲਾ ਪਾਉਣ ਦੀ ਗੱਲ ਦੇਖੋ, ਕਾਪੀ ਵਾਲਾ ਥੱਲੇ ਖੜਾ, ਕਹਿੰਦਾ ਉਹਨਾਂ ਦੀ ਬਹਿ ਕੇ ਉੱਡ ਗਈ, ਆਪਣੀ ਜਾ ਕੇ ਟਾਵਰ ਤੋਂ ਹਿੱਲੀ ਨਹੀਂ। ਹੁਣ ਜਿੱਤੀ ਤਾਂ ਫਿਰ ਜਿਹੜੀ ਮਗਰੋਂ ਜਾ ਕੇ ਬੈਠੀ ਉਹੀ ਆ, ਉਹ ਤਾਂ ਸਾਰਿਆਂ ਵੀ ਸਾਰਿਆਂ ਦੀ ਨਾ, ਪਰ ਲੋਕਾਂ ਨੇ ਕਾਪੀ ਵਾਲੇ ਨੂੰ ਸਹੁੰ ਖਿਲਾਈ। ਠੀਕ ਹੈ ਜੀ। ਕਾਪੀ ਵਾਲਿਆਂ ਨੂੰ ਸਹੁੰ ਖਿਲਾ ਕੇ ਫਿਰ ਵੀ ਪੰਜੀ ਥਾਈਂ ਬਾਜੀ ਵੰਡੀ, ਇਕੱਲੇ ਦੀ ਬਾਜੀ ਸੀ। ਜਾਣੀ ਉਹ ਚੈਨੇ ਦੇ ਬਹੁਤ ਉੱਡਦੇ ਆ, ਪੀਰਾਂ ਨਾਲ ਵੀ ਬਹੁਤ ਸਾਂਝੀਆਂ ਕਰੀਆਂ ਉਹਨੇ ਆਪਦੇ ਇਲਾਕੇ 'ਚ ਉੱਧਰ। ਜਾਣੀ ਖੇਡ ਉਹੀ ਆ, ਮਤਲਬ ਉਹੀ ਗੱਲ ਹੈ ਜਿਵੇਂ ਬਲਰਾਜ ਭੀਟਾ ਵਿਚਾਰਾ ਮੇਰਾ ਭਤੀਜਾ ਦੱਸਦਾ ਹੁੰਦਾ, ਉਹ ਚੈਨੇ ਦਾ ਵੀ ਇੱਕ ਦਿਨ ਫੋਨ ਆਇਆ ਮੈਨੂੰ, ਕਹਿੰਦਾ ਮਾਮਾ ਗੱਲ ਕੀ ਆ ਵੀ ਆ 4 ਥੱਲੇ ਬਹਿ ਗਿਆ, 5 ਥੱਲੇ ਬਹਿ ਗਿਆ। ਮੈਂ ਤੇਰੇ ਕਰਕੇ ਬਹਿੰਦਾ, ਖੇਡ 'ਚ ਨਹੀਂ ਫਰਕ, ਇਹ ਤੇਰੇ 'ਚ ਫਰਕ ਆ, ਇਹਨੂੰ ਸਿੱਧੀ ਕਰਦੇ ਆਪੇ ਉੱਡ ਜੂ। ਬਹੁਤ ਸਿੱਧਾ ਕਰਤਾ ਉਹਨੇ, ਉੱਡਣ ਲੱਗ ਗਏ, ਉੱਡਣੇ ਹੀ ਨੇ ਫਿਰ ਜਦ ਉੱਥੇ ਜਿੱਥੇ ਘਾਟ ਆ ਉਹ ਨਿਕਲ ਗਈ, ਉਹਨੇ ਕਰਨਾ ਹੀ ਕਰਨਾ। ਠੀਕ ਹੈ ਜੀ। ਉਹ ਕੋਈ ਵੀ ਜੇ ਮੁੰਡਾ ਕਬੱਡੀ ਖੇਡਦਾ, ਜੇ ਉਹਦਾ ਸਰੀਰ ਸੈੱਟ ਆ, ਸਹੀ ਆ ਸਾਰੇ ਪਾਸਿਓਂ, ਤਾਂ ਰੇਡ ਪੈਣੀ ਆ, ਨਹੀਂ ਤਾਂ ਪੈਣੀ ਨਹੀਂ। ਨਹੀਂ, ਸਹੀ ਗੱਲ ਹੈ ਜੀ। ਅਤੇ ਆਪਣੇ ਕੋਲ ਜ਼ਿਆਦਾਤਰ ਨਸਲ ਕਿਹੜੀ ਹੈ ਜੀ? ਨਸਲ ਤਾਂ ਜ਼ਿਆਦਾ ਕਬੂਤਰ ਤਾਂ ਮੈਂ ਚਮਕੌਰ ਤੋਂ ਲੈ ਗਿਆ ਮਾਨੂਗਾ। ਠੀਕ ਹੈ ਜੀ। ਜਾਣੀ ਮਾਸੀ ਦੇ ਮੁੰਡੇ ਨਾਲੋਂ ਵੀ ਵੱਧ ਲਿਆਉਂਦੇ ਨੇ ਉੱਥੋਂ। ਠੀਕ ਹੈ ਜੀ। ਮਾਸੀ ਦੇ ਮੁੰਡੇ ਵਾਲੇ ਕਬੂਤਰ ਆ ਕੇ ਇੱਧਰ ਤੜਕਦੇ ਸੀ ਥੋੜ੍ਹੇ ਜਿਹੇ। ਠੀਕ ਹੈ। ਇਹਨਾਂ ਦੇ ਪਿੰਡ ਖੁੱਲ੍ਹੇ ਆ ਉੱਧਰ, ਚਮਕੌਰ ਦੇ ਪਿੰਡਾਂ ਨਾਲੋਂ ਵੀ ਬਹੁਤ ਦੂਰ ਪਿੰਡ ਨੇ, ਉੱਥੋਂ ਵੀ ਲਿਆ ਕੇ ਜੇ ਮੈਂ ਛੱਡਣੇ ਉਹ ਤੜਕਦੇ ਸੀ। ਬਾਕੀ ਉਹ ਕਬੂਤਰ ਹੀ ਤੜਕਣ ਵਾਲੇ ਡਾਉਂਦਾ ਸੀ, ਨੀਲੇ ਦਾ ਸੁਭਾਅ ਹੀ ਇਹ ਸੀ। ਉਹ ਕਹਿੰਦਾ ਜਿਹੜਾ ਤੜਕੂਗਾ ਫਿਰ ਉਹ ਰਣ ਨਹੀਂ ਕਿਸੇ ਨੂੰ ਦਿੰਦਾ। ਠੀਕ ਹੈ ਜੀ। ਜਾਣੀ ਉਹਦਾ ਆਪਦਾ ਸੁਭਾਅ ਸੀ। ਫਿਰ ਜ਼ਿਆਦਾ ਜਾਣੀ ਮੈਂ ਗਿੰਦਰ ਬਾਈ ਨੇ ਦਿਵਾਉਣੇ, ਘੋਲੀ ਵਾਲੇ ਨੇ ਮੈਨੂੰ ਮੇਘੇ ਦੇ ਘਰੋਂ ਲਿਆਉਂਦੇ ਰਹੇ ਹਾਂ। ਜਾਣੀ ਚਮਕੌਰ ਤੋਂ ਤਾਂ ਅਣਗਿਣਤ ਕਬੂਤਰ ਆਏ ਨੇ ਜੀ। ਉਹਨਾਂ ਦੀ ਫਿਰ ਤੁਸੀਂ ਲਿਆ ਕੇ ਮੈਸ ਕਿਹਦੇ ਨਾਲ ਪਾਈ ਜੀ? ਨਹੀਂ, ਮੈਸ ਪਾਉਣ ਵਾਲੀ ਵੀ ਗੱਲ ਨਹੀਂ ਗੀ। ਹਾਂਜੀ। ਜਾਣੀ ਬਾਜ਼ੀਆਂ ਵਾਲੀਆਂ ਛੱਡੀਆਂ ਮੈਂ ਲਿਆ। ਠੀਕ ਹੈ। ਜਾਣੀ ਜਾਣੀ ਉਹਨੇ ਜਿਹੜੇ ਕਬੂਤਰ ਬੰਦ ਕਰ ਦੇਣੇ, ਪੱਠੇ ਪੱਠੀਆਂ ਸਾਫ਼ ਹੋਏ ਹੋਏ, ਉਹਦੀ ਉਡਾਣ ਦਾ ਅੱਡ ਸੀਗੀ ਆਪਦੀ। ਉਹ ਬਾਜ਼ੀ ਜਿੰਨਾ ਜਿਹਦਾ ਪਿੰਡ ਉੱਡਦਾ ਸੀ, ਜੇ ਕੱਲ੍ਹ ਅੱਜ ਬਾਜ਼ੀ ਇੱਥੇ 4 ਮੁੱਕ ਗਈ, ਜਾਂ ਗੁਜਰਾਲ ਲਾ ਲਈਏ ਮਾਣੂਕਾ ਦੇ ਨਾਲ ਘੋਲੀਏ, 4 ਬਾਜ਼ੀ ਮੁੱਕੀ, ਉਹਦੇ ਪਿੰਡ 4 ਉੱਡਦਾ ਤਾਂ ਅਗਲੀ ਬਾਜ਼ੀ ਉਹਨੇ ਛੱਡਣੇ ਆ। ਜੇ ਉਹਦੇ ਘੱਟ ਉੱਡਦੇ ਜਿਹੜੇ ਉਹਨੇ ਬੰਦ ਕਰ ਦੇਣੇ। ਕਿਰਾਂ ਗੁਜਰਾਲ ਆਏ ਇੱਥੇ, ਕਬੂਤਰ ਤਾਂ ਉਹਨਾਂ ਦਾ ਖਾਨੀ ਨਿਕਲ ਕੇ ਰਿਹਾ, ਖਾਨੀ ਬਹਿ ਕੇ ਰਿਹਾ, ਮੇਰੇ ਹੁਣ ਦਿਮਾਗ 'ਚ ਨਹੀਂ।
वह मुंडा का कह लग्या चमकौर का कहता भी बई आ जी तू कहता सत्त अठ पठे चंगे ने भी बा पापे ने बंद करते मैं भी क्यों कहता उड़ते ही 12 बजे तक ने महा मैं लैन आऊँगा भी मैं आमद्या नहीं बाजियाँ जित लूँ ठीक है जी नाले हूँ इतने लोग खुराक बाली दें जो चमकौर की सुने हूँ तो हैरान हो जाओगे तुम जानी सत्त बदम दिता हों ठीक है कोई खुराक सियाल च नहीं कुछ नहीं ब सादे दाने पाने बस सत्ते ही बदम देने उन्हें चमकौर को जानी जब मैं जाके लैके आया कबूतर फिर वो लिया के फिर मैं बाजियाँ छड़े ठीक है जी पहला असी उन्होंने जो कबूतर रत्ता छड़िया रसीन बहुत उड्डया ये अमरी भी उत्थे सी मैं तो गया नहीं जानी बीत मुंडा लैके जाता हूँ जी मैं पेंड ही सगा जानी ये राजा देव भी मुंडा उत्थे सगा कहते भी बहुत उड्डया रत्ता उद्दे बहुत जानी वधिया उड्डया उदू बाद असी लोहट बत्ती छड्या दूजा कबूतर जानी मैं उही सत्त बदम ही रखे उन्होंने जानी 15 दिन च मैं सारे छड़ते नाले चमकौर का कोई बदम नहीं चार हूँ तुम देख लो भी सत्त बदमा 15 दिन च की 100 गिरी खाधी 105 गिरियां बन दी 105 नहीं 15 खा गए हो गए बस जे एक अद्धी वध घट हो गई जानी रत्ते नालों भी लोहट बद्दी बाला उड्डया ठीक है चिट्टिया अखा का ज्यों सिरा सीगा पठा फर सर जानी उद्दे साडे ना उन्होंने धोखा किया कबूतर दद्दा हूरद्या के नौते डबल छड़ाता छड़ाया पता नहीं किने पिंड ने हूँ जानी बाजी कल्या की बनती सी फिर असी जानी ढांगी तो कबूतर बहाया उदू बाजी मुक्की तो भी अद्धा घंटा बाद ठीक है जी तो ज़्यादातर अक्सर बाजिया थोड़े ना भी कहीं धक्का होया भी जिरदा कबूतर कटता अक्सर लोग अजक गल जी साड़ा फिरदा कटता जी बार कह दें कापी वाला भज जाता इदा थोड़े ना भी कदे होया नहीं भी एक तो नहीं कदे होया भी मेरा फिरदा कटता हो घगराने का तो आप देखा भी एवं किसी के सिर इल्जाम ला दा मैं वो नहीं मतलब भाई कबूतर उत्थे ये आप बराज भीटा ही दिखाता पिछले साल की गल आ उहदे बारे मैनू ए नहीं क्लीयर होया भी मैं इल्जाम उन्ना चिर नहीं लाउंदा जिन्ना चिर मेरे अखी ना गल होवे हजे मैनू मैं तो पिंड ही सीगा कि वह कटता होण नहीं सी दिंदे मोबाइल ते ही कम चलता ही ना मैनू ये चलाउणा आउंदा ना मेरे कोले हैगा इह जां मैनू चलाउणा नहीं आउंदा मैं रखणा कहदे लई आ मैनू भीटे नूं फोन ला लैंदा ही जां सोनी नूं ला लैंदा ही थोड़े चिर बाद कबूतर खानी 5-4 कर रहिंदे ही मैं भीटे नूं फोन लाया महा भीटे बई कै रहिंदे आ कहिंदा भी 4-5 चाचा मैनूं तां फिरदे लगदे आ ठीक है जी महा अपना फिरदा ये कहता तू आ जा तू फिरदे दी गल करता भी कबूतरे का थले ही नहीं देखे आ गए अजे तक भी घर ही नहीं दस्या कित्थे आ चल महा मैं आना कहता कि महा कित्थे खड़ा कहता इधरले पासे खड़ा मैं चल चलिया गया कोले इहने जाणी के जोर ला लिया उन्होंने फोन करके के पुछण नूं कापी वाले नूं भी किन्ने कबूतर रहिंदे आ उन्होंने कबूतर ही नहीं दसे भी किन्ने रहिंदे आ महा भीटे दसदे नहीं कहता नहीं महा दस दिओ तां नहीं जिहड़ा कापी ते खड़ा कहना उन्होंने किसे आपदे दा कबूतर चंगा कुछ ठीक है जी बई उदों फोन आऊगा जब बाकी कबूतर माड़े हो गए वो चंगा ही फिरदा है जे वो माड़ा हो गया फिर फोन आजू ये कहता तैनू की पता मैं तू ठहर सही 10 मिनट हूँ तो 10 मिनट का ही खेडा 10 मिनट नहीं लंघे जानू फोन इनू आ गया कहता भीटे अपने 2 रह गए वो मेरे वाले कबूतर की रिकॉर्डिंग पाती है कहता कितने बैठा कहता साड़ी कापी तो आके लै जाओ कापी वाले को मैं इनू भीटे महा मैं कबूतर तो फड़ा जाके जब मैं कापी वाले को गया महा भी लियाओ कबूतर मेरा कितने आ वो कहिंदे फलाने मुंडे कोले आ मैं उहदे घरे चलिया गया उत्थों लैके कापी वाले दे कोल बंदा जद उहदे कोले गया वो कहिंदा मैं तां फड़े ही हरी टौरी दा ठीक है जी मेरे वाले दे हरा ढिड सी वो कहिंदा मैं फड़े ही हरी टौरी दा हरे ढिड दा फड़े नहीं मां फिर मेरा कबूतर कित्थे आ वो कहिंदा मैनूं तां पता नहीं हुण उत्थे इक तां पुलिस दा डर सी मैं उत्थों ही पिंड नूं ही लंघिया मैं पिछे नहीं गया कापी वाले कोले नहीं गया मैं पिंड नूं ही लंघिया मैं चल कटता कटाता हुण इहनां जवाकां नाल पहलां तां उहनां ने सवेरे ही मेरे हैरान वाली गल हो गई सवेरे साढ़े पिंड के मुंडे ने कबूतर लिखाया मेरा इंटर कराया उदू वो जब मैं लैके चलिया गया कबूतर ना लिखण ठीक है जी पहला तो मैं उन्होंने कह लगा वो मुंडे खेड ही साढ़े पिंडों चली है हे इतने खेड की खेड ही नहीं होंगी ये तो खेड ही असी चलाई है फिर मैं कहूँ यार जवाकों ना बैंसना भी गल नूं आउंदे आ जवाक अज्ज कल जे किसी कहे जवाक अज्ज कल गल नूं आउंदे आ सही है भी आपां कहूँ बैंसना भी आपदी इज्जत आपदे हत्था भी चल छड्ड खड़ा वो जानू होर मुंडे भी कोले खड़े सी ऐ ना कहन ठोक के भी लिखो यार सियाणा बंदा बाई का कबूतर लिखो जरूर ऐ नहीं किसी ने कहा डर उन्होंने भी सी हाँ जी हाँ जी गल तो उही बन गई ना उन्होंने ए सी ने भी साडा कटा जाऊगा सिरे जाके गल तो उही हुई आप खुद लेके आए कापी का दो कबूतर एक चाचे का एक मैं आपका लिखा ठीक है जी एंट्री करा के आया उत्थे फिर इनू कह ये कहना भी तू कबूतर नहीं एंटर कराया मेरा मैं भी चाचे गल गलत आ भी मैं आपके हाथी कबूतर लिखा ठीक है जी कबूतर मैं चमकौर दी रट्टे लवाई हुई सी गल बाई दी गल बहुत सियाणी सी
ਕਹਿੰਦਾ ਤੇਰਾ ਦਸ ਬਾਜ਼ੀਆਂ ਜਿੱਤਿਆ ਕੋਈ ਫੜ ਲਵੇ ਬਿੱਲੂ ਤੈਨੂੰ ਜਵਾਬ ਦੇ ਦੇਵੇ ਤੈਂ ਉਹਨੂੰ ਮੋੜ ਕੇ ਮੰਗਣਾ ਨਹੀਂ ਠੀਕ ਹੈ ਜੀ ਮੇਰੇ ਕੋਲੋਂ 20 ਲੈ ਜੀ ਉਦੋਂ ਚੰਗੇ ਦਊਂ ਉਹ ਬਾਈ ਦੀ ਐਡੀ ਸਿਫਤ ਸੀ ਮੈਂ ਕਬੂਤਰਾਂ ਦੀ ਪਰਖ ਸੀ ਉਹਦਿਆਂ ਦੀ ਮੈਨੂੰ ਜੇ ਜਾ ਕੇ ਐਂ ਖੁੱਡੇ ਮੂਹਣੇ ਖੁੱਡੇ ਖੋਲ ਦੇਣੇ ਵੀ ਬਿੱਲੂ ਕੈਲ ਜਾਣੇ ਆ ਦੱਸ ਐਂ ਜੇ ਮੇਰੇ ਮਨ 'ਚ ਆ ਜਾਣਾ ਵੀ ਯਾਰ ਸਾਰਿਆਂ ਨੂੰ ਸਿਰਾ ਫਿਰਦਾ ਉਹ ਬੜਾ ਚੰਗਾ ਕਬੂਤਰ ਆ ਬਈ ਜਿਵੇਂ ਬਾਈ ਬੁੱਝ ਲੈਂਦਾ ਹੁੰਦਾ ਮੈਂ ਮੰਗਿਆ ਨਹੀਂ ਸੀ ਕਦੇ ਬਾਈ ਨੇ ਫੜ ਕੇ ਪਿੰਜਰੇ 'ਚ ਪਾ ਦੇਣਾ ਠੀਕ ਹੈ ਜੀ ਉਹੀ ਪਿੰਜਰੇ 'ਚ ਪਾ ਦੇਣਾ ਇੱਕ ਚੀਨਾ ਪੱਠਾ ਫਿਰੇ ਉਹਦੇ ਕੋਲ ਖੱਟੀਆਂ ਅੱਖਾਂ ਦੇ ਬਾਹਲੇ ਉੱਡਦੇ ਸੀ ਨਾ ਉਹਦੇ ਚੀਨੇ ਇਹ ਭੋਲੇ ਬਾਈ ਨੇ ਬਹੁਤ ਲਿਆ ਕੇ ਬਾਜ਼ੀਆਂ ਜਿੱਤੀਆਂ ਉਹਨਾਂ ਨਾਲ ਪਹਿਲਾਂ ਠੀਕ ਹੈ ਜੀ ਅਤੇ ਮੈਂ ਜਦੋਂ ਮੈਂ ਮਨ 'ਚ ਹੀ ਕਰਦਾ ਮਹਾਂ ਵੀ ਜੇ ਬਾਈ ਉਹ ਚੀਨਾ ਦੇ ਦੇਵੇ ਬਾ ਫਿਰ ਸਿਰਾ ਹੀ ਆ ਉਹ ਬਾਈ ਨੇ ਫੜਿਆ ਪਿੰਜਰੇ 'ਚ ਪਾ ਤਾ ਠੀਕ ਹੈ ਜੀ ਹਾਂ ਯਾਰ ਬਾਈ ਨੂੰ ਵੀ ਸਾ ਕੇ ਜਿਵੇਂ ਆਕਾਸ਼ਬਾਣੀ ਹੋ ਗਈ ਇਹ ਮੈਂ ਆਪਦੇ ਮਨ 'ਚ ਹੀ ਕਰਦਾ ਮੈਂ ਨਹੀਂ ਕੋਈ ਬੋਲਿਆ ਉਹਨੇ ਮਤਲਬ 6-7 ਫੜੇ ਪਾ ਤੇ ਠੀਕ ਹੈ ਜੀ ਫਿਰ ਉਹ ਬਾਈ ਦੇ ਕੋਲ ਗੱਲਾਂ ਬਾਤਾਂ ਚੱਲਦੀਆਂ ਚੱਲਦੀਆਂ ਮੈਂ ਕਿਹਾ ਗਿਆ ਕਹਿੰਦਾ ਵੀ ਕਬੂਤਰ ਚੀਨੇ ਤਾਂ ਮੁੱਕ ਗਿਆ ਆਪਣੇ ਕੋਲ ਠੀਕ ਹੈ ਜੀ ਉਹ ਕਬੂਤਰ ਮੈਂ ਰੋਕ ਲਿਆ ਸੀ ਛੱਡਿਆ ਨਾ ਕਿਤੇ ਮੇਰੇ ਕੋਲ ਹੀ ਫਿਰਦਾ ਸੀ ਇਹ ਭੋਲੇ ਹੋਣੀ ਚੀਨੀ ਕਬੂਤਰੀ ਲੈ ਕੇ ਆਏ ਸੀ ਉਹਦੇ ਤੋਂ ਇਹਨਾਂ ਤੋਂ ਹਵਾ 'ਚ ਪੱਟੀ ਗਈ ਰੱਬ ਜਾਣੇ ਕਿਵੇਂ ਪੱਟੀ ਪੱਟ ਕੇ ਉਹ ਗੁਜਰਾਲ ਚਲੀ ਗਈ ਜੀ ਗੁਜਰਾਲ ਉਹ ਬਿੱਲੂਆ ਮੁੰਡਾ ਹਰਨ ਵਾਲਾ ਉਹ ਚਮਕੌਰ ਉਹਨਾਂ ਤੋਂ ਪਹਿਲਾਂ ਕਬੂਤਰ ਲੈ ਕੇ ਆਇਆ ਸੀ ਸਾਨੂੰ ਵਿੜਕਾਈ ਵੀ ਉਹ ਸੱਤੀ ਨੇ ਗੁਜਰਾਲੀਆਂ ਸਾਨੂੰ ਦੱਸਿਆ ਕਹਿੰਦਾ ਵੀ ਉਹਦੇ ਕੋਲ ਚੀਨੀ ਦੀਆਂ ਪੱਠੀਆਂ ਫਿਰਦੀਆਂ ਨੇ ਠੀਕ ਹੈ ਮਾਂ ਵੀ ਬਾਈ ਜੋੜੀ ਤਾਂ ਬਣ ਜੂ ਜੇ ਆਪਾਂ ਨੂੰ ਵੀ ਬਿੱਲੂ ਕਬੂਤਰੀ ਇੱਕ ਦੇ ਦੇਵੇ ਪੱਠੀ ਕਬੂਤਰ ਮੈਂ ਦੇ ਕੇ ਜਾਊਂ ਚਲੋ ਚਮਕੌਰ ਹੋਣੀ ਆਏ ਅਸੀਂ ਉਹਦੇ ਕੋਲ ਚਲੇ ਗਏ ਕਬੂਤਰ ਇੱਥੋਂ ਮੈਂ ਲੈ ਗਿਆ ਮਾਂ ਵੀ ਬਿੱਲੂ ਬਾਈ ਕਬੂਤਰੀ ਇੱਕ ਦੇ ਦੇ ਦੋਨਾਂ ਪੱਠੀਆਂ 'ਚ ਇਹਨਾਂ ਨੂੰ ਬਾ ਉਹ ਜੋੜੀ ਲਿਜਾ ਕੇ ਉਹਨਾਂ ਨੇ ਫੇਰ ਲਾਈ ਫੇਰ ਉਹਨੇ ਹੀ ਉੱਡੇ ਠੀਕ ਹੈ ਜੀ ਯਾਨੀ ਉਹ ਬਾਈ ਦੀ ਐਡੀ ਖੂਬੀ ਸੀ ਵੀ ਕਹਿੰਦਾ ਲੜਨਾ ਨਹੀਂ ਬੋਲਣਾ ਨਹੀਂ ਮਤਲਬ ਵੀ ਨਹੀਂ ਕੋਈ ਘੋਲੀ ਉਹਨਾਂ ਦੀ 3-4 ਬਾਜ਼ੀਆਂ ਵਧੀ ਹਿੱਲ ਗਈ ਠੀਕ ਨਹੀਂ ਹਿੱਲੀ ਨਹੀਂ ਸੀ ਕਈ ਬਾਜ਼ੀਆਂ ਜਿੱਤੀ ਸੀ ਅਸੀਂ ਉੱਥੇ ਸੀਗੇ ਲਾਗਲੇ ਪਿੰਡ ਜਾ ਖੜੀ ਉਹਨਾਂ ਨੇ ਫੜ ਲਈ ਦਿੱਤੀ ਨਾ ਠੀਕ ਹੈ ਜੀ ਉਹ ਬਾਕੀ ਲੋਕ ਕਹੀ ਜਾਣ ਵੀ ਤੂੰ ਯਾਰ ਕੀ ਗੱਲ ਇਹ ਬਾਈ ਗੱਲ ਹੀ ਕੁਛ ਨਹੀਂ ਤੇਰੇ ਲਈ ਕਬੂਤਰ ਉਹ ਕਹਿੰਦਾ ਬਿੱਲੂ ਇਹਨਾਂ ਲੋਕਾਂ ਨੂੰ ਕੀ ਪਤਾ ਕਹਿੰਦਾ ਅਗਲਾ ਕਹੂ ਚੇਅਰਮੈਨ ਦਾ ਭਾਈ ਆਪਦੇ ਰਾਜ ਦੀ ਜਾਂ ਆਪਦੀ ਪਾਵਰ ਦੀ ਹੈਂਕੜ 'ਚ ਵੀ ਕਬੂਤਰੀ ਲੈ ਗਿਆ ਕਬੂਤਰੀ ਦੀ ਕੀ ਗੱਲ ਆ ਕਹਿੰਦਾ ਜੇ ਉਹ ਆ ਕੇ ਮੇਰੇ ਤੋਂ 10 ਹੋਰ ਮੰਗ ਲੈਣ ਮੈਂ ਤਾਂ ਵੀ ਆਪਦਾ 9 ਨੀਵਾਂ ਕਰਨਾ ਸਹੀ ਗੱਲ ਹੈ ਜੀ ਕਹਿੰਦਾ ਮੈਂ 9 ਪਿੱਛੇ ਫਿਰਦੇ ਆਪਾਂ ਕਹਿੰਦਾ ਲੋਕ ਕਬੂਤਰਾਂ ਪਿੱਛੇ ਲੜੀ ਜਾਂਦਾ ਕਬੂਤਰ ਚੀਜ਼ ਕੀ ਨੇ ਸਹੀ ਗੱਲ ਹੈ ਜੀ ਕਬੂਤਰ ਕਿੱਡੀ ਗੱਲ ਆ ਕਹਿੰਦਾ ਕਬੂਤਰ ਤਾਂ ਗੱਲ ਹੀ ਕੋਈ ਹੋਰ ਜਸਵੀਰ ਉਹਨਾਂ ਨਾਲ ਲੈਣਾ ਦੇਣਾ ਸੀ ਬਾਦਲਾਂ ਦਾ ਹਾਂਜੀ ਹਾਂਜੀ ਜਸਵੀਰ ਬਾਦਲ ਕੋਲੋਂ ਆ ਲੈ ਵੀ ਆਉਂਦੇ ਜਸਵੀਰੇ ਤੋਂ ਵੀ ਲੈਂਦਾ ਜਸਵੀਰ ਕਬੂਤਰ ਦੱਬ ਗਿਆ ਜੇ ਤੋਂ ਲਿਜਾ ਕੇ ਫਿਰ ਸਵਰਾਜ ਨਾਲ ਬਾਜ਼ੀਆਂ ਬੱਜ ਗਈਆਂ ਠੀਕ ਹੈ ਜੀ ਇਹਦੇ ਕੋਲ ਕਾਲੇ ਖੰਭ ਵਾਲਾ ਪਹਿਲੇ ਸਾਲ ਬਾਜ਼ੀਆਂ ਬਾਹਲੀਆਂ ਉੱਡੀਆਂ ਜਸਵੀਰ ਨਾਲ ਹੀ ਜਸਵੀਰ ਕਹਿੰਦਾ ਅੱਜ ਤਾਂ 10 ਨਹੀਂ ਬਜਾਉਂਦਾ ਚਮਕੌਰ ਉਹ ਕਹਿੰਦਾ ਤੂੰ ਚਾਹੇ ਕਹਿ 9 ਨਹੀਂ ਬਜਾਉਂਦਾ ਤੈਨੂੰ ਅੱਜ ਦਿੰਦਾ ਕੁਛ ਨਹੀਂ ਇਹ ਠੀਕ ਹੈ ਜੀ ਇਹ ਕਬੂਤਰ ਨੇ ਅੱਜ ਤੈਨੂੰ ਦੇਣਾ ਕੁਛ ਨਹੀਂ ਖਾਲੀ ਜਾਵੇਗਾ ਕਹਿੰਦਾ 3 ਵੱਜਦੇ ਨੂੰ ਸਾਰੇ ਬਹਿ ਗਏ ਯਾਨੀ ਚਮਕੌਰ ਦੇ ਦੱਸਣ ਦੀ ਗੱਲ ਆ ਕਹਿੰਦਾ ਰੋਡੇ ਦੀ ਕਬੂਤਰੀ ਛੱਪੜ ਦੇ ਕੰਢੇ ਆ ਕੇ ਬਹਿ ਜੇ ਠੀਕ ਹੈ ਜੀ ਪਾਣੀ ਪੀਵੇ ਨਾ ਠੀਕ ਹੈ ਜੀ ਕਹਿੰਦਾ ਮੈਂ ਕਾਪੀ ਵਾਲਿਆਂ ਨੂੰ ਕਿਹਾ ਵੀ ਜਿੰਨਾ ਚਿਰ ਸਾਵੇਂ ਨਹੀਂ ਬਹਿੰਦੀ ਰੋਡੇ ਦੀ ਕਬੂਤਰੀ ਨਹੀਂ ਕੱਟਣੀ ਠੀਕ ਬਾਜ਼ੀ 'ਚ ਸ਼ਾਮਲ ਰੱਖੋ ਠੀਕ ਯਾਨੀ ਚਮਕੌਰ ਦੇ ਦੱਸਣ ਦੀ ਗੱਲ ਆ ਇਹ ਕਹਿੰਦਾ ਕਬੂਤਰੀ ਜਦ ਫੜਨ ਜਾ ਕੇ ਰੁੱਡ ਜਾ ਕਰੇ ਠੀਕ ਹੈ ਜੀ 8-10 ਗਰੀ ਉੱਡੀ ਕਹਿੰਦਾ ਜਾਨੂ ਜਾ ਕੇ ਦਰਖਤ ਦੇ ਸਾਹਮਣੇ ਬਹਿ ਗਈ ਕਹਿੰਦਾ ਮਾਂ ਵੀ ਹੁਣ ਕੱਟੋ ਹੁਣ ਬੈਠੀ ਆ ਠੀਕ ਹੈ ਯਾਨੀ ਗੱਲਾਂ ਜਿਹੜਾ ਚਮਕੌਰ ਦੀ ਇਹ ਸੀ ਜਿਹੜੀ ਕਹਿ ਜੀ ਮੂੰਹ 'ਚ ਉਹ ਪਾਰ ਆ ਠੀਕ ਹੈ ਜੀ ਨਾ ਉਹ ਲਿਖਦਾ ਸੀ ਉੱਧਰ ਰਿਵਾਜ ਵਾਲਾ 5 ਰੁਪਏ ਫੜਾਤੇ ਕਿਸੇ ਨੇ 2 ਫੜਾਤੇ ਕਿਸੇ ਨੇ 10 ਫੜਾਤੇ ਐਂ ਲਾਉਂਦੇ ਆ ਲੋਕ ਆਪਣੇ ਕੰਨੀ ਨਹੀਂ ਹੈਗਾ ਹਾਂਜੀ ਹਾਂਜੀ ਉਹ ਕਹਿੰਦਾ ਮੈਂ ਘੋਲੀਏ ਬਾਜ਼ੀ ਕਹਿੰਦਾ ਹੁਣ ਜਿਹਦੇ ਰੁਪਈਏ ਲੱਗੇ ਕਿਤੇ 5-10 ਲਈ ਜਾਣ ਕਹਿੰਦਾ ਕੋਈ ਮੁੰਡਾ ਕੋਲੇ ਖੜਾ ਖੜਾ ਉਹਨੇ ਕਿਹਾ ਵੀ ਸਾਰਿਆਂ ਨੂੰ ਫੜਾਈ ਜਾਂਦਾ ਕਹਿੰਦਾ ਉਹ ਵੀ ਆ ਕੇ ਕਹਿੰਦਾ ਬਾਈ ਮੇਰੇ 5 ਲੱਗੇ ਸੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਲੈ ਤਾਂ ਚਾਹੇ ਤੂੰ 5 ਦਾ ਵੀ 10 ਦਾ ਹਿੱਸਾ ਲੈ ਜਾ ਪਰ ਤਾਂ ਮੈਨੂੰ 5 ਫੜਾਈ ਨਹੀਂ ਠੀਕ ਹੈ ਜੀ ਕਹਿੰਦਾ ਉਹ ਬਸ਼ਰਮੋ ਕੇ ਨੀਵੀਂ ਵਾ ਕੇ ਭੱਜ ਗਿਆ ਕਹਿੰਦਾ ਜਾਣੀ ਲੋਕਾਂ ਨੇ ਕਿਹਾ ਵੀ ਉਵੇਂ ਫੜਾਈ ਜਾਂਦਾ ਮਤਲਬ ਇਹ ਗੱਲਾਂ ਤਾਂ ਵਿਸ਼ਵਾਸ ਦੀਆਂ ਜਾਣੀ ਉਹੋ ਜਿਹਾ ਬੰਦਾ ਬਣਨਾ ਬਹੁਤ ਮੁਸ਼ਕਲ ਆ ਇੰਨੇ ਕਬੂਤਰ ਦੇ ਦੇਣੇ ਮਤਲਬ ਲੋਹੜੇ ਦੀ ਗੱਲ ਆ ਜਾਣੀ ਕਿ ਲਿਆ ਕੇ ਬਾਜ਼ੀਆਂ ਭਲਵਾਨ ਜੰਡ ਵਾਲਾ ਵਿਚਾਰਾ ਹੱਸਦਾ ਹੁੰਦਾ ਸੀ ਗੁਜ਼ਰ ਗਿਆ ਉਹ ਵੀ ਵਿਚਾਰਾ ਠੀਕ ਹੈ ਜੀ ਅਤੇ ਦੁਰਗਾ ਜਾਣੀ ਇੱਥੇ ਖੁਰੀਆਂ ਲਵਾਉਣ ਜਾਣਾ ਉਹਦੇ ਕੋਲ ਸਾਡੇ ਪਿੰਡ ਆਉਂਦਾ ਹੁੰਦਾ ਉਹਨੇ ਕਹਿਣਾ ਕਿੰਨੇ ਨੇ ਬਿੱਲੂ ਮੈਂ ਕਹਿਣਾ ਮੈਂ ਤਾਂ ਛੱਡਤੇ ਕਹਿੰਦਾ ਤੇਰੇ ਛੱਡਿਆਂ ਦਾ ਕੀ ਆ ਕਹਿੰਦਾ ਮੈਂ ਕਿਉਂ ਕਹਿੰਦਾ ਤਾਂ 20 ਪੱਠੇ ਫਾਰ ਸਰ ਲਿਆਉਣੇ ਲਿਆ ਕੇ ਬਾਜ਼ੀਆਂ ਛੱਡ ਲੈਣੇ ਆ ਮਾਜਰ ਐਂ ਕੌਣ ਦਿੰਦਾ ਉਹ ਕਹਿੰਦਾ ਤੈਨੂੰ ਮਿਲ ਜਾਂਦੇ ਆ ਹੋਰ ਕਿਸੇ ਨੂੰ ਮਿਲਣ ਨਾ ਮਿਲਣ ਸਹੀ ਹੈ ਜੀ ਸਹੀ ਯਾਨੀ ਗੱਲ ਤਾਂ ਅੱਡੋ ਅੱਡੀ ਆ ਹਰੇਕ ਦੀ ਹੁਣ ਇੱਥੇ ਡੈਂਪੀ ਤੋਂ ਬਥੇਰੇ ਕਬੂਤਰ ਮੰਗਦੇ ਆ ਡੈਂਪੀ ਨਹੀਂ ਕਿਸੇ ਨੂੰ ਦਿੰਦਾ ਕਹਿੰਦੇ ਦਿੰਦਾ ਨਹੀਂ ਮਾਹ ਯਾਰ ਦਿੰਦਾ ਮੈਨੂੰ ਵੀ ਨਹੀਂ ਜਾਂ ਮੈਂ ਇਹ ਗੱਲ ਕਹੇ ਨਾ ਮੈਨੂੰ ਹਰੇਕ ਹੀ ਕਹਿ ਤੂੰ ਲੈ ਤੂੰ ਤਾਂ ਯਾਰ ਜਾਣ ਕੇ ਕਹਿਣਾ ਤੈਨੂੰ ਕਾ ਜਵਾਬ ਦਿੰਦਾ ਉਹ ਮਾਹ ਤੁਹਾਨੂੰ ਹੀ ਲੱਗਦਾ ਦਿੰਦਾ ਕਿਸੇ ਨੂੰ ਨਹੀਂ ਉਹ ਠੀਕ ਹੈ ਜੀ ਯਾਨੀ ਗੱਲ ਮੁਹੱਬਤ ਪਿਆਰ ਦੀ ਆ ਗੁਜਰਾਲ ਸਾਰਾ ਹੀ ਇਹੋ ਜਿਹਾ ਜਾਣੀ ਜਿਹੜੇ ਰਾਹ ਮਰਜ਼ੀ ਨਿਕਲ ਜਾਂ ਜੀ ਜੀ ਯਾਨੀ ਇੰਨਾ ਤਿਉਹ ਕਰਦੇ ਆ ਹਰੇਕ ਹੀ ਫੜ ਫੜ ਕੇ ਕਹੋ ਵੀ ਚਾਹ ਪੀ ਕੇ ਜਾਣ ਦੇਣਾ ਚਾਹ ਪੀ ਕੇ ਜਾਣ ਦੇਣਾ ਇੰਨਾ ਜਾਣੀ ਤਿਉਹ ਕਰਦੇ ਆ ਪਿਛਲੇ ਸਾਲ ਬਾਜ਼ੀ ਸੀ ਮੈਂ ਡੈਂਪੀ ਨੂੰ ਫੋਨ ਕਰਤਾ ਮਾਹ ਯਾਰ ਵੀ
ਉਹ ਕਹਿੰਦਾ ਜੇ ਤੂੰ ਪਿੰਜਰਾ ਚੱਕ ਕੇ ਹੀ ਆ ਗਿਆ ਕਹਿੰਦਾ ਕਿਸੇ ਨੂੰ ਬਿਨਾਂ ਕਹੇ ਤੂੰ ਪਿੰਜਰਾ ਲਿਆ ਕੇ ਧਰ ਦੇ ਮੈਂ ਕਾਪੀ ਵਾਲੇ ਨੇ ਆਪੇ ਹੀ ਲਿਖ ਲੈਣਾ ਕਹਿਣ ਤੋਂ ਬਿਨਾਂ ਹੀ ਕਹਿੰਦਾ ਤੇਰੇ ਕਬੂਤਰ ਦਾ ਸਾਡੇ ਪਿੰਡ ਇਹਨਾਂ ਨੇ ਲਿਖ ਹੀ ਲੈਣਾ ਜਿਹਨੂੰ ਜਿਹੜਾ ਮਰਜ਼ੀ ਆ ਕਹਿੰਦਾ ਕਿਸੇ ਨੇ ਐਂ ਤਾਂ ਕਹਿਣਾ ਨਹੀਂ ਵੀ ਲਿਖਣਾ ਨਹੀਂ ਠੀਕ ਹੋਰ ਪਿੰਡਾਂ ਦਾ ਤਾਂ ਹੁਣ ਇੱਕ ਗਰਾਣੇ ਤੈਨੂੰ ਦੱਸਿਆ ਵੀ ਲਿਖਦੇ ਹੀ ਨਹੀਂ ਸੀ ਠੀਕ ਇਹਨਾਂ ਪਤਾ ਹੀ ਨਹੀਂ ਲੋਕਾਂ ਨੂੰ ਵੀ ਇਹ ਬਾਜੀ ਕਿੱਥੋਂ ਸਟਾਰਟ ਹੋਈ ਕਿੱਥੋਂ ਨਹੀਂ ਹੋਈ ਸਾਡੇ ਪਿੰਡੋਂ ਬਾਜੀ ਚੱਲੀ ਆ ਲੰਗਰ ਨਹੀਂ ਸੀ ਇੱਥੇ ਕੋਈ ਖਲਾਉਂਦਾ ਹੁੰਦਾ ਹਾਂਜੀ ਸਾਡੇ ਪਿੰਡ ਉਦੋਂ ਜਦ ਅਸੀਂ ਲੰਗਰ ਵੀ ਚਲਾਇਆ ਵਾ ਸਾਡੇ 'ਚ ਕਿਹੜਾ ਗਜਾਇਆ ਸੀ ਇੰਨੀ ਠੀਕ ਹੈ ਜੀ ਪਿੰਡ 'ਚ ਅਸੀਂ ਚੰਗੇ ਲੋਕ ਕਹਿੰਦੇ ਆ ਕਿ ਨਾ ਵੀ ਮਤਲਬ ਦਰਖਤ 'ਤੇ ਬੈਠਾ ਜਾਂ ਟੈਲੀਵਿਜ਼ਨ ਦੇ ਚਵਾਰ 'ਤੇ ਬੈਠਾ ਵੀ ਛੱਡੀ ਦਾ ਨਹੀਂ ਹਰ ਜੂਗਾ ਬਹੁਤ ਗੱਲਾਂ ਮੈਂ ਸੁਣਦਾ ਉਹ ਸਪੈਦੇ 'ਤੇ ਬਹਿੰਦੀ ਸੀ ਪਿੰਡ ਪਰ ਅਸੀਂ ਪਰਵਾਹ ਨਹੀਂ ਕਰਦੇ ਕਿਤੇ ਬੈਠੀ ਜਾਵੇ ਜਿੱਦੇ ਛੱਡਤਾ ਸਿੱਧਾ ਕਰਕੇ ਫਿਰ ਉਹਨੇ ਜ਼ੋਰ ਲਾਉਣਾ ਹੀ ਲਾਉਣਾ ਠੀਕ ਹੈ ਜੀ ਅਤੇ ਉਹ ਭਾਈ ਨਿੰਮ 'ਚ ਬਹਿ ਗਈ ਠੀਕ ਹੈ ਜੀ ਦਿਨ ਤਾਂ ਜੇ ਖੜਾ ਹੀ ਸੀਗਾ ਦਿਨ ਤਾਂ ਉਦੋਂ 7:30 ਦਾ ਬਾਜੀ ਤਾਂ 4 ਵਜੇ ਨਿਬੜ ਗਈ ਜਦੀ ਬਾਜੀ ਨਿਬੜ ਗਈ ਮੇਰੀ ਪਿੱਛੇ ਨੂੰ ਮੁੜ ਗਈ ਉਹ ਬਹਿ ਗਏ ਸਾਂਝੀ ਹੋ ਗਈ ਸੀ ਉਹ ਭੀਵਣਾਂ ਨੇ ਸਤਰੀ ਲਈ ਉਹਨਾਂ ਦੀ ਬਹਿ ਗਈ ਰੱਤੀ ਆ ਕੇ ਚਾਹ ਵੰਡ ਲਿਓ ਮੈਂ ਭੋਲੂਗਾ ਪੈਸੇ ਦਵਾ ਕੇ ਜਾਈ ਸਾਡੀ ਉਹ ਡਿੰਮ 'ਚ ਬਹਿ ਗਈ ਭੋਲੂ ਨੂੰ ਮਹਾਂ ਵੀ ਪੈਸੇ ਦਵਾ ਕਹਿੰਦਾ ਲਿਆ ਉੱਤੋਂ ਜਾਂ ਮੈਂ ਗਿਆ ਕਹਾਂ ਉੱਤੇ ਮਹਾਂ ਯਾਰ ਪੈਸੇ ਉਹ ਕਹਿੰਦਾ ਕਿਹੜੇ ਕਾਪੀ ਵਾਲੇ ਮੈਨੂੰ ਕਹਿੰਦੇ ਮਹਾਂ ਮੇਰੀ ਜਿੱਤੀ ਆ ਗੋਲੀ ਡੱਬੀ ਮੈਂ ਤਾਂ ਹੁਣ ਉਹਦੇ ਨਿੰਮ 'ਚ ਹੁਣ ਬੈਠੀ ਆ ਜੇ ਉਹ ਕਹਿੰਦਾ ਤੇਰਾ ਤਾਂ ਹਿੱਸੇ 'ਚ ਨਹੀਂ ਮੈਨੂੰ ਕਹਿੰਦੇ ਕਹਿੰਦੇ ਤੇਰਾ ਤਾਂ ਹਿੱਸੇ 'ਚ ਹੀ ਨਹੀਂ ਠੀਕ ਹੈ ਜੀ ਮਹਾਂ ਭੋਲੂ ਆ ਜੀ ਕਹਿੰਦਾ ਕੀ ਹੋ ਗਿਆ ਮਹਾਂ ਮੈਂ ਤੈਨੂੰ ਤਾਂ ਹੀ ਕਿਹਾ ਸੀ ਵੀ ਇੱਥੇ ਬਾਜੀ ਆ ਪਹਿਲੀ ਗੇਰ ਨਵੇਂ ਬੰਦੇ ਆ ਨਾ ਮੈਂ ਜਾਣਦਾ ਨਾ ਇਹ ਮੈਨੂੰ ਜਾਣਦੇ ਆ ਜਾ ਮਹਾਂ ਮੈਨੂੰ ਤਾਂ ਹਿੱਸਾ ਹੀ ਨਹੀਂ ਦਿੰਦੇ ਕਹਿੰਦੇ ਤੇਰੀ ਹੈ ਹੀ ਨਹੀਂ ਭੋਲੂ ਕਹਿੰਦਾ ਚੱਲ ਮੇਰੇ ਨਾਲ ਉੱਤੇ ਮਹਾਂ ਮੈਂ ਨਹੀਂ ਜਾਂਦਾ ਤੂੰ ਹੀ ਰੁਪਈਏ ਫੜ ਲਿਆ ਮੈਂ ਤਾਂ ਗਿਆ ਨਹੀਂ ਫਿਰ ਭੋਲੂ ਜਿੱਤੋਂ ਲੈ ਕੇ ਆਇਆ ਉਹ ਕਹਿੰਦਾ ਤਗੜੇ ਇਕੱਲੇ ਨੇ ਬਾਜੀ ਜਿੱਤੀਆਂ ਨੇ ਲੋਕਾਂ ਨੂੰ ਹਿੱਸੇ ਦੇ ਤੇ ਦੂਜਿਆਂ ਨੂੰ ਸਾਨੂੰ ਕਹਿੰਦਾ ਤੁਸੀਂ ਕਹਿੰਦੇ ਵੀ ਬਾਜੀ 'ਚ ਹੀ ਨਹੀਂ ਹੈਗੀ ਤੇਰੀ ਤਾਂ ਫਿਰ ਮੈਨੂੰ ਉਹ 3-4 ਸਾਲ ਬਾਅਦ ਇੱਥੇ ਮੁੰਡੇ ਰਪਾਲੋਂ ਉਹਨਾਂ ਨੇ ਮੈਨੂੰ ਸਿਆਣ ਲਿਆ ਮੈਂ ਨਹੀਂ ਸਿਆਣੇ ਕਿ ਮੇਰੀ ਨੌਲੇਜ 'ਚ ਨਹੀਂ ਸੀ ਉਹਨਾਂ ਨੂੰ ਤਾਂ ਮੇਰੀ ਨੌਲੇਜ ਮੈਂ ਤਾਂ ਸੀਗਾ ਹੀ ਕਿਉਂਕਿ ਉਹਨਾਂ ਨੇ ਮੇਰੀ ਗੋਲੀ ਡੱਬੀ ਫੜੀ ਸੀ ਜੀ ਜੀ ਮੈਂ ਰਾਤ ਨੂੰ ਛੱਡ ਕੇ ਆ ਗਿਆ ਹਜੇ ਭੋਲੂ ਨੇ ਮੈਨੂੰ ਕਿਹਾ ਕਹਿੰਦਾ ਬੰਦਾ ਚਾੜ ਕੇ ਫੜ ਲੈਂਦੇ ਹਾਂ ਠੀਕ ਹੈ ਜੀ ਥੱਲੇ ਸੀ ਲੱਗਿਆ ਮਖਿਆਲ ਬਹੁਤਾ ਵੱਡਾ ਡੂਮਣਾ ਮਹਾਂ ਕਿਸੇ ਦਾ ਮੁੰਡਾ ਨਹੀਂ ਆਪਾਂ ਮਰਵਾਉਣਾ ਕਬੂਤਰ ਦੀ ਕੀ ਗੱਲ ਤੂੰ ਛੱਡ ਖੜਾ ਸਵੇਰੇ ਉਹ ਮੇਰਾ ਸਾਢੂਗਾ ਦੇਹੜੂ ਨਾਲ ਮੈਂ ਉਹਨੂੰ ਕਹਿ ਕੇ ਗਿਆ ਮੈਂ ਉਹ ਸਾਜਰੇ ਉੱਠ ਕੇ ਆ ਜੀ ਉਹ ਕਹਿੰਦਾ ਜਾਂ ਮੈਂ ਸਾਜਰੇ ਮੂੰਹ ਨੇਰੀ ਆ ਗਿਆ ਕਹਿੰਦਾ ਉੱਤੇ ਹੀ ਨਹੀਂ ਸੀ ਰਾਤ ਨੂੰ ਲਾ ਲਈ ਠੀਕ ਹੈ ਜੀ ਉਹ ਫਿਰ ਰਪਾਲੋਂ ਮੈਨੂੰ ਕਹਿੰਦੇ ਬਾਈ ਸਾਡੇ ਪਿੰਡ ਮੁੜ ਕੇ ਆਏ ਨਹੀਂ ਮਾਂ ਗੋਲੀ ਡੱਬੀ ਨਾ ਕੋਈ ਲਾਉਣਾ ਹੋ ਮੇਰਾ ਹੱਸ ਪੇ ਜਾਣੀ ਉਹਨੇ ਦਿੱਤੀ ਨਹੀਂ ਠੀਕ ਹੈ ਜੀ ਹਾਂ ਇਹੋ ਜਿਹਾ ਕੁਛ ਲੋਕਾਂ ਦਾ ਹੁੰਦਾ ਉੱਡਣਾ ਕਬੂਤਰ ਦਾ ਕਿਹਾ ਸੀ ਇੱਥੇ ਰੂਮੀ ਚਲੇ ਗਏ ਪਹਿਲਾਂ ਇੱਧਰ ਕਿਤੇ ਬਾਜੀ ਛੱਡੀ ਉਹ ਕਬੂਤਰ ਅਮਨਦੀਪ ਦੇ ਕਨੇਡਾ ਵਾਲੇ ਦੇ ਮੁੰਡਾ ਗੁੱਜਰ ਵਾਲਾ ਜਿਹੜਾ ਕਨੇਡਾ ਰਹਿੰਦਾ ਹੁਣ ਤੁਸੀਂ ਜਾਣਦੇ ਹੀ ਹੋ ਹਾਂਜੀ 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 ਉਹਦਾ ਕਬੂਤਰ ਇੱਥੇ ਹੁੰਦਾ ਸੀ ਉਹਦੇ ਘਰੋਂ ਛੱਡਿਆ ਸੀ ਇੱਥੇ ਪਤਾ ਨਹੀਂ ਕਿੱਥੇ ਦੋਲੋਂ ਛੱਡਿਆ ਕਿੱਥੇ ਜਿੱਤ ਗਿਆ ਠੀਕ ਹੈ ਜੀ ਉਹ ਤੋਂ ਬਾਅਦ ਆ ਗਈ ਰੂਮੀ ਬਾਜੀ ਠੀਕ ਹੈ ਜੀ ਅਸੀਂ ਰੂਮੀ ਕਬੂਤਰ ਨੂੰ ਲੈ ਗਏ ਕਬੂਤਰ ਉੱਥੇ ਰੂਮੀ ਜਾਂ ਦਿਨ ਬਦਲਿਆ ਸੀ ਕਬੂਤਰ ਸਟਾਈਲ ਤਾਂ ਬਦਲਣਾ ਹੀ ਸੀ ਠੀਕ ਹੈ ਜੀ ਹੁਣ ਦਿਨ ਦੇ ਹਿਸਾਬ ਹੀ ਕਰਨਾ ਸੀ ਉਹਨੇ ਸਾਲ ਨੇ ਖੇਡ ਨਾ ਚੱਕੀ ਸਾਰਿਆਂ ਨੂੰ ਪਹਿਲਾਂ 2 ਵਜੇ ਬਹਿ ਗਿਆ ਕਹਿੰਦੇ ਵੀ ਉਹ ਬਹਿ ਗਿਆ ਗੁੱਜਰ ਵਾਲੀਆਂ ਦਾ ਸਪਾਈਦੇ 'ਤੇ ਕਹਾੜ ਦੀ ਬਾਜੀ ਸੀ 2 ਦੀ ਸੀ ਸੰਗੋਵਾਲ ਕੋਈ ਕਬੂਤਰ ਨਾ ਸਾਂਭਿਆ ਕੁਛ ਨਹੀਂ ਸੀ ਇਹ ਤਾਂ ਹੁਣ ਬਾਕੀ ਕਰਮਾਂ ਦੀਆਂ ਖੇਡਾਂ ਅਤੇ ਬਾਕੀ ਕਬੂਤਰ ਕੈੜਿਆਂ ਦੀ ਜਾਂ ਬਹਿ ਗਿਆ ਉਦੋਂ ਫੋਨ ਵੀ ਘੱਟ ਹੀ ਹੁੰਦੇ ਸੀ ਮੈਂ ਉੱਥੋਂ ਲੈਂਡਲਾਈਨ ਤੋਂ ਘਰ ਲੈਂਡਲਾਈਨ 'ਤੇ ਫੋਨ ਲਾਇਆ ਮੈਂ ਘਰਦਿਆਂ ਨੂੰ ਫੋਨ ਲਾਇਆ ਮੈਂ ਵੀ ਆਹ ਸਮਾਨ ਭਿਓ ਦੀ ਫਲਾਨੀ ਡੱਬੀ 'ਚੋਂ ਠੀਕ ਹੈ ਜੀ 2 ਵਜੇ ਫੋਨ ਲਾਇਆ ਜਦੋਂ ਕਬੂਤਰ ਬਹਿ ਗਿਆ ਮੈਂ ਜਦੀ ਫੋਨ ਲਾਤਾ ਮੈਂ ਵੀ ਸਮਾਨ ਭਿਓ ਦੀ ਅਸੀਂ ਰਾਤ ਨੂੰ 10 ਵਜੇ ਆਏ ਉਹਦੇ ਬਲਕਾਰੇ ਦੀ ਵਾਲੀ ਉੱਡੀ ਸੀ ਗੋਮਟੀ ਵਾਲੀ ਦੀ ਬਲਕਾਰੇ ਨਾਲ ਆਪਣੀ ਵਧੀਆ ਸੀ ਅਸੀਂ ਉਹਦੀ ਕਬੂਤਰੀ ਕਰਕੇ ਰਹੇ ਵੀ ਫੜੀ ਜਾਵੇ ਰੇਸ਼ਮ ਸੀ ਉੱਥੇ ਬਲਕਾਰਾ ਗਿਆ ਸੀ ਲੀਣੀ ਲੈ ਕੇ ਠੀਕ ਹੈ ਜੀ ਹਾਂ ਰੂਮੀ ਹਾਂ ਹਾਂ ਨਹੀਂ ਇਕੱਲੀ ਜਿੱਤੀ ਉਹਦੇ ਬਲਕਾਰੇ ਦੀ ਉੱਥੇ ਮੈਂ ਖੜ ਗਿਆ ਉੱਤੇ ਰੇਸ਼ਮ ਨੂੰ ਮਾਂ ਤੂੰ ਬਹਿ ਜਾ ਮੈਂ ਹੀ ਉੱਤੇ ਸਾਰਿਆਂ ਨੂੰ ਜਵਾਬ ਦੇਤਾ ਮੈਂ ਠੀਕ ਹੈ ਜੀ ਮਾਂ ਵੀ ਬਾਜੀ ਨਹੀਂ ਸਾਂਝੀ ਹੋਣੀ ਬਲਕਾਰਾ ਗਿਆ ਸੀ ਲੀਣੀ ਚੱਲ ਉਹ ਮੈਨੂੰ ਪਤਾ ਨਹੀਂ ਸੀ ਜਿਹੜੇ ਨਾਲ ਹਰਾਏ ਇੱਕ ਤਾਂ ਸਾਡੇ ਬੰਦਿਆਂ ਦਾ ਸੀ ਉਹ ਕਹਿੰਦਾ ਆਪਣੀ ਪਾਲੀ ਦੇ ਬੰਦੇ ਸੀ ਮੈਨੂੰ ਮਹਾਂ ਕਿਹੜਾ ਤੁਸੀਂ ਦੱਸਿਆ ਨਾ ਉਹ ਰੇਸ਼ਮ ਨੂੰ ਜਾਣਦੇ ਸੀ ਬਲਕਾਰੇ ਨਾਲ ਹੀ ਸੀਗੀ ਉਹ ਬੰਦੇ ਗੁੱਸੇ ਹੋਏ ਸਮਾਂ ਉਹਨਾਂ ਬੰਦਿਆਂ ਨੇ ਫਿਰ ਮੇਰਾ ਇੱਥੇ ਕਬੂਤਰ ਸਿੱਧ ਵੀ ਹਰਾਤਾ ਸੀ ਠੀਕ ਹੈ ਜੀ ਉਸ ਗੁੱਸੇ 'ਚ ਯਾਨੀ ਸਿੱਧ ਵੀ ਉਹਨਾਂ ਨੇ ਮੇਰੇ ਨਾਲ ਮਾੜੀ ਕਰੀ ਮਾੜੀ ਇਉਂ ਕਰੀ ਕਬੂਤਰ ਉੱਡਿਆ ਬਹੁਤ ਉਹਨਾਂ ਨੇ ਸੁਖਦੇਵ ਨੂੰ ਮੁਕਰਾਤਾ ਸਮਾਲ ਥਾਰ ਵਾਲੇ ਨੂੰ ਠੀਕ ਹੈ ਜੀ ਤੀਜਾ ਕਬੂਤਰ ਮੇਰਾ ਹਰਿਆ ਸੀ ਉਹਦੇ ਨਹੀਂ ਸਾਡੀ ਸਾਂਝੀ ਹੁੰਦੀ ਸੀ ਜਾਣੀ ਉਹਨਾਂ ਨੇ ਮੁਕਰਾਤਾ ਚਲੋ ਇਹ ਤਾਂ ਚੱਲਦਾ ਹੀ ਰਹਿੰਦਾ ਜਿਹਦਾ ਤਕੜਾ ਵਾ ਉਹਨੇ ਤਾਂ ਜਿੱਤਣਾ ਹੀ ਜਿੱਤਣਾ ਜਿੱਤਣਾ ਜੀ ਹਾਂ ਜਾਣੀ ਅੱਡੋ ਅੱਡੀ ਉੱਤੇ ਜਿਹੜਾ ਮੈਂ ਫਿਰ ਉੱਥੇ ਆ ਕੇ ਸਮਾਨ 10 ਵਜੇ ਰਾਤ ਨੂੰ ਦਿੱਤਾ ਹੁਣ ਸਵੇਰ ਦਾ ਖੁੱਡੇ 'ਚ ਹੀ ਫਿਰਦਾ ਸੀ ਇੱਥੇ ਸਵੇਰ ਤੋਂ ਦੇਹ ਨਾਲ ਕੀ ਕਰੀ ਜਾਂਦੇ ਹਾਂ ਜਾਂ ਇੰਨੇ ਪੌਣੇ ਆ ਮੈਂ ਭੀਟੇ ਨੂੰ ਵੀ ਕਿਹਾ ਸੀ ਮੈਨੂੰ ਕਹਿੰਦਾ ਚਾਚਾ ਕਬੂਤਰ ਸਾਂਭਣਾ ਮੈਂ ਹੱਥ ਨੇ ਫੜਾ ਜੀ ਇੱਥੇ ਦੇ ਕੇ ਬਦਾਮ ਖੁੱਡੇ ਛੱਡ ਦੇ ਠੀਕ ਹੈ ਇਹਦਾ ਦਿਲ ਨਾ ਖੜਿਆ ਮੈਂ ਹੱਥ ਨੇ ਭੀਟੇ ਨੂੰ ਫੋਨ ਲਾਇਆ ਉਹ ਮਹਾਂ ਕਬੂਤਰ ਨਹੀਂ ਲੈ ਕੇ ਆਇਆ ਕਹਿੰਦਾ ਚਾਚਾ ਮੈਂ ਤਾਂ ਫੜਾ ਜਾਂਦਾ ਮੈਂ ਇੱਥੋਂ ਹੀ ਮਾਰ ਖਾਂਦੇ ਹੋ ਠੀਕ ਹੈ ਜੀ ਜਾਂ ਤੇਰਾ ਦਿਲ ਹੀ ਨਹੀਂ ਖੜਿਆ ਬਾਜੀ ਕੀ ਜਿੱਤੇਗਾ
ਉਹਨੂੰ ਮਾੜ ਧੌਣ ਦੀ ਬਿਮਾਰੀ ਮਾੜੀ ਜੀ ਸੀਗੀ ਜਦੋਂ ਮਤਲਬ ਐਂ ਘੁੰਮਦਾ ਸੀ ਧੌਣ ਜਿੱਦਾਂ ਨੂੰ ਘੁੰਮਦੀ ਸੀ ਚੱਕਰ ਹੀ ਮਾਰੀ ਜਾਂਦਾ ਸੀ ਫਿਰ ਲਾਟੂ ਹੀ ਬਣ ਜਾਂਦਾ ਸੀ ਚੱਲ ਅਸੀਂ ਛੱਡਤਾ ਉੱਥੇ ਲਿਜਾ ਕੇ ਗੁੱਜਰ ਵਾਲੋ ਸੱਤੀ ਅਤੇ ਇੰਦਰ ਪਾਲ ਹੋਣੀ ਮੁੰਡੇ ਮਗਰ ਮਗਰ ਜਾਂਦੇ ਹੁੰਦੇ ਬਾਅਦ 'ਚ ਬਾਜੀ 'ਤੇ ਠੀਕ ਹੈ ਜੀ 2 ਵਜੇ ਇਹ ਗਏ ਜਦ 2 ਵਜੇ ਜਾ ਕੇ ਮੈਂ ਪਾਸੇ ਕੰਧ ਨਾਲ ਬੈਠਾਂ ਤਸੱਲੀ ਬਹੁਤ ਸੀ ਮੈਨੂੰ ਉਹ ਕਬੂਤਰ 'ਤੇ ਬਹੁਤ ਜ਼ਿਆਦਾ ਤਸੱਲੀ ਸੀ ਜਾਣੀ ਚਾਹੇ ਭਤਾਉਣ 'ਚ ਹੀ ਆਇਆ ਸੀ ਲੋਕ ਕਹਿੰਦੇ ਕਿ ਨਾ ਧੌਣ ਵਾਲਾ ਕਾਮਯਾਬ ਨਹੀਂ ਹੁੰਦਾ ਹਾਂਜੀ ਜਾਣੀ ਮੇਰੇ ਤਾਂ ਪਰਖ ਕਰੀ ਆ ਪ੍ਰੈਕਟੀਕਲ ਜਿਵੇਂ ਕਹਿ ਦਈਏ ਜਾਣੀ 2 ਵਜੇ ਤੱਕ ਕਬੂਤਰ 7-8 ਰਹਿ ਗਏ ਠੀਕ ਹੈ ਜੀ ਮੈਂ ਆਇਆ ਸੁੱਖਾ ਆਇਆ ਜਰਗ ਵਾਲਾ ਮੇਰੇ ਕੰਨੀ ਨੂੰ ਉੱਤੇ ਸੀ ਕਿਤੇ ਕਾਪੀ ਵਾਲੇ ਕੋਲ ਉਹ ਸੁੱਖਾ ਕਹਿੰਦਾ ਕਬੂਤਰ ਤਾਂ ਨਹੀਂ ਰਹਿ ਗਏ ਮਾਂ ਫਿਰਦੀ ਦਾ ਸਤਾਉਲਾ ਉਹ ਕਹਿੰਦਾ ਇਹ ਬਹਿ ਬਹਿ ਉੱਠੀ ਜਾਂਦੇ ਆ ਕਬੂਤਰ ਤਾਂ ਨਹੀਂ ਰਹਿ ਗਏ ਮਾਂ ਕਿਹੜੇ ਕਿਹੜੇ ਆ ਕਹਿੰਦਾ ਇੱਕ ਤੇਰੇ ਪਿੰਡੋਂ ਪੂਲੇ ਦਾ ਇੱਕ ਤੇਰਾ ਇੱਕ ਮੇਰਾ ਮਾਂ ਵੀ ਜਿਵੇਂ ਮਰਜ਼ੀ ਕਰ ਲਾ ਮੈਂ ਉਹਨੂੰ ਕਹਿੰਦਾ ਚੱਲ ਆਪਣੀ ਰਹਿ ਗਈ ਪੂਲੇ ਦਾ ਬਹਿੰਦਾ ਮੈਨੂੰ ਕਹਿੰਦਾ ਹੁਣ ਮੈਂ ਮੂਹਰੋਂ ਕਹਿ ਨਾ ਸਕਿਆ ਜਾਂ ਉਹਨੂੰ ਪੂਲਾ ਮੇਰੇ ਕੋਲ ਆ ਗਿਆ ਭੱਜ ਕੇ ਪੂਲਾ ਕਹਿੰਦਾ ਕਿਵੇਂ ਆ ਮਾਂ ਵੀ ਮੇਰੇ ਕੰਨੀ ਉਹਦਾ ਲਾ ਲਾ ਸੁੱਖੇ ਨੂੰ ਪੁੱਛ ਲਾ ਆਪਾਂ ਕਿਹੜਾ ਤੈਨੂੰ ਜਵਾਬ ਦੇਣਾ ਚੱਲ ਇਹਨੇ ਸੁੱਖੇ ਨੂੰ ਪੁੱਛਿਆ ਨੇ ਆ ਕੇ ਮੈਨੂੰ ਕਹਿੰਦਾ ਵੀ ਸੁੱਖਾ ਕਹਿੰਦਾ ਲਾ ਲਓ ਮਾਂ ਲਾ ਲਓ ਢੰਗ ਹੀ ਚੱਲ ਇਹ ਪੂਲੇ ਵਾਲਾ ਨਰਮ ਸੀ ਕਬੂਤਰੇ ਦਾ ਜਦੇ ਹੀ ਡਿੱਪਿਆ ਢੰਗ ਹੀ ਵੀ ਨਹੀਂ ਲੱਗੀ ਪਹਿਲਾਂ ਹੀ ਡਿੱਗ ਪਿਆ ਸੁੱਖੇ ਉਹਨਾਂ ਨੇ ਢੰਗ ਹੀ ਲਾਈ ਉਹਨਾਂ ਦਾ ਜਦੇ ਬਹਿ ਗਿਆ ਸਾਡਾ ਤਾਂ ਉੱਤੋਂ ਹੀ ਗਿੱਧੇ ਮਾਰ ਕੇ ਮੁੜ ਗਿਆ ਆਇਆ ਹੀ ਨਹੀਂ ਠੀਕ ਹੈ ਪੱਟਿਆ ਗਿਆ ਫਿਰ ਉਦੋਂ ਬਾਅਦ ਬਾਜੀ ਜਿੱਤ ਕੇ ਜਾਣੀ ਕਬੂਤਰਾਂ ਦਾ ਪਤਾ ਨਹੀਂ ਕਿੰਨੇ ਉੱਡ ਜਾਣੇ ਇਹਨਾਂ ਦਾ ਕੋਈ ਭੇਤ ਹੀ ਨਹੀਂਗਾ ਠੀਕ ਹੈ ਜੀ ਅਤੇ ਆਪਾਂ ਹੁਣ ਤੱਕ ਦੇ ਕਿਹੜੇ ਵੱਡੇ ਤੋਂ ਵੱਡਾ ਇਨਾਮ ਜਿੱਤਿਆ ਇਨਾਮਾਂ ਦੀ ਜੇ ਗੱਲ ਕਰੀਏ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਪੱਖਾ ਜਿੱਤਿਆ ਸੀ ਦਾਤੀ ਫਰਾ ਇੱਥੋਂ ਬਾਹਰਪੁਰੋਂ ਸੋਨੀ ਦੇ ਪਿੰਡੋਂ ਇਹਨਾਂ ਨੇ ਪੱਖਾ ਦਿੱਤਾ ਸੀ ਉਸ ਸਾਲ ਬਹੁਤ ਉੱਡੀ ਉਹਦੇ ਸਾਡੀ ਪੂੰਜੇ 'ਚ ਰੱਤੇ ਖੰਭ ਸੀ ਦੋ ਉਹਦੇ ਸ਼ਾਹ ਆਖੀ ਸੀ ਉਹ ਜਾਣੀ ਬਹੁਤ ਪੱਠੀ ਉਹਦੇ ਉੱਡੀ ਵਧੀਆ ਜਾਣੀ ਪੈਸੇ ਵੀ ਚੰਗੇ ਆਏ ਉਹਦੇ ਜਾਣੀ ਰਹੇ ਹਿੱਸੇ 'ਚ ਸੀ ਜਾਣੀ ਪੱਖਾ ਆਪਣੀ ਨੇ ਜਿੱਤਿਆ ਸੀ ਉਦੋਂ ਬਾਅਦ ਕਈ ਬਾਜ਼ੀਆਂ ਇਹੋ ਜਿਹੀਆਂ ਜਿੱਤੀਆਂ ਜਿਹੜੀਆਂ ਮਤਲਬ ਚੰਗੀਆਂ ਚੰਗੀਆਂ ਹੁਣ ਬਾਹਲਿਆਂ ਦਾ ਨੌਂ ਕਰੀਏ ਚੇਤੇ ਨਹੀਂ ਰਹਿੰਦਾ ਟਾਈਮ ਬਹੁਤ ਹੋ ਗਿਆ ਫਿਰ ਅਸੀਂ ਮੰਡਿਆਣੀ ਛੱਡਿਆ 2 ਕੁ ਸਾਲ ਹੋ ਗਏ ਪਹਿਲਾਂ 2 ਸਾਲ ਹੀ ਆ ਮੈਂ ਕਹਿੰਦਾ 19 'ਚ 18 'ਚ ਸੀ ਆਹ ਕਬੂਤਰ ਛੱਡਿਆ ਸੀ ਠੀਕ ਹੈ ਜੀ ਇਹ ਅਸੀਂ ਮੰਡਿਆਣੀ ਛੱਡਿਆ ਉਹ ਦੇਖਣੀ 7 ਰਹੇ ਸੀ ਕਿੰਨੇ ਰਹਿ ਗਏ ਸੀ ਹੱਥਾਂ ਨੂੰ 7 ਕਬੂਤਰ ਰਹਿ ਗਏ ਸੀ ਮੇਰਾ ਖਿਆਲ ਉਹਦੇ ਠੀਕ ਹੈ ਜੀ ਇਹ ਕਬੂਤਰ ਉਹਦੇ ਛੱਡਿਆ ਮੈਂ ਇਹ ਬਾਈ ਦੇ ਬਿੱਲੂ ਦੇ ਪਿੰਡ ਮੰਡਿਆਣੀ ਅਤੇ ਜਾਣੀ ਬਹੁਤ ਚੰਗਾ ਕਬੂਤਰ ਉੱਡਿਆ 7.5 ਵਹਾਇਆ ਢਾਂਗੀ 'ਤੇ ਠੀਕ ਹੈ ਜੀ ਇਹ 4-5 ਬਾਜ਼ੀਆਂ ਉਸੇ ਸੀਜ਼ਨ 'ਚ ਸਾੜਤਾ ਜਾਣੀ 70-80 ਦਿਨ ਹੀ ਮੈਂ ਇਹਨੂੰ ਛੱਡੀ ਗਿਆ ਮਹਿਮਾ ਸਿੰਘ ਵਾਲੇ ਹਰ ਗਿਆ ਮੈਂ ਉਹ ਮਾਸੀ ਦੇ ਮੁੰਡੇ ਨਾਲ ਹੀ ਰਹਿ ਕਰਕੇ ਜਾਣੀ ਨੀਲੇ ਨੇ ਉੱਥੇ ਹਰਾਤਾ ਮੈਨੂੰ ਇਹ ਖੇਡ ਆਪੋ ਆਪਦੀ ਉੱਥੇ ਸੈੱਟ ਹੋ ਜਾਂਦੀ ਆ ਉਹ ਮੈਂ ਉਹੀ ਬੈਠਾ ਬੈਠਾ ਫੋਨ ਕਰ ਫਿਰਿਆ ਇੱਕ ਤਾਂ ਮੇਧਾ ਸਹੁਰੇ ਦਾ ਐਡਾ ਤਕੜਾ ਇਹ ਦੱਸਦਾ ਹੀ ਨਹੀਂ ਵੀ ਮੈਂ ਕੀ ਖਾਣਾ ਕੀ ਭੁੱਖ ਕਿੰਨੀ ਆ ਇਹਦਾ ਪਤਾ ਨਹੀਂ ਲੱਗਦਾ ਇਹਦਾ ਮੈਨੂੰ ਇਹ ਕਬੂਤਰ ਇਹੋ ਜਿਹਾ ਠੀਕ ਹੈ ਜੀ ਜਾਣੀ ਪਤਾ ਹੀ ਨਹੀਂ ਕਿੰਨੀਆਂ ਕੁ ਕਿੱਧਰ ਨੂੰ ਲੈ ਜਾਂਦਾ ਫਿਰ ਉੱਥੇ ਖੇਡ ਬਦਲ ਜਾਂਦੀ ਹੈ ਜਦ ਇਹ ਆਪਦਾ ਦੱਸਦਾ ਨਹੀਂ ਨਾ ਤਾਂ ਇਹ ਮੇਧੇ ਦਾ ਦੱਸਦਾ ਆਪਦਾ ਵੀ ਕੀ ਆ ਮੇਰੇ 'ਚ ਕੀ ਨਹੀਂ ਦੱਸਦਾ ਹੀ ਨਹੀਂ ਜਾਣੀ ਜੇ ਕਬੂਤਰ ਮਾਲਕ ਨੂੰ ਦੱਸੂ ਕਬੂਤਰ ਫਿਰ ਉੱਡੂ ਇਹਨੇ ਮੈਨੂੰ ਮਹਿਮਾ ਸਿੰਘ ਵਾਲੇ ਦਿਨ ਇਹਦੇ ਕਬੂਤਰ ਨੇ ਕੋਈ ਹਰਾਤਾ ਕੁਛ ਉਹਨੇ ਮੈਨੂੰ ਹਿਲਾਤਾ ਠੀਕ ਹੈ ਹਿੱਲ ਗਿਆ ਉਹਦੇ ਕਬੂਤਰ ਮੇਰਾ 9 ਰਹਿੰਦਿਆਂ ਅਤੇ ਹਰ ਗਿਆ ਇਹ ਮਹਿਮਾ ਸਿੰਘ ਵਾਲੇ ਬਹੁਤ ਕਬੂਤਰ ਸੀ ਉਹਦੇ ਵੀ ਅਤੇ ਜਦ ਬਹਿ ਗਿਆ ਮੈਂ ਚੱਲ ਕੋਈ ਗੱਲ ਨਹੀਂ ਅਸੀਂ ਫੜ ਲੈਂਦਾ ਕਬੂਤਰ ਇੱਕ ਇਹਨਾਂ ਨੂੰ ਐਂ ਨਹੀਂ ਪਰਵਾਹ ਹੈਗੀ ਵੀ ਅਸੀਂ ਬਹਿ ਕੇ ਹਾਰ ਗਏ ਜਾਂ ਕਿਤੇ ਬੈਠਿਆ ਕਿੱਥੇ ਮਰਜ਼ੀ ਬੈਠੀ ਜਾਣ ਕੋਈ ਪਰਵਾਹ ਨਹੀਂ ਫਿਰ ਮੈਂ ਉਦੋਂ ਬਾਅਦ ਬੁਰਜ ਨਕਲੀਆਂ ਲਿਜਾ ਕੇ ਛੱਡਤਾ ਉਦੇ ਫਿਰ ਇਹ ਕਬੂਤਰ ਨੇ ਬਹੁਤ ਜ਼ੋਰ ਲਾਇਆ ਕਬੂਤਰ ਰਹਿ ਗਏ 4 ਖਾਨੀ 4 ਆ ਨਹੀਂ ਕਿ 5 ਰਹਿੰਦੇ ਸੀ 5ਵਾਂ ਇਹ ਸੀ 4 ਹੋਰ ਸੀ ਇਹ ਕਬੂਤਰਾਂ ਨੇ ਚੱਕਰ ਮਾਰਿਆ ਪੰਜਾਂ ਨੇ ਜਾਂ ਚੱਕਰ ਮਾਰਿਆ ਉਹ ਕਬੂਤਰ ਤੁਸੀਂ ਗਏ ਇਹਦਾ ਜਿੱਥੇ ਅੰਡਾ ਸਾਨੂੰ ਪਤਾ ਵੀ ਇਹਨੇ ਅਦੂ ਉੱਤੇ ਨਹੀਂ ਜਾਣਾ ਇਹਨੇ ਉੱਥੋਂ ਆਪਦਾ ਚੱਕਰ ਥੱਲੇ ਕੱਟ ਲਿਆ ਥੱਲੇ ਕੱਟਿਆ ਉਹ ਕਬੂਤਰ ਪੱਟੇਗਾ ਉੱਤੋਂ ਇਹ ਕਬੂਤਰ ਨਰਮ ਹੋ ਕੇ ਥੱਲੇ ਵੀ ਬਹਿੰਦਾ ਹੋਣ ਲੱਗ ਗਈ ਇਹ ਸੋਹਣੀ ਉਹਨਾਂ ਨੇ ਬਿਨਾਂ ਖਿਆਲ ਕੀਤਾ ਕਾਪੀ ਵਾਲੇ ਨੇ ਬਿਨਾਂ ਖਿਆਲ ਕੀਤਾ ਵੀ ਉੱਪਰਲਿਆਂ ਨੂੰ ਗਿਣ ਲਈਏ 20-25 ਮਿੰਟ ਕਬੂਤਰ ਇਹ ਜਾਣੀ ਥੱਲੇ ਹੀ ਵੇਲੀ ਗਿਆ ਜੀ ਬਹਿ ਗਿਆ ਕਰਦਾ ਕਰਦਾ ਫਿਰ ਮੁੜ ਜਾ ਕਰ ਇਹ ਐਡੀ ਹਿੰਮਤ ਨਹੀਂ ਸੀ ਮੈਂ ਉੱਤੇ ਜਾ ਖੜਾਂ ਥੋੜ੍ਹਾ ਜਿਹਾ ਚੜ੍ਹਿਆ ਕਰੇ ਫਿਰ ਆ ਕੇ ਬਹਿਣ ਲੱਗ ਜਾ ਕਰੇ ਠੀਕ ਹੈ ਜੀ ਬਹਿੰਦਾ ਅਖੀਰੀ ਇਹ ਬਹਿ ਗਿਆ ਇਹਦਾ ਮੈਨੂੰ ਫੋਨ ਆ ਗਿਆ ਮੈਂ ਤਾਂ ਪਿੰਡ ਹੀ ਸੀ ਕਹਿੰਦਾ ਚਾਚਾ ਕਬੂਤਰ ਬਹਿ ਗਿਆ ਮੈਂ ਬਹਿ ਗਿਆ ਫੜ ਲਿਓ ਇਹ ਅਜੇ ਪੌੜੀ ਉੱਤਰਦਾ ਇਹਦਾ ਮੈਨੂੰ ਫੋਨ ਆਇਆ ਕਹਿੰਦਾ ਬਾਈ ਨੇ ਕਾਪੀ ਵਾਲੇ ਨੇ ਹਾਕ ਮਾਰ ਲਈ ਵੀ ਉੱਤੇ ਤਾਂ ਕੋਈ ਕਬੂਤਰ ਹੀ ਨਹੀਂ ਉਹ ਮਹਾ ਜਾਦੂ ਪਹਿਲਾਂ ਟਾਈਮ ਲਵਾਉਂਦੇ ਉਹਦਾ ਕਾਪੀ ਵਾਲੇ ਦੀ ਮਿਹਰਬਾਨੀ ਨਾਲ ਉਹਦੇ ਸਾਨੂੰ ਬਾਜੀ ਮਿਲੀ ਨਹੀਂ ਲੋਕਾਂ ਨੇ ਉਹਦੇ ਰੌਲਾ ਬਹੁਤ ਪਾਇਆ ਨਜਾਇਜ਼ ਹੀ ਰੌਲਾ ਪਾਇਆ ਜਾਣੀ ਉਹੀ ਉਂਗਲਾਂ ਕਰੀ ਗਏ ਨੇ ਜਾਣੀ ਉਹੀ ਉਂਗਲਾਂ ਕਰੀ ਨੇ ਉੱਤੇ ਕੁਛ ਨਹੀਂ ਸੀਗਾ ਜਾਣੀ ਇਕੱਲੇ ਹੀ ਕਬੂਤਰ ਸਾਡਾ ਉਹਦੇ ਜਿੱਤਿਆ ਇਹ ਉਹਦੇ ਇੱਕ ਪੱਖਾ ਸੀਗਾ ਪੱਖਾ ਜਿੱਤਿਆ ਤੇ ਬਾਕੀ 78,000 ਸੀਗਾ ਨੀ 88 75,000 ਰੁਪਈਆ ਸੀ ਉਹਦੇ ਜਾਣੀ ਉਹਦੇ ਇਕੱਲਿਆਂ ਨੇ ਜਿੱਤਿਆ ਸੀ ਜਾਣੀ ਸਾਰਿਆਂ ਨੂੰ ਦੜਾ ਵੱਡਾ ਉਹਦੇ ਜਿੱਤਿਆ ਹਾਂ ਉਦੋਂ ਬਾਅਦ ਵੀਲੇ ਛੱਡਤਾ 25-27 ਦਿਨੀ ਉਹਦੇ ਰਾਤ ਨੂੰ ਬਹਾਇਆ ਦਿਨ ਨਰਮ ਪੈ ਗਏ ਸੀ ਠੀਕ ਹੈ ਜੀ ਜਦ ਲੋਚ ਉੱਡ ਕੇ ਸਾਡਾ ਕਬੂਤਰ ਹੋਵੇ
ਬਸ ਫਿਰ ਤਾਂ ਸੀਜ਼ਨ ਹੀ ਉੱਡ ਜਾਂਦਾ ਸਾਡਾ ਕਬੂਤਰ, ਫਿਰ ਨਹੀਂ ਸਾਨੂੰ ਕੋਈ ਪਰਵਾਹ। ਲੋਹ ਚ ਉੱਡ ਗਿਆ ਕਿ ਨਾ ਜਿਹੜਾ, ਠੀਕ ਹੈ ਜੀ, ਫਿਰ ਨਹੀਂ ਉਹ ਹਰਦਾ, ਫਿਰ ਤਾਂ ਲੋਹ ਖਤਮ ਹੋਈ ਤਾਂ ਫਿਰ ਇਹ ਪਰਵਾਹ ਹੀ ਨਹੀਂ ਕਰਦੇ। ਸਹੀ ਹੈ ਜੀ, ਤਾਂ ਲੋਹ ਝੱਲੀ ਹੁੰਦੀ ਆ ਫਿਰ ਲੋਹ ਆਉਂਦੀ ਨਹੀਂ, ਇਹਨਾਂ ਨੂੰ ਕੋਈ ਪਤਾ ਨਹੀਂ। ਇੱਕ ਸਾਲ ਮੈਂ ਕਬੂਤਰ ਇੱਥੇ ਸ਼ੰਕਰ ਹਰ ਗਿਆ ਭੋਲਾ ਬਾਈ ਸੀ ਮੇਰੇ ਨਾਲ, ਟੇਕਨ ਹੁੰਦਾ ਸੀ, ਉੱਤੋਂ ਆਇਆ 2:30-3 ਵਜੇ ਇੱਥੇ ਬਹਿ ਗਿਆ ਆਪਣੇ ਸ਼ੰਕਰ। ਮੈਂ ਟੇਕਨ ਨੂੰ ਪੁੱਛਣ ਲੱਗ ਗਿਆ ਬੈਠੇ, ਮਾਹੋ ਬਾਈ ਵੱਡਾ ਸੀ ਮੇਰੇ ਤੋਂ ਹੁਣ ਉਮਰ 'ਚ, ਮਾਹੋ ਬਾਈ ਟੇਕਨ ਇਹਨੂੰ ਕੀ ਹੋ ਗਿਆ? ਉਹਨੇ ਚੱਲ ਮੈਨੂੰ ਦੱਸਿਆ, ਜਿਹੜੀ ਉਹਨੇ ਦੱਸਿਆ ਵੀ ਕੀ ਹੋਇਆ ਇਹਨੂੰ, ਮੈਂ ਬੁੱਝ ਗਿਆ, ਮੈਂ ਲੜਗੱਠ ਮੰਨ ਲਈ। ਮਾਂ ਵੀ ਚੱਲ ਠੀਕ ਆ, ਉਹਦਾ ਭਾਈ ਮੈਂ ਬੇਰ ਲਿਜਾ ਕੇ ਛੱਡਤਾ। ਠੀਕ ਹੈ ਜੀ, ਬੇਰ ਛੱਡਿਆ, ਬੇਰ ਉੱਥੇ ਕੂਲੀ ਵਾਲਾ ਮੀਤਾ, ਮੈਨੂੰ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਸੀ ਤੁਸੀਂ ਆਵੋਗੇ। ਠੀਕ ਹੈ ਜੀ, ਕਹਿੰਦਾ ਇੱਥੇ ਤਾਂ ਕਬੂਤਰ ਹੀ ਮਾੜੇ ਨੇ। ਮਾਹ ਮੈਂ ਤਾਂ ਆਪ ਮਾੜਾ ਲੈ ਕੇ ਆਇਆ, ਉਹ ਕਬੂਤਰ ਮੇਰਾ ਕਿੱਕਰ 'ਚ ਬਹਿ ਜਾਂਦਾ ਸੀ ਪਿੰਡ। ਠੀਕ ਠੀਕ, ਮੈਂ ਡਰਦਾ ਡਰਦਾ ਲੈ ਗਿਆ, ਉਹਦਾ ਹੀ ਭਾਈ ਸੀ, ਭੋਲੇ ਤੋਂ ਕਬੂਤਰ ਆਇਆ ਸੀ, ਕਬੂਤਰ ਹੀ ਆਈ ਸੀ ਇੱਧਰੋਂ ਜਸਵੀਰ ਦੇ ਕਬੂਤਰ ਡਾਉਂਦਾ ਰਿਹਾ ਆਪਣੇ, ਉਹਦਾ ਪਿੰਡ ਯਾਰ ਸ਼ਾਇਦ ਰੋਣੋਂ ਸੀ ਕੀ ਸੀ ਇਹੋ ਜਿਹਾ ਪਿੰਡ ਸੀ ਯਾਰ, ਉਹਦਾ ਨਾਂ ਸੀ ਬਲਵੀਰ। ਹਾਂ ਠੀਕ ਹੈ ਜੀ, ਹਰਿਆਣੇ ਦੇ ਬਾਰਡਰ 'ਤੇ ਪਿੰਡ ਆ ਉਹਦਾ, ਸਰਸੇ ਕੰਨੀ, ਉਹਨਾਂ ਦੇ ਪੱਠੇ ਸੀ ਉਹ, ਜਾਂ ਕਿੱਕਰ 'ਤੇ ਪਿੰਡ ਬਹਿ ਜਾ ਕੇ ਮੈਂ ਲਿਜਾ ਕੇ ਬੇਰ ਛੱਡਤਾ। ਮੈਂ ਦੇਖੀ ਜਾਊਗੀ, ਕਬੂਤਰ ਹੋਰ ਛੱਡਣ ਵਾਲੇ ਹੈ ਨਹੀਂ ਸੀ, ਦੋ ਹੀ ਕਬੂਤਰ ਸੀ, ਦੋਨੇ ਹੀ ਭਾਈ, ਹੋਰ ਮੇਰੇ ਕੋਲ ਕੋਈ ਕਬੂਤਰ ਨਹੀਂ ਸੀ। ਠੀਕ ਹੈ ਜੀ, ਬੇਰ ਲਿਜਾ ਕੇ ਛੱਡਿਆ, ਕੂਲੀ ਵਾਲਾ ਮੀਤਾ ਹੱਸਣ ਲੱਗ ਗਿਆ, ਇੱਕਣੀ ਕਹਿੰਦਾ ਜਦ ਤੁਸੀਂ ਆਉਣਾ ਸੀ ਫਿਰ ਹੁਣ ਅੱਜ ਨਹੀਂ ਤੁਸੀਂ ਕਿਸੇ ਨੂੰ ਬਾਜੀ ਦਿੰਦੇ। ਮਾਹ ਲੈ ਸਾਡੇ ਕਿਹੜਾ ਕਿੱਲ ਕੱਢਿਆ, ਮੈਂ ਤਾਂ ਕੱਕਰ 'ਤੇ ਬਹਿੰਦਾ। ਉੱਥੇ ਬਾਈ 4:00 ਨੂੰ ਬਾਜੀ ਮੁੱਕ ਗਈ। ਠੀਕ ਹੈ, ਅਸੀਂ ਖਾਣੀ ਇੱਕ ਨਾ ਖਾਣੀ ਦੋ ਨਾ ਵੰਡੀ, ਹੁਣ ਮੇਰੇ ਪੂਰਾ ਯਾਦ ਨਹੀਂ ਜਾਣੀ ਵੰਡੀ ਬਾਜੀ ਵੰਡੀ, ਅਸੀਂ ਜਾਣੀ ਢਾਂਗੀ 'ਤੇ ਬਹਾ ਲਿਆ ਕਬੂਤਰ। ਠੀਕ ਹੈ ਜੀ, ਅੱਠੀ ਕੁ ਦਿਨ ਹੀ ਘਗਰਾਣੇ ਬਾਜੀ ਆ ਗਈ, ਉਹੀ ਕਬੂਤਰ ਮੈਂ 8 ਦਿਨ ਹੀ ਘਗਰਾਣੇ ਮੋੜਤਾ, ਘਗਰਾਣੀ ਫਿਰ 3 ਨੇ ਵੰਡ ਲਈ ਅਸੀਂ। ਠੀਕ ਹੈ ਜੀ, ਫਿਰ ਤਾਂ ਮੈਂ ਦੁੰਨੇ ਹੀ ਲਾਤੇ ਉਹ, ਹਾਂਜੀ ਜਿਹੜਾ ਸ਼ੰਕਰ ਹਰਿਆ ਇਹ ਦੁੰਨੇ, ਫਿਰ ਅਸੀਂ ਧੂਰਕੋਟ ਜੋੜੀ ਛੱਡਤੀ 7:15 ਬਹਾਏ, ਫਿਰ ਝਨੇਰ ਛੱਡਤੀ ਫਿਰ 7:15 ਬਹਾਏ, ਫਿਰ ਤਾਂ ਜੋੜੀ ਨੇ ਜਾਣੀ ਕਿ ਪਰਵਾਹ ਹੀ ਨਹੀਂ ਕਰੀ, ਜਿੰਨੀਆਂ ਬਾਜੀਆਂ ਲੱਗੀਆਂ ਫਿਰ ਜੋੜੀ ਉੱਡੀ ਆ। ਠੀਕ ਹੈ ਜੀ, ਜਾਣੀ ਗੋਧੂ ਕਹਿਦਾ ਕਰੇ ਕਹਿੰਦਾ ਹੁਣ ਜੋੜੀ ਦਾ ਜੁੱਟ ਬਣ ਗਿਆ ਤੇਰੀ ਇਹ ਨਹੀਂ ਹਰਦੀ, ਬਟਾਰੀ ਵਾਲਾ ਗੋਧੂ, ਜਾਣੀ ਚੰਗਾ ਆਪਣੇ ਨਾਲ ਉਹਨੇ ਯਾਰ ਆਪਾਂ ਵਿਗਾੜੀ ਨਹੀਂ ਬਾਈ ਕਿਸੇ ਨਾਲ, ਜਮਾਂ ਹੀ ਨਹੀਂ, ਮਤਲਬ ਕਬੂਤਰਾਂ ਪਿੱਛੇ ਕੀ ਵਿਗਾੜਨ ਦੀ ਆ, ਬੰਦੇ ਦਾ ਮਿਲ ਬਲਾਪ ਆ ਮਿਲਾਪ ਆ ਜਿਹੜਾ ਉਹੀ ਸਾਰਿਆਂ ਨੂੰ ਗਾਹਾਂ ਜਾਣਾ। ਲੜਨ ਵਾਲਾ ਦਾ ਕੋਈ ਮਤਲਬ ਹੀ ਨਹੀਂ ਸੀ, ਜਿਵੇਂ ਹੁਣ ਤਾਂ ਗੱਲ ਨੂੰ ਆਉਂਦੇ ਆ ਜਵਾਕ, ਜੇ ਕਿਸੇ ਨੂੰ ਕਹਿ ਦੇ ਹੁਣ ਤਾਂ, ਜੇ ਕਿਸੇ ਮੁੰਡੇ ਨੂੰ ਕਹਿ ਦੇ ਵੀ ਤੇਰਾ ਬਹਿ ਗਿਆ, ਗੱਲ ਨੂੰ ਆਉਂਦੇ ਤਾਂ ਕਹਿੰਦਾ ਦੇਖਿਆ ਛੱਡਦਾ ਉਹ ਫਿਰਦਾ ਉੱਚਾ ਖੜਾ। ਜਾਣੀ ਖੇਡ ਖੇਡ ਜੇ ਕਰਨੀ ਆ ਫਿਰ ਲੜਾਈ ਨਹੀਂ ਚਾਹੀਦੀ। ਹਾਂਜੀ ਹਾਂਜੀ, ਜੇ ਲੜਾਈ ਕਰਨੀ ਆ ਫਿਰ ਖੇਡ ਹੈ ਨਹੀਂ। ਠੀਕ ਹੈ, ਇਹ ਤਾਂ ਮਤਲਬ ਹੀ ਖੇਡਦਾ ਕੋਈ, ਫਿਰ ਤਾਂ ਲੜਾਈ ਆ, ਫਿਰ ਤਾਂ ਕਿਤੇ ਊਂ ਲੁੱਟ ਲਓ ਕਿਸੇ ਨੂੰ ਘੇਰ ਕੇ ਡਾਕਾ ਮਾਰਨਾ, ਜੇ ਇਹ ਡਾਕਾ ਹੀ ਆ। ਹਾਂਜੀ, ਧੱਕਾ ਦਾ ਡਾਕਾ ਹੀ ਆ, ਕੋਈ ਵੀ ਧੱਕਾ ਹੀ ਆ ਫਿਰ ਡਾਕਾ ਹੀ ਆ। ਹਾਂਜੀ ਹਾਂਜੀ, ਤੇ ਇੱਕ ਬਾਈ ਜੀ ਆਪਾਂ ਗੱਲ ਕਰੀਏ, ਜੇ ਕਬੂਤਰ ਆਪਣੇ ਕੋਲ ਮੰਨ ਕੇ ਚਲੋ ਬਿਮਾਰ ਹੋ ਜਾਂਦੇ ਆ, ਉਹਦੇ ਵਿੱਚ ਛਿੱਕਰੀ ਜਾਂ ਮੰਨ ਕੇ ਚਲੋ ਕਈ ਵਾਰ ਕੈਂਸੀ ਆਉਣ ਲੱਗ ਜਾਂਦੀ ਸੰਗ ਦੇ ਅੰਦਰ, ਉਹਦਾ ਕੀ ਇਲਾਜ ਹੈ? ਜਿਹੜਾ ਵੀ ਗਰੁੱਪਾਂ ਚੋਂ ਕੱਢ ਕੱਢ ਦਵਾਈ ਦੇ ਗਿਆ ਵਾ, ਫਿਰ ਵੀ ਨਹੀਂ ਬਚੀ, ਇਹਦੇ ਇੱਕੀ ਦੇ ਬਾਈ ਦੇ ਗੱਡ ਜੀ ਆ ਕੇ ਗਾਲ ਖਰਾਬ ਕੇ ਬਹੁਤ ਮਰੇ ਆ, ਕੋਈ ਇਲਾਜ ਨਹੀਂ ਇਹਨਾਂ, ਬਥੇਰੇ ਦਾ ਯੂਨੀਵਰਸਿਟੀ ਚੋਂ ਲਿਆ ਉੱਥੋਂ ਲਿਆ, ਇਹ ਤਾਂ ਛੱਡਿਆ ਹੀ ਨਹੀਂ ਕੁਛ, ਹਿੰਮਤ ਉਹ ਕਰਦਾ ਪਿਛਲੇ ਸਾਲ ਮੇਰੇ ਬੱਚਿਆਂ ਦੇ ਹੋਏ ਸੀ, ਮੈਂ ਪਿਛਲੇ ਸਾਲ ਹੀ ਵਰਤ ਕੇ ਦੇਖਿਆ, ਜਾਣੀ ਜਿੰਨੇ ਬੱਚਿਆਂ ਦੇ ਬਾਅਦ ਥੋੜ੍ਹੇ ਦਿਨ ਦੇ ਲਾਈ ਗਈਆਂ, ਜਦੇ ਲਾਈ ਗਈਆਂ, ਇੱਕ ਦੇ ਬਾਹਲਾ ਬੜਾ ਹੋ ਗਿਆ ਸੀ, ਜਾਣੀ ਉਹਨੇ ਦੂਏ ਦਿਨ ਹੀ ਖਤਮ ਕਰਨਾ, ਪਰ ਜਿਹੜੀ ਉੱਤੇ ਹੀਟ ਆ ਜਾਂਦਾ ਮੁੜ ਕੇ ਥੱਲੇ ਜੱਟ ਨਹੀਂ ਬਣਦਾ, ਜੇ ਕਿਸੇ ਦੇ ਬਣਦਾ ਸੀ ਤਾਂ ਮਾੜਾ ਜਿਹਾ ਚੇੜ ਕੇ ਹੋਊਗਾ, ਜਾਣੀ ਤਿੰਨਾਂ ਨਾਲ ਇਹ ਮੇਰੇ ਹਿਸਾਬ ਨਾਲ ਤਾਂ ਜਾਣੀ ਮੇਰੇ ਜਿਵੇਂ ਲੋਕ ਹੋ, ਜਾਣੀ ਥਿੰਨਾ ਉਹ ਨਾਮ ਨਹੀਂ ਹੁੰਦੇ ਥਿੰਨਾ,
ਤੇ ਇੱਕ ਵਾਰੀ ਜੀ ਅੱਖਾਂ ਦੀ ਬਿਮਾਰੀ ਆ ਦੀ ਬਹੁਤ ਚੱਲਦੀ ਆ ਇਹਦਾ ਤਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਹੰਭ ਗਿਆ ਤੇ ਯਾਨੀ ਕਿ ਕੋਈ ਦਵਾਈ ਨਹੀਂ ਛੱਡੀ ਜਾਨੀ ਰੁੱਖਾਂ ਜੋ ਵੀ ਜਿੰਨੀ ਅੱਖਾਂ ਵਾਲੀ ਗੱਡ ਵੀ ਆਉਂਦੀ ਆ ਇਹ ਜੇ ਮੋਟਰ ਦਿਨ ਦਵਾਈ ਦੇ ਦੇ ਠੀਕ ਹੋ ਜਾਂਦੇ ਆ ਮੇਰਾ ਠੀਕ ਹੋ ਜਾਣੇ ਕੋਈ ਨਹੀਂ ਹੋ ਜਾ ਜਾਂ ਇੱਕ ਟਿਊਬ ਆ ਮਤਲਬ ਜੈਟ ਸਾਲਿਆਂ ਦੀ ਥਣਾ ਦੇ ਚਾੜ ਦੇ ਜਿਹੜੀ ਜੈਟ ਕੰਪਨੀ ਦੀ ਆ ਹਾਂਜੀ 15 ਦੇ ਥਣਾ ਦੇ ਚਾੜ ਦੇ ਜੀ ਮਟੈਡਸ ਤੋਂ ਉਹ ਕੰਮ ਕਰਦੀ ਹੈ ਇੱਥੇ ਕੋਸਾ ਤੋਂ ਉਹ ਮੱਲਮਾ ਮਾੜੀ ਜੀ ਬਸ ਫਰਕ ਪੈਂਦਾ ਜੇ ਜਾਣੀ ਛੇਤੀ ਪੈ ਜਾਏਗੀ ਨਾ ਜਦੋਂ ਵੀ ਪਾਣੀ ਜਿਹਾ ਬੜਾ ਹਿੱਟਣ ਲੱਗਿਆ ਉਹ ਤੋਂ ਬਾਅਦ ਜੇ ਆਪਾਂ ਟਾਈਮ ਲਗਾਤਾ ਫਿਰ ਖੁਰਚ ਲੈਂਦੇ ਆ ਹਾਂਜੀ ਪੀਰ ਮਾਰ ਲੈਂਦੇ ਜਾਂ ਇੱਕ ਸਾਈ ਜਾਂਦਾ ਫਿਰ ਉਹ ਇਨਫੈਕਸ਼ਨ ਵੱਧ ਜਾਂਦੀ ਆ ਫਿਰ ਉਹਦੇ ਨਾਲ ਵੀ ਬਹੁਤ ਔਖੀ ਹੁੰਦੀ ਜਦੋਂ ਹੀ ਗੌਰ ਹੋ ਜੇ ਜਦ ਹੋਇਆ ਨਾ ਪਾਣੀ ਜਿਹਾ ਸਿੱਟਦਾ ਜਦੋਂ ਹੀ ਗੌਰ ਹੋ ਜੇ ਜਦ ਆਪਾਂ ਵੀਹ ਦਾ ਵੜੀ ਦੀ ਖਾਜ ਕਰਦੇ ਜਦੋਂ ਹੀ ਪੈ ਜਾਈ ਫਿਰ ਤਾਂ ਉਹਦੇ ਨਾਲ ਇਲਾਜ ਹੁੰਦਾ ਨਹੀਂ ਨਹੀਂ ਇੱਕ ਉਹ ਤਾਂ ਥੱਲੋਂ ਸੁੱਕਣ ਲੱਗ ਜਾਂਦੇ ਆ ਸੁੱਕਾ ਲੱਗ ਜਾਂਦਾ ਉਹ ਤਾਂ ਮੜੱਪਾ ਕਰਕੇ ਉਹਨੂੰ ਆਮ ਕੋਈ ਅੱਡ ਬਿਮਾਰੀ ਨਹੀਂ ਹੈਗੀ ਸੁੱਕ ਕੇ ਮੜੱਪਾ ਨਹੀਂ ਜਿਹੜੇ ਕਹਿੰਦੇ ਉੱਥੇ ਪਤਾ ਕੀ ਉਹ ਮੜੱਪਾ ਵਾਲੀ ਦਵਾਈ ਨਹੀਂ ਕਰਦਾ चाहे बंदा भी आ ਮਤਲਬ ਡਾਕਟਰ ਵੀ ਆਪਣੀ ਦਵਾਈ ਆਪਾਂ ਲੈਂਦੇ ਹਾਂ ਜੇ ਉਹਨੂੰ ਨਿਤਨਾ ਨਹੀਂ ਫਰਕ ਪੈਂਦਾ ਤਾਂ ਦੋ ਦਿਨਾਂ ਬਾਅਦ ਜਾਂ ਫਿਰ ਜਾਵਾਂਗੇ ਨਹੀਂ ਫਰਕ ਉਹਨੇ ਸ਼ਾਰਟ ਬਦਲ ਕੰਮ ਸ਼ਾਰਟ ਉੱਡਦੇ ਸੁੱਕਦੇ ਆ ਜਦੋਂ ਉੱਡਦੇ ਆ ਲੋਕ ਗਰਮੇ ਜੋ ਖੇਡ ਚ ਆਉਂਦੇ ਉਹ ਤਾਂ ਖੇਡ ਚ ਆਉਂਦੇ ਉਹ ਖੇਡ ਚ ਆਉਂਦੇ ਆ ਉਹ ਬਿਮਾਰੀ ਨਹੀਂ ਉਹ ਨਹੀਂ ਬਿਮਾਰੀ ਜਿਹੜੇ ਉੱਡਦੇ ਸੁੱਕ ਕਮੀਆਂ ਉਹ ਆਪਦਾ ਸਿੱਖੇ ਜਾਂ ਜਿਹਦੇ ਕੋਲ ਜਾਂਦਾ ਉਹ ਸਿਖਾਵੇ चार गोलियां ਇਹਦਾ ਇਲਾਜ ਹੀ ਆ ਚੱਲ ਕੋਈ ਮਾੜੀ ਗੱਲ ਨਹੀਂ ਦੋ ਚਾਰ ਕੱਟੂਆਂ ਨੂੰ ਆਉਂਦੀਆਂ ਟਾਇਰਾਂ ਮਾਈ ਦੀਆਂ ਫਾਜੇ ਦੀਆਂ 500 ਮਿੰਦੀ ਵਾਲੀਆਂ ਇਹ ਲੈ ਲਈਆਂ ਅੱਠ ਕੁ ਗੋਲੀਆਂ ਸੁਪਰਾਟੀਨ ਆਉਂਦੀਆਂ ਤਾਕਤ ਹੁੰਦੀ ਆ ਉਹਨਾਂ 'ਚ ਆਪਾਂ ਬੰਦੇ ਦੇ ਪ੍ਰੈਸ਼ਰ ਪ੍ਰੂਫ ਹੋਵੇ ਜਦੋਂ ਤੰਗ ਟੋਰ ਹੁੰਦੇ ਅੱਠ ਕੁ ਗੋਲੀਆਂ ਉਹ ਲੈ ਲਈਆਂ ਵਿੱਚ 10 ਕੁ ਗੋਲੀਆਂ ਬੈਟਰੀ ਹੋਣਗੀਆਂ ਪਾ ਲਈਆਂ ਐਲਥਰੋਮਾਈਸੀਨ ਪਾ ਲਈ ਅਤੇ ਬੀਕਾ ਸੂਨ ਦੇ ਪਾ ਲਏ ਇਹਨਾਂ ਨੂੰ ਰਗੜ ਕੇ ਰੱਖ ਲਓ ਜਾਂ ਜਿਵੇਂ ਖਾਲੀ ਕੈਲਸੂਲ ਮਿਲ ਜਾਂਦਾ ਉਹ 'ਚ ਭਰ ਕੇ ਰੱਖ ਲਓ ਡਾਊਨ ਹੁੰਦੀ ਸਾਡਾ ਤਕਰੀਬਨ ਆਮ ਸੋਕਾ ਸਾਕਾ ਕਿਸੇ ਦਾ ਜ਼ੁਕਾਮ ਆ ਉਹ 'ਚ ਸਾਰੇ ਹੀ ਆ ਗਏ ਟੇਬਲ ਵੀ ਆ ਗਈ ਜ਼ੁਕਾਮ ਤੋਂ ਅਤੇ ਉਹ ਐਂਟੀਬਾਇਟਿਕ ਆ ਗਏ ਦੋ ਤਿੰਨ ਵਿੱਚ ਲੈ 52 ਦੀਆਂ ਗੋਲੀਆਂ ਪਾ ਲਓ ਥੋੜ੍ਹੀਆਂ 20 ਕੁ ਗੋਲੀਆਂ ਇੰਨਾ ਚਾਹੇ ਪੋਟਰ ਜਿਹਾ ਬਣ ਜਾਂਦਾ ਬਾਹਲਾ ਹਵਾ ਨਾ ਲੱਗੇ ਇਹਨੂੰ ਜਾਣ ਦੀ ਡੱਬੀ ਡੁੱਬੀ ਬੰਦ ਕਰਕੇ ਰੱਖ ਲਵੇ ਚਾਹੇ ਉਈ ਪੋਟਰ ਚੂੰਡੀ ਪਾ ਲਾ ਮਾੜਾ ਜਿਹਾ ਗੁੜ ਚ ਰਲਾ ਕੇ ਦੇ ਦੇ ਡਲੀ ਬਣਾ ਕੇ ਇਹ ਇਲਾਜ ਹੀ ਆ ਇਹ ਤਾਂ ਆਮ ਜਿਵੇਂ ਆਮ ਆਪਣੇ ਜਿਵੇਂ ਨੱਕ ਕੰਨ ਜਿਵੇਂ ਇੱਥੋਂ ਜਿਹੜਾ ਇਹ ਤੋਂ ਵੀ ਨਹੀਂ ਆਰਾਮ ਆਉਂਦਾ ਉਹ ਤਾਂ ਫਿਰ ਦੂਜੇ ਲੋਕ ਠੀਕ ਜਿਵੇਂ ਕਹਿੰਦੇ ਆਨੰਦ ਹੀ ਆ ਮੈਨੂੰ ਸਾਡਾ ਤਜਰਬਾ ਹੈ ਇਹਦੇ ਉੱਤੇ ਉਹਨੇ ਰੋਸੀਨ ਆਈ ਆ ਪੈਰ 1100-1200 ਦਾ ਲੀਟਰ ਨਾ ਤਾਂ ਕਰਪਾ ਉਹ ਵੀ ਲਿਆ ਕੇ ਦੇਖਿਆ ਪਰ ਉਹ ਠੀਕ ਆ ਜਾਂਦੀ ਕੋਈ ਬਾਹਲਾ ਰਿਜ਼ਲਟ ਕਿਸੇ ਦਾ ਨਹੀਂ ਇਹਦੇ ਨਾਲ ਠੀਕ ਹੋ ਜਾਂਦਾ 100% ਇਹ ਅੱਖਰ ਦਾ ਜਿਹਦੀ ਕਟੀ ਆਮ ਇਹ ਚੱਲਦੀਆਂ ਵੀ ਆ ਗਰੁੱਪਾਂ ਤਾਂ 20-25 ਸਾਲ ਹੋ ਗਏ ਇਹੀ ਗੋਲੀਆਂ ਇਹੀ ਦਵਾਈ ਵਰਤੀ ਜਾਂ ਦੇ ਦਿੰਦੇ ਜੋ ਕਿੱਲਾ ਮੱਠਾ ਅਤੇ ਹਾਂਜੀ ਹੁਣ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ ਅਤੇ ਹੁਣ ਜਾਂਦੇ ਜਾਂਦੇ ਨਵੇਂ ਭਾਈ ਜੀ ਨੂੰ ਇੱਕ ਮੈਸੇਜ ਦੇ ਦਈਏ ਸੁਝਾਅ ਦੇਣਾ ਚਾਹੁੰਦਾ ਤਾਂ ਇਹ ਹੀ ਆ ਵੀ ਉਹਦੇ ਰੌਲਾ ਨਵੇਂ ਮੁੰਡੇ ਆ ਜਿਹੜੇ ਇਹ ਮਤਲਬ ਰੌਲਾ ਉਹਨਾਂ ਨਹੀਂ ਚਾਹੀਦਾ ਰੌਲਾ ਮਤਲਬ ਜੇ ਕਿਸੇ ਦਾ ਕਹਿੰਦੇ ਬਹਿ ਗਿਆ ਇਹ ਬਹਿ ਗਿਆ ਨਹੀਂ ਮੰਨਦੇ ਗੱਲ ਨੂੰ ਆਉਂਦੇ ਸਿਆਣੇ ਬੰਦੇ ਦੇ ਯਾਰ ਅਸੀਂ ਤਾਂ ਹੁਣ ਡਰਦੇ ਮਤਲਬ ਬੋਲਦੇ ਹੀ ਨਹੀਂ ਇਹ ਜਾ ਕੇ ਜਿਵੇਂ ਕਾਪੀ ਵਾਲਾ ਕਰਦੂ ਉਹ ਗੱਲ ਹੋ ਗਈ ਹੁਣ ਤਾਂ ਜੇ ਤਾਂ ਕਾਪੀ ਵਾਲੇ ਦੇ ਮਗਰ ਹੈਗੇ ਲੋਕ ਜੇ ਕਾਪੀ ਵਾਲੇ ਵੀ ਮੰਨ ਗਏ ਤਾਂ ਠੀਕ ਆ ਨਹੀਂ ਤਾਂ ਬਾਹਲੇ ਤਾਂ ਗੱਲ ਨੂੰ ਹੀ ਆਉਂਦੇ ਆ ਯਾਨੀ ਇਹ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਸਿਆਣੇ ਬੰਦੇ ਦਾ ਸਤਿਕਾਰ ਕਰਨਾ ਚਾਹੀਦਾ ਇਹ ਨਹੀਂ ਹੈਗਾ ਬਈ ਉਹ ਮਤਲਬ ਆਪਦੀ ਹੁੱਲੜਬਾਜ਼ੀ ਚੁੱਕਣੀ ਬੋਲਣ ਪੂਰਾ ਵੀ ਤੈਂ ਕਿੱਥੇ ਦੇਖਿਆ ਬੈਠਾ ਇਹ ਨਹੀਂ ਕਹਿੰਦੇ ਕਿ ਨਾ ਜੇ ਕਹਿੰਦਾ ਵੀ ਤੇਰਾ ਬਹਿ ਗਿਆ ਮਤਲਬ ਹੋਰ ਇਹੋ ਜਿਹੇ ਰੰਗ ਦਾ ਬਹਿ ਗਿਆ ਗੱਲ ਪੈਂਦੇ ਆ ਇਹ ਜਾਣੀ ਜੇ ਤਾਂ ਖੇਡ ਕਰਨੀ ਆ ਫਿਰ ਤਾਂ ਸਾਫ਼ ਹੋ ਗਈ ਜੇ ਮਤਲਬ ਰੌਲੇ ਹੀ ਪਾਉਣੇ ਆ ਉਹ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਫਿਰ ਲੁੱਟਣ ਦਾ ਜੀ ਮਰਜ਼ੀ ਇੱਥੇ ਕਢਾ ਕੇ ਲੁੱਟੀ ਜਾਓ ਮਤਲਬ ਖੇਡ ਇੱਕ ਹੁੰਦੀ ਆ ਸਾਫ਼ ਹੁੰਦੀ ਹੁਣ ਸੋਨੀ ਵਾਲੀ ਕਲਾਬਾਂ ਵਧੀਆ ਸੋਨੀ ਵਧੀਆ ਬਾਜ਼ੀਆਂ ਕਰੂਗਾ ਮਤਲਬ ਉੱਥੇ ਕੋਈ ਰੌਲੇ ਦਾ ਮਤਲਬ ਹੀ ਨਹੀਂ ਉਹਦੇ ਬੰਦੇ ਹੀ ਉਹ ਰੱਖੇ ਨੇ ਮਤਲਬ ਕਬੂਤਰ ਵਾਲੇ ਵੀ ਜਿਹੜੇ ਰੌਲਾ ਨਹੀਂ ਪਾਉਣ ਵਾਲੇ ਵਿੱਚ ਲੋਕ ਹੈਗੇ ਨਾ ਜਿਹੜੇ ਮਤਲਬ ਉਹਨਾਂ ਨੂੰ ਤਾਂ ਹੀ ਨਹੀਂ ਪਾਉਂਦੇ ਉਹ ਹੋਰ ਬੰਦੇ ਵੀ ਇਹ ਰੌਲਾ ਪਾਉਣ ਵਾਲੇ ਆ ਜਿਹੜੇ ਬੰਦੇ ਨਹੀਂ ਵਿੱਚ ਪਾਉਂਦੇ ਫਿਰ ਰੌਲਾ ਪਾਉਣ ਵਾਲੇ ਇਸ ਕਰਕੇ ਵੀ ਬਾਕੀ ਹੁਣ ਜਿਵੇਂ ਮੇਰੇ ਵਰਗਾ ਮੈਂ ਤਾਂ ਕਿਸੇ ਕਲੱਬ 'ਚ ਨਹੀਂ ਨਾ ਮੈਨੂੰ ਇਹਦਾ ਪਤਾ ਲੱਗਦਾ ਵੀ ਕਿੱਥੇ ਆ ਗਈ ਕਿੱਥੇ ਨਹੀਂ ਹੈਗੀ
ਜੇ ਕੋਈ ਨੇੜੇ ਤੇੜੇ ਮਿਲ ਜਾਂਦੀ ਆ ਕੋਈ ਬਾਜੀ ਛੱਡ ਲਈਦੀ ਆ, ਨਹੀਂ ਆਪਾਂ ਬਾਲੀ ਚੱਸ ਵੀ ਨਹੀਂ ਕਰੀਦੀ ਹੈ। ਕਿਉਂ ਆਇਆ ਕਈ ਬੰਦੇ ਛਡਾ ਲੈਂਦੇ ਆ ਕਿ ਨਹੀਂ ਵੀ ਛਡਾਉਂਦੇ, ਜਿਵੇਂ ਹੁਣ ਤੋਂ ਐਂਟਰੀਆਂ ਚੱਲੀ ਜਾਂਦੀਆਂ ਨੇ, ਮੇਰੇ ਦਾ ਪਤਾ ਹੀ ਨਹੀਂ ਲੱਗਦਾ। ਉਹ ਆਪਣੇ ਕੋਲ ਨਾ ਕੋਈ ਮਤਲਬ ਐਡ ਆ, ਨਾ ਆਪਣੇ ਕੋਲ ਮਤਲਬ ਨਾ ਉਹਨੂੰ ਚਲਾਉਣਾ ਦਾ, ਨਾ ਮੇਰੇ ਕੋਲ ਹੈਗਾ। ਅਤੇ ਉਹਦੇ ਕਰਕੇ ਮੈਂ ਤਾਂ ਮੌਕੇ 'ਤੇ ਜੀ ਕੋਈ ਬਾਜੀ ਮਿਲ ਜਾਂਦੀ ਆ ਛੱਡ ਲਈਦੀ ਆ। ਹੁਣ ਨਾ ਵੀ ਮਤਲਬ ਕੋਈ ਕੋਈ ਠੋਸ ਬੰਦਾ ਮੇਰੇ ਨਾਲ, ਜਿਹੜਾ ਬੰਦੇ ਚਾਰ ਚਾਹੀਦੇ ਘੱਟੋ ਘੱਟ ਹੁਣ ਜਿਹੜੀ ਖੇਡ ਚੱਲ ਰਹੀ ਆ। ਅੱਗੇ ਤਾਂ ਅਸੀਂ ਉਸ ਇੱਕੇ ਖੁੱਡੇ 'ਚ ਬੱਚੇ ਕੱਢੀ ਜਾਂਦੇ ਹੁੰਦੇ, ਉਹ 'ਚ ਲਿਜਾ ਕੇ ਬਾਜੀ ਛੱਡਦੇ ਹੁੰਦੇ ਸੀ। ਹੁਣ ਤਾਂ ਲੋਕਾਂ ਦੇ ਬਾਕੀ ਇੰਨੀ ਖੁਰਾਕ ਨਹੀਂ ਸੀ, ਮੈਂ ਤੁਹਾਨੂੰ ਦੱਸ ਕਿਹੜਾ ਵੀ ਚੂੜਾ ਉਹਨੇ ਸੱਤ ਬਣਾਉਂਦੇ ਨੇ, ਮੈਂ ਵੀ ਸੱਤ ਹੀ ਜਾਂਦਾ ਰਿਹਾ। ਜਾਣੀ ਮੈਂ ਚਮਕੌਰ ਦੇ ਘਰੋਂ ਲਿਆ ਕੇ 30-35-35 100-100 ਗਿਰੀ ਦੇ ਕੇ ਬਾਜ਼ੀਆਂ ਜਿੱਤਣੀਆਂ। ਉਹ ਸਮਾਂ ਉਹੋ ਜਿਹਾ ਸੀਗਾ ਅਤੇ ਹੁਣ ਸਮਾਂ ਬਦਲ ਗਿਆ। ਹੁਣ ਤਾਂ ਲੋਕ ਖੁਰਾਕ ਅੰਨੇ ਵਾਹ ਦੇਈ ਜਾਂਦੇ ਆ, ਹਜੇ ਆਂਡੇ 'ਚ ਹੀ ਹੁੰਦਾ ਬੱਚਾ ਜਦ ਨਿਕਲ ਆ ਜਾਂਦਾ, ਉਹ ਕਬੂਤਰਾਂ ਨੂੰ ਖੁਰਾਕ ਵਾਲੀ ਪਾਉਂਦੇ ਆ। ਜਿਹੜੇ ਹਿਸਾਬ ਨਾਲ ਹੁਣ ਖੁਰਾਕ ਹੈ ਨਾ, ਚੂਣ ਦੀਆਂ ਤਿਆਰੀਆਂ ਨੇ, ਇੱਕ ਉਹਦਾ ਚਿੱਟਾ ਹੀ ਲੱਗਿਆ, ਚਿੱਟਾ ਹੀ ਨਹੀਂ ਲੱਗਿਆ ਬਸ। ਜਿਹੜੇ ਵਾਲੀ ਖੁਰਾਕ ਆ, ਇੰਨੀ ਖੁਰਾਕ ਜਾਨੀ ਕਿ ਚਿੱਟਾ ਲੱਗਿਆ ਹੁੰਦਾ ਤਾਂ ਖਾਲੀ ਚੋਈ ਲੈਂਦੇ ਚਾਹੇ 100 ਗ੍ਰਾਮ। ਤੁਸੀਂ ਬਾਜੀ ਮੈਂ ਵੀ ਛੱਡਦਾ ਵਾ, ਲੋਕਾਂ ਦੀਆਂ ਇੰਨੀਆਂ ਖੁਰਾਕਾਂ ਨੇ, ਜੇ ਅਗਲਾ ਹੁਣ ਕਹੇ ਵੀ ਤੂੰ ਰਲੇਗਾ ਕਿਵੇਂ, ਮੈਂ ਕਣਕ ਹੀ ਕੋਈ ਖੁਰਾਕ ਨਹੀਂ ਪਾਈ ਅਜੇ ਤੱਕ, ਕੁਛ ਨਹੀਂ ਪਾਇਆ। ਜਿੱਦੇ ਹੁਣ ਦਿਨ ਜੇ ਖੁੱਲਣਗੇ ਟਾਈਮ ਲੱਗੂਗਾ, ਫਿਰ ਇਹਨਾਂ ਨੂੰ ਖੁਰਾਕ ਸ਼ੁਰੂ ਕਰਾਂ। ਹੁਣ ਮੈਨੂੰ ਇਹ ਦੱਸ ਵੀ ਹੁਣ ਜੇ ਮੈਂ ਉਹਨਾਂ ਨਾਲ ਰਲ ਗਿਆ, ਜਿਹੜੇ ਸਿਆਲ ਸਿਆਲ ਮਤਲਬ ਇੰਨੇ ਝੂਠੇ ਬਣਾਏ ਨੇ, ਜੇ ਮੈਂ ਉਹਨਾਂ ਨਾਲ ਜਾ ਕੇ ਰਲ ਗਿਆ, ਫਿਰ ਉਹਨਾਂ ਦੀ ਸਭ ਦਾ ਤਾਂ ਫਾਇਦਾ ਕੀ? ਕੋਈ ਫਾਇਦਾ ਨਹੀਂ ਹੈ ਵੀ ਸਿਆਲ ਸਿਆਲ ਉਹਨਾਂ ਨੂੰ ਮੱਲ ਬਣਾਈ ਜਾਓ। ਸਹੀ ਗੱਲ ਹੈ, ਜੇ ਮੇਰਾ ਕਬੂਤਰ ਉਹਨਾਂ ਨਾਲ ਫਿਰ ਵੀ ਜਾ ਕੇ ਰਲ ਗਿਆ, ਮੈਂ ਅਜੇ ਤੱਕ ਕਣਕ ਪਾਉਣਾ, ਕਣਕ ਹੀ ਚੱਲਦੀ, ਕਣਕ ਹੀ ਪਾਈ ਆ। ਸਰੋਂ ਤਾਂ ਲੈਣੀ ਮੁਸ਼ਕਿਲ ਹੋਈ ਵੀ ਆ, ਘਰ ਦੀ ਹੈ ਨਹੀਂ, ਨਾਲ 7500 ਨੂੰ ਲੈ ਕੇ ਕਿਹੜਾ ਪਾਉਂ। ਗੱਲਾਂ ਸਿੱਧੀਆਂ ਹੀ ਨੇ ਇਹ, ਜਾਣੀ ਹੁਣ ਸਾਰਾ ਕੁਛ, ਖੇਡ ਵੀ ਮਹਿੰਗੀ ਹੋ ਗਈ, ਮੁੱਢ ਵੀ ਵੱਡੇ ਹੋ ਗਏ ਵਿੱਚ, ਤਾਂ ਹੁਣ ਛੋਟੇ ਮੁੱਢ ਤਾਂ ਛੱਡ ਲੈਂਦੇ ਹਾਂ। ਹੁਣ ਜੇ ਕੋਈ 5000 ਕਹੇ ਭਾਈ ਆਪਾਂ ਤਾਂ ਛੱਡ ਨਹੀਂ ਸਕਦੇ, ਤੂੰ ਐਵੀਂ ਵਡਿਆਈ ਕਿਉਂ ਮਾਰੀਏ? ਤੂੰ ਆਪਦਾ ਸਭ ਕੁਝ ਦੇਖ ਕੇ ਚੱਲਣਾ ਚਾਹੀਦਾ, ਜ਼ਰੂਰੀ ਤਾਂ ਵੀ ਉੱਥੇ ਜਿੱਤੀ ਆਵਾਂਗੇ। ਸਹੀ ਗੱਲ ਹੈ, ਜੇ ਆਪਣੇ 'ਚ ਜਿੱਦੀ ਹੁਣ 5000 'ਚ 10 ਛੱਡਦੀ ਆ, ਆਪਾਂ ਤਾਂ 50000 'ਚ ਵੱਢੇ ਗਏ। ਜੇ 50000 'ਚ ਵੱਢੀ ਹੁਣ ਉਹ ਜੀ ਖੇਡ ਕਰਦੀ ਆ, ਸਹੀ ਗੱਲ ਹੈ, ਜ਼ਰੂਰੀ ਉਹ ਖੇਡ ਕਰਨੀ ਆ। ਉਹ ਖੇਡ ਤੋਂ ਬਾਅਦ ਜੋ ਆਪਾਂ ਹਿਸਾਬ ਦੇ ਆਪਣੇ ਉਹੋ ਜਿਹੇ ਜਿਹੋ ਜਿਹੀ ਜੈਸਾ ਹਰੇਕ ਬੰਦੇ ਨੂੰ ਉਹੋ ਜਿਹੀ ਛੱਡਣੀ ਚਾਹੀਦੀ, ਅੱਡੀਆਂ ਜਾ ਕੇ ਵਾਹ ਨਹੀਂ ਲੈਣਾ ਚਾਹੀਦਾ, ਕਿਸੇ ਦੇ ਮਗਰ ਲੱਗ ਕੇ ਬਾਜੀ ਨਾ ਛੱਡੋ। ਜਿਹੜਾ ਕੋਈ ਨੋਰਮਲ ਆ, ਹਾਂ ਜੇ ਮਤਲਬ ਜਿਵੇਂ ਵੱਡੇ ਅੱਡ ਛੱਡੀ ਜਾਂਦੇ ਆ, ਕੋਈ ਨੋਰਮਲ ਵਾਲੇ ਅੱਡ ਆਪਦੀ ਅੱਡ ਬਣਾ ਲੈਣ, ਚੱਲਦੀਆਂ ਨੇ ਜਿਵੇਂ ਕਲੱਬਾਂ, ਉਹ ਕੋਈ ਨੋਰਮਲ ਵਾਲੇ ਆਪਦੀ ਅੱਡ ਬਣਾ ਲੈਣ। ਹੁਣ ਆਪਾਂ ਤਾਂ ਇਹ ਵੀ ਮੈਂ ਇਹਨਾਂ ਨਾਲ ਕੋਈ ਕਿਸੇ ਨਾਲ ਐਡ ਨਹੀਂ, ਕੋਈ ਵੀ ਨਾ ਆਪਣੀ ਕਿਸੇ ਨਾਲ ਮਤਲਬ ਵੱਧ ਘੱਟ ਆ, ਜੇ ਕੋਈ ਆ ਕੇ ਜੇ ਖੜਦਾ ਵੀ ਆਪਣਾ ਸਾਂਝੀ ਨੂੰ ਕਹਿੰਦਾ ਕਰ ਲਈ, ਨਹੀਂ ਕਿਸੇ ਨੂੰ ਕਹਿੰਦੀ ਤਾਂ ਵੀ ਚੰਗਾ। ਯਾਨੀ ਕੋਈ ਲੜਾਈ ਪੜਾਈ ਵਾਲਾ ਕੰਮ ਨਹੀਂ ਆਪਾਂ ਕਰਦੇ ਵੀ ਨਾ ਕਰਨਾ ਵਾ, ਲੋੜ ਕੀ ਆ? ਜਵਾਕ ਵੀ ਪਿੰਡ ਦੇ ਬੱਚੇ ਫੜ ਲੈਂਦੇ, ਜੇ ਤਾਂ ਕੋਈ ਦੇ ਜਾਂਦਾ ਠੀਕ ਆ, ਨਹੀਂ ਦੇ ਕੇ ਜਾਂਦਾ ਲੱਗਿਆ ਤਾਂ ਵੀ ਕੀ ਆ? ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਹਾਂਜੀ, ਜਾਣੀ ਆਪਾਂ ਤਾਂ ਲੜ ਗਈ ਬਣੀ ਸੀ, ਉਹ ਖੇਡ ਹੀ ਬਦਨਾਮ ਹੁੰਦੀ ਆ, ਫਿਰ ਰੌਲੇ ਪਾਉਣਾ ਹੁੰਦਾ। ਤੁਸੀਂ ਜਾਣੀ ਕਿ ਸਾਫ਼ ਸੁਥਰੀ ਖੇਡ ਕਰ, ਨਵੇਂ ਮੁੰਡੇ ਆ ਜਿੰਨੇ, ਜੇ ਕੋਈ ਪੁਰਾਣਾ ਬੰਦਾ ਹੁਣ ਸਤਿਕਾਰ ਕਰਦਾ, ਹੁਣ ਤਾਂ ਕੋਈ ਕਰਦਾ ਹੀ। ਇੱਥੇ ਚੰਗਾ ਰੈਵਰੀ ਆ, ਮੈਂ ਤੈਨੂੰ ਬਾਈ ਤੋਂ ਪਤਾ ਲੱਗਿਆ, ਦੇਰ ਤੋਂ ਕਹਿੰਦਾ ਬਾਹਰ ਜਾ ਕੇ ਚਲਿਆ ਗਿਆ ਸੀ, ਮੇਰਾ ਖਿਆਲ ਨਹੀਂ ਸੀ 8-10 ਸਾਲ ਬਾਅਦ ਇੱਥੇ ਗੁਜਰਾਲ ਬਾਜੀ 'ਤੇ ਮਿਲੇ। ਮੈਨੂੰ ਤਾਂ ਪਤਾ ਨਹੀਂ ਚੱਲੇਗਾ, ਮੇਰੇ ਕਬੂਤਰ ਛੱਡੇ ਸੀ, ਮੇਰਾ ਬਾਜੀ ਦੇਖਣ ਚਲਿਆ ਗਿਆ, ਕਬੂਤਰ ਮੈਂ ਉਸ ਸਾਲ ਇੱਥੇ ਲੈ ਆਉਂਦੇ, ਠੀਕ ਹੈ, ਅਤੇ ਪਹਿਲਾਂ ਛੱਡੀ ਰੱਖੇ ਆ ਉਹ। ਮੈਂ ਉੱਥੇ ਬਾਜੀ ਦੇਖ ਕੇ ਮੈਂ ਉੱਤਰ ਕੇ ਐਂ ਮੋਟਰਸਾਈਕਲ ਚੱਕਦਾ, ਮੈਂ ਧਿਆਨ ਨਹੀਂ ਦਿੱਤਾ, ਉਹ ਖੜਾ ਹੀ ਦੁਨੀਆ ਤਾਰੀ ਉਹਨਾਂ ਕੋਲ ਚੱਕਾ, ਜਾਂ ਮੈਂ ਮੋਟਰਸਾਈਕਲ ਤੁਰਨ ਲੱਗਿਆ ਉਹਨੇ ਮੈਨੂੰ ਦੇਖ ਲਿਆ, ਜਾਣੀ ਕਿ ਉਹ ਭੱਜ ਗਿਆ ਕਿ ਚਿੰਬੜ ਗਿਆ, ਏਦਾਂ ਉਹਨੇ ਧਿਓ ਕਰਿਆ, ਜਾਣੀ ਕਿ ਬਹੁਤ ਜਾਣੀ ਧਿਓ ਕਰਿਆ, ਕਹਿੰਦਾ ਪਤੰਦਰਾ ਮਿਲਿਆ ਨਹੀਂ ਕਦੇ ਕਿੱਥੇ ਰਹਿਣਾ, ਠੀਕ ਹੈ, ਮੈਨੂੰ ਵੀ ਨਹੀਂ ਸੀ ਪਤਾ ਵੀ ਉਹ ਮਤਲਬ ਬਾਹਰ ਚਲਾ ਗਿਆ, ਜਾਣੀ ਕਿ ਗੱਲ ਧਿਓ ਦੀ ਆ, ਜੇ ਉਹ ਬੰਦੇ ਨਾਲ ਅਸੀਂ ਇਕੱਠੇ ਰਹੇ ਹਾਂ, ਉਹਨੇ ਮੈਨੂੰ ਭੱਜ ਕੇ ਆ ਕੇ ਮਿਲਿਆ, ਮੇਰੇ ਮਨ 'ਚ ਵੀ ਇਹ ਆ ਵੀ ਹਾਂ ਵੀ ਬੰਦੇ ਦਾ ਪਿਆਰ ਇੰਨਾ ਹੀ ਹੋਣਾ ਚਾਹੀਦਾ, ਹਰੇਕ ਕਬੂਤਰ ਵਾਜਦਾ ਵੀ ਪਿਆਰ ਇੰਨਾ ਹੀ ਹੋਣਾ ਚਾਹੀਦਾ, ਜਿਹੜਾ ਬੰਦਾ ਵੀ ਮਤਲਬ ਭੱਜ ਕੇ ਮਿਲਿਆ ਕਰੂ, ਠੀਕ ਹੈ, ਇਹ ਨਹੀਂ ਵੀ ਕਬੂਤਰਾਂ ਪਿੱਛੇ ਲੜਾਈ ਪੜਾਈ ਚਾਹੀਦੀ ਆ। ਇੱਕ ਹੋਰ ਆ, ਬਠਿੰਡੇ ਕੰਨੀਆਂ ਫਰੀਦਕੋਟ ਕੰਨੀਆਂ ਕਦੇ ਨਹੀਂ ਲੜਦੇ, ਹਾਂਜੀ, ਬਾਹਰ ਤੱਕ ਵੀ ਇੱਕ ਦੂਜੇ ਨੂੰ ਕੱਢ ਦਿੰਦੇ ਆ, ਮੈਂ ਬਾਜੀਆਂ 'ਤੇ ਜਾ ਕੇ ਦੇਖਿਆ, ਰੁਪਈਏ ਵੀ ਲਾਉਂਦੇ ਆ, ਕਹਿਣਗੇ ਲਾ ਜਿੰਨੇ ਲਾਉਣੇ ਆ, ਲੜਦੇ ਨਹੀਂ ਦੇਖਿਆ, ਇੱਥੇ ਜੇ ਕਿਸੇ ਨੂੰ ਕਹਿੰਦੇ ਜਦ ਤੂੰ ਮੇਰੇ ਨਾਲ ਲਾਉਣੇ ਹੋਏ ਡਲ ਪੈ ਜੂ, ਤੇਰੇ ਲੜਨ ਦਾ ਕੁੱਟਣ ਦਾ ਹੀ ਆਊ, ਜਾਣੀ ਕਿ ਆਪਣੇ ਇਲਾਕੇ ਦਾ ਤਾਂ ਬਾਹਲਾ ਫਰਕ ਆ, ਉਹ ਲੜਦੇ ਨਹੀਂ, ਮੈਂ ਜਾਣੀ ਉਹ ਖੇਡ ਕਰਦੇ ਆ, ਮੈਂ ਇਕੱਠੇ ਇੱਕ ਥਾਂ ਬੈਠੇ ਜਾਂ ਖੇਡ ਕਰੀ ਬਟਾਰੀ ਵਾਲੇ ਫੌਜੀ ਦੇ, ਬੜੀ ਵਧੀਆ ਖੇਡ ਕਰੀ, ਇਹਨਾਂ ਦੀਆਂ ਬਾਜੀਆਂ ਵਧੀਆ, ਮੈਂ ਦੇਖਦਾ ਰਿਹਾ, ਇੱਕ ਮੰਜੇ ਤੇ ਬਹਿ ਜਾਂਦੇ ਜੀ, ਕਿਹੜਾ ਬਹਿ ਗਿਆ ਕਿਹਦਾ ਵਾ, ਕਾਪੀ ਵਾਲੇ ਨੇ ਆਪਦੇ ਹਿਸਾਬ ਨਾਲ ਟਾਈਮ ਲਾਉਣਾ, ਇਹਨਾਂ ਨੇ ਆਪਦਾ ਅੱਡ ਲਾ ਲੈਣਾ, ਦੋਨਾਂ ਬੰਦਿਆਂ ਨੇ ਜੇ ਦੂਜੇ ਦਾ ਨਹੀਂ ਦੇਖਿਆ ਕਹਿੰਦਾ ਦਿਖਾ ਵੀ ਲੈਣਾ।
ਜਾਨੀ ਉਹਨਾਂ ਨੇ ਵਧੀਆ ਖੇਲ ਕਰੀਆ ਫਿਰ ਇਹਨਾਂ ਫੌਜੀ ਦੀਆਂ ਵਟਾਰੀ ਵਾਲੇ ਦੀਆਂ ਡੈਗਰਾਂ ਨਾਲ ਗੋਲੀਆਂ ਨੇ ਮੈਚ ਦੇ ਉਹਨਾਂ ਨਾਲ ਖਾਸੀਆਂ ਬਾਜ਼ੀਆਂ ਵਾਜੀਆਂ ਰਹੀਆਂ ਠੀਕ ਉਹ ਸਾਲ ਇੱਕ ਸਾਲ ਤਾਂ ਫੌਜੀ ਦੇ ਕਬੂਤਰ ਕੁਦਰਤ ਕਰਨੀ ਸਮਾਂ ਹੁੰਦਾ ਕਈ ਵਾਰੀ ਇਹੋ ਜਿਹਾ ਫੌਜੀ ਆ ਜਾਂ ਕਬੂਤਰ ਸਦੌਰ ਕਬੂਤਰ ਛੱਡਿਆ ਤੇ ਫੰਗੀ ਨਹੀਂ ਹੁੰਦਾ ਦਿੰਦੇ ਕਬੂਤਰਾਂ ਨੇ ਓਲੇ ਜੀ ਫੰਗੀ ਨਾਲ ਹੁੰਦਾ ਪਤਾ ਨਹੀਂ ਕੀ ਕਹਾਣੀ ਬਣ ਗਈ ਤਾਂ ਅਸਲ ਸਿਆਣਾ ਖਿਡਾਰੀ ਵਧੀਆ ਖਿਡਾਰੀ ਆ ਕਿਉਂ ਨਹੀਂ ਹੋ ਜਾਂਦਾ ਇਹਦੇ 'ਚ ਕੋਈ ਮੀਰੀ ਪੁੱਤੀ ਦੀ ਮੈਂ ਤਾਂ ਮੰਨਦਾ ਨਹੀਂ ਇਹਦੇ 'ਚ ਕੋਈ ਮੀਰੀ ਪੁੱਤੀ ਆ ਜੇ ਕੋਈ ਕਹੇ ਮੈਂ ਐਂ ਕਰ ਦੂੰ ਉਹ ਕਰ ਦੂੰ ਪਰ ਇਹ ਕੰਮ ਮੁਸ਼ਕਲ ਆ ਅਤੇ ਸਾਡੇ ਮੀਰ ਦਾ ਵੀ ਇਹੀ ਸੀ ਬਾਈ ਦਾ ਉਹਨੇ ਕਹਿੰਦਾ ਮੈਂ ਰੱਬ ਤਾਂ ਹੈ ਨਹੀਂ ਯਾਨੀ ਪਹਿਲਾਂ ਉਹਨੇ ਇਹ ਗੱਲ ਕਹੀ ਵੀ ਰੱਬ ਤਾਂ ਹੈ ਨਹੀਂ ਵੀ ਜਿੱਥੇ ਆ ਸਾਡਾ ਤੈਨੂੰ ਗੱਲਾਂ ਕਰਾਂ ਵੀ ਹਾਂ ਵੀ ਉੱਡਿਆ ਨਹੀਂ ਦੇਣਾ ਯਾਨੀ ਉੱਪਣੀ ਅੰਦਰ ਆ ਤੁਹਾਨੂੰ ਪਹਿਲਾਂ ਵੀ ਦੱਸ ਕੇ ਤੇਰਾ ਪੀੜੇ ਨੂੰ ਚਾਰ ਦਿਨ ਪਹਿਲਾਂ ਹੁਣ ਤਾਂ ਹਾਂ ਮੈਂ ਕਿਹਾ ਮਹਾ ਤੂੰ ਤੈਨੂੰ ਬਦਾਮ ਦੇ ਕੇ ਖੁੱਡੇ ਛੱਡ ਦੇ ਆਪਣੇ ਫੜਾ ਜੀ ਇਹਦਾ ਮਨ ਆ ਖੜਿਆ ਜਾਂ ਆਪਣੇ ਫੋਨ ਕਰਿਆ ਕਹਿੰਦਾ ਮੈਂ ਤਾਂ ਫੜਾਇਆ ਆ ਗੱਲ ਤਾਂ ਮਨ ਖੜਨੀ ਆ ਯਾਨੀ ਅਸੀਂ ਇਹ ਪ੍ਰਵਾਹ ਨਹੀਂ ਕਰੀ ਜੇ ਸਾਡਾ ਕਬੂਤਰ ਜਿੱਤਦਾ ਅਸੀਂ ਤਾਂ ਉਹ ਵੀ ਮੋੜ ਦੇਣਾ ਅਗਰ ਸਾਡਾ ਕਬੂਤਰ ਜ਼ੋਰ ਲਾ ਕੇ ਹਾਰ ਗਿਆ ਕਦੇ ਨਹੀਂ ਅਸੀਂ ਸੋਚਿਆ ਵੀ ਉਹ ਦਰਾਸ ਤੇ ਬਹਿ ਕੇ ਰਿਹਾ ਕਦੇ ਕਹਿੰਦੀ ਨਹੀਂ ਤੇ ਜਿੱਥੇ ਮਰਜ਼ੀ ਬਹਿ ਕੇ ਹਾਰ ਗਏ ਅਗਰ ਉਹ ਆਪਦਾ ਜ਼ੋਰ ਲਾ ਕੇ ਬੈਠਿਆ ਸਾਡੇ ਸਾਨੂੰ ਲੱਗਿਆ ਵੀ ਇਹ ਕਹਾਂ ਜਿੱਤ ਕੇ ਤੂੰ ਅਸੀਂ ਤਾਂ ਛੱਡ ਦੇ ਯਾਨੀ ਬਾਹਲੇ ਬੰਦੇ ਆ ਜੇ ਕਿਤੇ ਟੱਚ ਮਾਰ ਗਿਆ ਛੱਡ ਦੇ ਨਹੀਂ ਜਸਵੀਰ ਬਾਦਲ ਨਹੀਂ ਛੱਡਦਾ ਉਹ ਨਹੀਂ ਛੱਡਦਾ ਤਾਂ ਜਿਹੜਾ ਟੱਚ ਕਿਤੇ ਮਾਰ ਗਿਆ ਜੇ ਪੈਂਟਿੰਗ ਮਾਰ ਗਿਆ ਸਾਡਾ ਨੀਂਦਾ ਵੀ ਬਾਈ ਛੱਡਦਾ ਨਹੀਂ ਇਹ ਬਾਈ ਦਾ ਤਾਂ ਇਹ ਸੀ ਜੇ ਪੰਜ ਬਾਜ਼ੀਆਂ ਵੀ ਜਿੱਤ ਗਿਆ ਅੱਜ ਕਬੂਤਰ ਗੇੜਿਆਂ 'ਤੇ ਛੱਡਿਆ ਸਿੱਧਾ ਖੁੱਡੇ 'ਚ ਨਹੀਂ ਵੜਿਆ ਖੁੱਡੇ 'ਤੇ ਬਹਿ ਗਿਆ ਛੱਤਰੀ ਮਾਰ ਦਿੱਤੀ ਬੈਠਿਆ ਕਹਿੰਦੇ ਗਾਲ ਕੱਢਦਾ ਸੀ ਨਾਲੇ ਛੱਤਰੀ ਮਾਰਦਾ ਜਦੀ ਛੱਤਰ ਉਹਦੀ ਇਹ ਸੋਚ ਸੀ ਪਰ ਮੈਂ ਛੱਡ ਦਿੰਦਾ ਦੱਸਣ ਦੀ ਗੱਲ ਹੈ ਦਸ ਵਜੇ ਤੱਕ ਹੀ ਉੱਡਦੀ ਸੀ ਉਹ ਜਸਵੀਰ ਤੋਂ ਪੁੱਤਰ ਲਿਆਂਦਾ ਸੀ ਇਹ ਜ਼ਰੂਰੀ ਪੰਜ ਬਾਜੇ ਆ ਜਾਂ ਜਾਂ ਜੀ ਕੇ ਕਰ ਰਿਹਾ ਸੀ ਉੱਥੇ ਉਹਦੇ ਰਿਸ਼ਤੇਦਾਰ ਰਹਿੰਦੇ ਸੀ ਨਾਲ ਜ਼ਰੂਰੀ ਕਹਿੰਦਾ ਬੜੀ ਲੰਬੀ ਮਾਰ ਮਾਰੀ ਅੱਗੇ ਨਹੀਂ ਬਹੁਤ ਲੰਬੀ ਮਾਰ ਮਾਰੀ ਮਾਂ ਮੈਂ ਉਹੀ ਬੰਦਾ ਜੇ ਕਦੇ ਸਾਡੇ ਬਾਜੀ 'ਤੇ ਗਈ ਆਪਣੇ ਦਾਦਾ ਬਾਰੀ ਘਰੇ ਕਿਤੇ ਸੋ ਗਿਆ ਕਹਿੰਦਾ ਮਾਂ ਹਾਂ ਹੁਣ ਦਿਮਾਗ 'ਚ ਆ ਗਈ ਇੱਥੇ ਸਾਡੀ ਬਾਜੀ 'ਤੇ ਵੀ ਆ ਕੇ ਗਿਆ ਜੀ ਬੰਦਾ ਤਿੱਖਾ ਬਹੁਤ ਸੀ ਯਾਨੀ ਜਿਹੜਾ ਟਵਾਣੇ ਨੇ ਮੈਨੂੰ ਪਹਿਲਾਂ ਫੜ ਕੇ ਟਵਾਣਾ ਰਹਿੰਦਾ ਸੀ ਉੱਥੇ ਕੋਲ ਟਵਾਣੇ ਨੇ ਮੈਨੂੰ ਲਾਲ ਚੀਨਾ ਖੱਟੀਆਂ ਦਾ ਫੜ ਕੇ ਦਿੱਤਾ ਜੀ ਇਹਨੇ ਹੱਥ 'ਚੋਂ ਫੜ ਲਿਆ ਦਸ ਵਜੇ ਹੀ ਪਿੰਡ ਬਹਿ ਜਾਂਦੀ ਸੀ ਯਾਨੀ ਮੈਂ ਐ ਨੀ ਦੇਖਿਆ ਵੀ ਲੋਕ ਤਾਂ ਬਾਹਲਾ ਉੱਡਦਾ ਛੱਡਦੇ ਆ ਮੈਂ ਇਹ ਗੱਲ ਨੀ ਦੇਖੀ ਕਦੇ ਵੀ ਉੱਡਦਾ ਹੀ ਛੱਡਿਆ ਮੈਂ ਫਟਕ ਦੇ ਜੇ ਫਟਾ ਕਬੂਤਰ ਤਾਂ ਉਹਦਾ ਅੰਦਰ ਦਾ ਤੰਦਰੁਸਤ ਕਰਤਾ ਫਿਰ ਉਹ ਨਾ ਕਿਸੇ ਨੂੰ ਦੇ ਗਿਆ ਅੰਦਰੋਂ ਫਿੱਟ ਚਾਹੀਦਾ ਜੇ ਤੂੰ ਉਹਨੂੰ ਫਿੱਟ ਕਰਨ ਆ ਗਿਆ ਤੈਨੂੰ ਵੀ ਇਹ ਫਿੱਟ ਹੋ ਗਿਆ ਫਿਰ ਉਹਨੇ ਯਾਰ ਜ਼ੋਰ ਲਾਉਣਾ ਹੀ ਲਾਉਣਾ ਚਾਹੇ ਕਿੰਨਾ ਘੱਟ ਉੱਡਦਾ ਯਾਰ ਬੰਦਾ ਘੰਟਾ ਪ੍ਰੈਕਟਿਸ ਕਰਦਾ ਕਿੰਨੀਆਂ ਰੇਟਾਂ ਪਾਈ ਜਾਂਦੇ ਆ ਮੁੰਡੇ ਨੂੰ ਕਿੰਨੀਆਂ ਰੇਟਾਂ ਪਾਈ ਜਾਂਦੇ ਇਹ ਕੁਛ ਨਹੀਂ ਹੁੰਦਾ ਘੰਟਾ ਮੈਂ ਤਾਂ ਕਹਿੰਦਾ ਮੈਂ ਤੈਨੂੰ ਦੱਸੀ ਦੱਸਦਾ ਵੀ ਉਹ ਬੰਦ ਸੀ ਕਬੂਤਰੀ ਮੇਰੀ ਮੈਂ ਦੋ ਘੰਟੇ ਸ਼ਾਮ ਨੂੰ ਰੱਜੀ ਰਜਾਈ ਉੱਠੀ ਆ ਫਿਰ ਜਾ ਕੇ ਹੱਥ ਨੇ ਉਹਨਾਂ ਦੇ ਥੱਲੇ ਪੰਜ ਵਜੇ ਫਿਰ ਉਹਨੂੰ ਕਿੱਧਰ ਗਿਆ ਉਹਦਾ ਥਕੇਵਾ ਜਾਂ ਉਹ ਬੰਦੀ ਕੋਈ ਕੁਛ ਨਹੀਂ ਹੋਇਆ ਕੁਛ ਨਹੀਂ ਇਹ ਤਾਂ ਹੁਣ ਜਿਹੜਾ ਮੇਰਾ ਘਗਰਾਣੇ ਦੀ ਗੱਲ ਕਰਦਾ ਉੱਥੇ ਵੀ ਮੇਰਾ ਕਬੂਤਰ ਇੱਕ ਨਹੀਂ ਹੋਇਆ ਪਿੰਡ ਕਬੂਤਰੀ ਮੈਂ ਛੱਡਣੀ ਸੀ ਇੱਥੇ ਆਪਣੇ ਮੋਰਾ ਵਾਲੀ ਕੱਲੀ ਗੜਤੀ ਗੇੜਿਆਂ ਦੇ ਘੂਟੀ ਨਾ ਮੇਰੇ ਮਨ ਨਾਲ ਖੜਿਆ ਉੱਥੇ ਕੋਈ ਫੰਘ ਨਾ ਮਾਰੇ ਚੱਜ ਦੇ ਜਾਣੀ ਜੇ ਫੰਘ ਚੱਜ ਦੇ ਮਾਰੀ ਮੈਂ ਛੱਡੀ ਉਹ ਮਹਾਂ ਚੱਲ ਦੂਆ ਛੱਡ ਦਿੰਦੇ ਮੈਂ ਕਾਹਦੇ ਕੋਲ ਮੈਂ ਛੱਡਤਾ ਨਾਲੇ ਮੈਂ ਉਹਦੇ ਡੰਡਾ ਮਾਰਤਾ ਮੈਂ ਕਦੇ ਡੰਡਾ ਮਾਰ ਕੇ ਠਾ ਲਿਆ ਕਬੂਤਰ ਉਹ ਵੀ ਠਾਲ ਤੂੰ ਮੈਂ ਦੱਸ ਦਿੰਦਾ ਮਨ ਨਾ ਖੜਿਆ ਜਦ ਮੈਂ ਚੱਲ ਆ ਪੇਟੀ ਵਾਲਾ ਛੱਡ ਬਾਜੀ ਦੂਜੇ ਦਿਨ ਘਗਰਾਣੇ ਨਹੀਂ ਜਾਂ ਮੈਂ ਉਹ ਨਾਲ ਛੱਡਤਾ ਨਾ ਉਹ ਆਵੇ ਨਾ ਉਹ ਆਵੇ ਤੂੰ ਨਹੀਂ ਨਾ ਹੁਣ ਮੈਂ ਉਹ 5:30 ਵਜੇ ਮਹਾਂ ਬਹਾ ਜਾ ਚੱਲ ਬਹਿ ਗਏ ਕਿੱਥੇ ਛੱਡਿਆ ਯਾਨੀ ਕਿ ਉੱਥੇ ਜਿਹੜਾ ਹਰਿਆ ਮਤਲਬ ਉਹ 10 ਕੱਢਿਆ ਕਰਕੇ ਹਰਿਆ ਮੇਰਾ ਘਗਰਾਣੇ ਜੀ ਹਰਿਆ ਵੀ ਅਬਲਾ ਤਾਂ ਸਾਨੂੰ ਲੱਭੇ ਨਹੀਂ ਕਬੂਤਰ ਭੀਂਡਾ ਬਾਅਦ 'ਚ ਅਸੀਂ ਰਾਏ ਕਰਦੇ ਸੀ ਕਹਿੰਦਾ ਕਬੂਤਰ ਹੀ ਨਹੀਂ ਚਾਚਾ ਥੱਲੇ ਆਇਆ ਆਪਣਾ ਤਾਂ ਕਹਿੰਦਾ ਫਿਰਦਾ ਹੀ ਘੱਟਤਾ ਉਹਨਾਂ ਨੇ ਕਬੂਤਰ ਹੀ ਨਹੀਂ ਦਿਖਿਆ ਕਹਿੰਦਾ ਥੱਲੇ ਆਇਆ ਤਾਂ ਦਿਖਿਆ ਹੀ ਨਹੀਂ ਜਿੱਧਰੋਂ ਬਹਿ ਗਿਆ ਕਹਿੰਦੇ ਇੱਧਰ ਕਬੂਤਰ ਹੀ ਨਹੀਂ ਸੀ ਆਉਂਦਾ ਕਹਿੰਦਾ ਉੱਡਦਾ ਤਾਂ ਲੈਨ ਕਰਨੀ ਸੀ ਪਰੇ ਬੋਲਦੇ ਕਹਿੰਦੇ ਆ ਸਾਡੇ ਇੱਧਰ ਸਾਲੇ ਰਾਹ ਕਰਨੀ ਦੇਖੋ ਇਹੀ ਮੈਨੂੰ ਦੱਸਦਾ ਸੀ ਮਹਾਂ ਮੈਂ ਤਾਂ ਉੱਥੇ ਹੈ ਨਹੀਂ ਸੀ ਚਲੋ ਬਹਿ ਗਿਆ ਕੁਛ ਨਹੀਂ ਗਿਆ ਹੁਣ ਹਾਂ ਯਾਨੀ ਚੱਲੀ ਜਾਂਦਾ ਵੀ ਜਾਣੀ ਕਿ ਲੜਾਈ ਜਿਹੜੀ ਗੱਲ ਆਪਾਂ ਲੜਾਈ ਪੜ੍ਹਾਈ ਦੀ ਕਰਦੇ ਉਹ ਮਤਲਬ
ਜਿਹੜੇ ਹੁਣ ਦੇ ਮੁੰਡੇ ਨੇ ਉਹਨਾਂ ਨੂੰ ਮਤਲਬ ਵਧੀਆ ਖੇਡ ਕਰਨੀ ਚਾਹੀਦੀ ਆ। ਕਾਪੀ ਵਾਲੇ ਦਾ ਕਹਿਣਾ ਮੰਨ ਲੈ, ਕਾਪੀ ਵਾਲੇ ਦਾ ਕਹਿਣਾ ਮੰਨ ਲੈ, ਉਹਦਾ ਵੀ ਫਰਕ ਆ ਵਧੀਆ। ਬਾਕੀ ਜਿਹੜੇ ਪਿੰਡ ਦੇ ਕਟਾਉਣ ਵਾਲੇ ਜਿਹੜਾ ਵੱਡੀ ਗੱਲ ਉਹਨਾਂ ਤੋਂ, ਜਿਵੇਂ ਸਾਡੇ ਪਿੰਡ 'ਚ ਅਸੀਂ ਬਾਜੀ ਕਰਾਉਂਦੇ ਰਹੇ ਹਾਂ, ਮਤਲਬ ਕਟਾਉਣ ਵਾਲੇ ਬੰਦੇ ਸਾਡੇ ਇੱਕ ਨੰਬਰ, ਡਰਦਾ ਅਗਲਾ ਕਬੂਤਰ ਚੱਕ ਕੇ ਲਿਆ ਕੇ ਦੇਣਾ, ਨਾਲੇ ਸਹੀ ਕਟਾਉਣ ਆ ਕੇ ਉਸ ਬੰਦੇ ਨੇ ਕਟਾਉਣਾ ਜਿਹੜੀ ਡਿਊਟੀ ਲੱਗੀ ਆ ਸਾਡੇ ਏਰੀਏ 'ਚ, ਡਿਊਟੀ ਲਾਈ ਹੁੰਦੀ ਆ ਵੀ ਆਹ ਪਾਸਾ ਦੇਣਾ, ਆਹ ਪਾਸਾ ਦੇਣਾ, ਆਹ ਪਾਸਾ ਦੇਣਾ, ਉਸੇ ਬੰਦੇ ਨੇ ਆ ਕੇ ਕਟਾਉਣਾ। ਜੇ ਉਹ ਬੰਦੇ ਦਾ ਫੋਨ ਵੀ ਆ ਗਿਆ, ਉਦੋਂ ਫੋਨ ਤਾਂ ਘੱਟ ਹੁੰਦੇ ਸੀ, ਸੁਨੇਹਾ ਆ ਗਿਆ ਫਲਾਨੇ ਟੋਭੇ ਤੋਂ ਜਾਂ ਫਲਾਨੇ ਬਰੋਟੇ ਤੋਂ, ਸਾਨੂੰ ਪਤਾ ਨਹੀਂ ਉੱਥੇ ਫਲਾਨਾ ਬੰਦਾ ਬੈਠਾ ਵੀ ਕਿਹੜੇ ਬੰਦੇ ਨੇ ਕਿਹਾ ਉਹਦਾ ਨਾਮ ਦੱਸ, ਜੇ ਬੰਦੇ ਨੇ ਉਹਦਾ ਨਾਮ ਲਿਆ ਤਾਂ ਸਾਡੇ ਕੋਲ ਅਸੀਂ ਨਾਮ ਵਰਤੇ ਉੱਥੇ ਉਹ ਐਂ ਡਿਊਟੀਆਂ ਚਾਹੀਦੀਆਂ ਨੇ। ਇਹ ਨਵੇਂ ਮੁੰਡਿਆਂ ਨੂੰ ਵੀ ਇਹੀ ਗੱਲ ਕਹੀ ਹੋਈ ਆ, ਜਦੋਂ ਬਾਜੀ ਕਰਾਉਣੀ ਆ ਕੋਈ ਰੌਲਾ ਨਹੀਂ ਪੈਣਾ ਚਾਹੀਦਾ, ਕਿਸੇ ਦਾ ਕਬੂਤਰ ਨਹੀਂ ਲੁਕਾਉਣਾ, ਕਬੂਤਰ ਫੜ ਕੇ ਲਿਆ ਕੇ ਦਿਓ, ਜਾਣੀ ਐਂ ਅਗਲਾ ਕਹੇ ਵੀ ਕਾਲਖਬਾਜੀ ਛੁੱਟੀ ਸੀ, ਇਨਸਾਫ ਹੋਇਆ। ਗੱਲ ਤਾਂ ਇਨਸਾਫ ਤਾਂ ਹੁੰਦਾ ਜੇ ਮਤਲਬ ਪਿੰਡ ਦਾ ਹੈਗਾ, ਹੁਣ ਬਾਹਲੇ ਦਾ ਪਿੰਡ ਬਾਜੀ ਤਾਂ ਛਡਾਉਂਦੇ ਆ ਕਬੂਤਰ ਇਕੱਠੇ ਕਰਨ, ਕਬੂਤਰ ਤਾਂ ਹੁਣ ਜਵਾਕ ਜਿੱਡਾ ਕੋਈ ਮਰਜ਼ੀ ਛੋੜ ਦੋ, ਤੁਹਾਡਾ ਜਵਾਕ ਜੇ ਉਹਦੇ ਕੋਲ ਫਿਰਦੇ ਆ 10 ਉਹ ਦਸੇ ਹੀ ਚੰਗੇ ਨੇ, ਤਾਂ ਹਰੇਕ ਹਰੇਕ ਦਿਨ 100-100 ਕਬੂਤਰ ਛੁੱਟਦਾ, ਕਿੰਨੇ ਕਬੂਤਰ ਨਿਕਲ ਕੇ ਦੂਏ ਪਿੰਡਾਂ 'ਚ ਜਾਂਦੇ, ਉਹ ਜਵਾਕ ਹੀ ਫੜਦੇ ਆ, ਚਾਹੇ ਉਹ ਪਿੱਛੋਂ ਕ੍ਰੋਸ ਹੀ ਆਇਆ, ਯਾਨੀ ਉਹਦੇ ਅਗਲਾ ਵੱਧ ਬਣਾ ਲੈਂਦਾ ਵੀ ਇਹ ਜਾਂਦੇ, ਜਿਵੇਂ ਮੇਰੇ ਕੋਲ 8-10 ਜੋੜੇ ਸੀ ਕਿਸੇ ਦਾ ਵੀ ਨਹੀਂ ਜਾਂਦਾ, ਅਤੇ ਚਾਹੇ ਜਿੰਨੇ ਮਰਜ਼ੀ ਘੱਟ ਕਰਨ ਪਿੰਡਾਂ ਦੇ ਘਰਾਂ ਦੇ ਸੜਕੋਂ ਨਹੀਂ ਜਾਂਦੇ, ਇਹ ਅਟੋਟੀ ਸੋਚ ਆ ਹਰੇਕ ਬੰਦੇ ਦੀ, ਕੋਈ ਬਾਹਲੇ ਬੰਦੇ ਦਾ ਬਾਹਲਾ ਉੱਡਿਆ ਛੱਡਦੇ, ਜਿੰਨਾ ਚਿਰ ਪਿੰਡ ਬਾਹਲਾ ਨਹੀਂ ਉੱਡਦਾ, ਜਿੰਨਾ ਚਿਰ ਉੱਡਾ ਸੀ ਉਹ ਉੱਡਦਾ ਛੱਡਦਾ ਸੀ, ਸਾਡਾ ਨੀਲਾ ਬਾਈ ਉਹ ਵੀ ਉੱਡਦਾ ਹੀ ਛੱਡਦਾ ਸੀ। ਮੈਂ ਨਹੀਂ ਇਹ ਗੱਲ ਸੋਚੀ, ਮੈਂ ਤਾਂ ਮਤਲਬ ਕਬੂਤਰ ਦੀ ਫੜਕ ਦੇ, ਮੈਂ ਯਾਨੀ 11 ਵਜੇ ਕਬੂਤਰ ਨੂੰ ਬਸ ਪਰਖ ਲਾ, ਗਰਮੀ ਆ ਪੂਰੀ ਕਿਹਾ ਵੀ 11 ਵਜੇ ਕਬੂਤਰ ਪਰਖ ਲੈਣਾ ਕਿ ਬਾਜੀ ਜਿੱਤ ਕੇ ਤੂੰ ਜਾਣਾ, ਮੇਰੇ ਜਿਹੜਾ ਮੇਰਾ ਆਪਦੀ ਸੋਚਣੀ ਆ, ਹਰੇਕ ਬੰਦੇ ਦੀ ਆਪਦੀ ਸੋਚਣੀ ਆ, ਯਾਨੀ 11 ਵਜੇ ਵਾਲੇ ਕਬੂਤਰ ਨੂੰ ਮੈਂ ਦੱਸ ਦਿੰਦਾ ਵੀ ਹੁਣ ਇਹ ਆਪਾਂ ਨੂੰ ਉੱਡ ਕੇ ਜਿੱਤ ਕੇ ਦੂ ਜਾਂ ਨਹੀਂ, ਧੂਪ ਨਹੀਂ ਰੁਕੀ, ਜਿਹੜਾ ਕਬੂਤਰ 11 ਵਜੇ ਮੇਰਾ ਸੌਖਾ ਹੋ ਜਾਂਦਾ, ਮਤਲਬ ਪਾਣੀ ਲੈ ਕੇ ਪਾਣੀ ਹੋ ਜਾਂਦਾ 11 ਵਜੇ ਨੂੰ ਸੌਖਾ ਲੈ ਕੇ ਜਿਹੜਾ ਦੇ ਕੇ ਛੱਡੇ, ਜੇ ਮਤਲਬ ਸੌਕੇ ਫੰਗ ਮਾਰਦਾ ਉਹਦੇ ਲੱਛਣ ਠੀਕ ਨੇ, ਛਤਰੀ 'ਤੇ ਵਧੀਆ ਆ ਕੇ ਮੈਂ ਤਾਂ ਬਸ ਉਹ ਛੱਡ ਦੇਣਾ, ਇਹੀ ਰੂਲ ਤੌਰਦਾ ਹੀ ਉੱਡਦਾ ਵੱਧ ਛੱਡਦਾ ਸੀ, ਉਹ ਕਹਿੰਦਾ ਕੀਰਾ ਬਿਨਾਂ ਬਦਾਮਾਂ ਵਾਲੀ ਛੱਡਤੀ, ਮੈਂ ਉੱਤੋਂ ਹੀ ਨਹੀਂ ਆਈ, ਵਧੀਆ ਬਾਜੀ ਜਿੱਤ ਕੇ ਦਿੱਤੀ, ਕਹਿੰਦਾ ਬਦਾਮਾਂ ਵਾਲੇ ਮੇਰੇ ਸਾਲੇ ਆ ਕੇ ਆਏ ਪੰਗ ਸਿੱਟ ਕੇ ਬਹਿ ਗਏ, ਬਿਨਾਂ ਬਦਾਮਾਂ ਵਾਲੀ ਕਹਿੰਦਾ ਗੇੜਿਆਂ 'ਤੇ ਨਾਲ ਸੱਡੀ ਸੀ ਆ ਕੇ ਬੈਠੀ, ਜਿੰਦਰ ਬਾਈ ਕਹਿੰਦਾ ਮੇਰੇ ਕੋਲ ਕੋਰੀ ਵਾਲਾ ਬੈਠਾ, ਕਹਿੰਦਾ ਮਾਹ ਵੀ ਕਿਹੜਾ ਸੱਡੀ, ਉਹ ਕਹਿੰਦਾ ਚਾਰੇ ਖੂੰਜਿਆਂ 'ਤੇ ਸਤਰੀ 'ਤੇ ਘੁੰਮਦੀ ਫਿਰੇ, ਕਹਿੰਦਾ ਬਦਾਮਾਂ ਵਾਲੇ ਆਏ ਬੈਠੇ, ਜਿੰਦਰ ਬਾਈ ਕਹਿੰਦਾ ਆਹੀ ਸੱਟ, ਕਹਿੰਦਾ ਬਸ ਛੱਡਤੀ ਵੀ ਜਾ ਕੇ, ਕਹਿੰਦਾ ਉੱਤੋਂ ਹੀ ਨਹੀਂ ਆਈ ਬਾਜੀ ਜਿੱਤ ਕੇ, ਜਾਣੀ ਲੜਾਈ ਪੜ੍ਹਾਈ ਦੀ ਗੱਲ ਆ ਵੱਡੀ ਤਾਂ ਆਪਣੀ, ਵੀ ਮਤਲਬ ਲੋਕਾਂ ਨੂੰ ਵਧੀਆ ਇਨਸਾਫ ਕਰਨਾ ਚਾਹੀਦਾ, ਕਾਪੀ ਵਾਲਿਆਂ ਸਿਰ 'ਤੇ ਵੀ ਆ, ਜਿੱਥੇ ਕਾਪੀ ਵਾਲਾ ਨਹੀਂ ਵੀ ਹੈਗਾ, ਜਿਹੜੇ ਪਿੰਡ ਆਪਦੇ ਤੌਰ 'ਤੇ ਕ੍ਰੋਸ ਕਰਾਉਂਦੇ ਆ, ਜਿਵੇਂ ਸਾਡੇ ਕਰਾਉਂਦੇ ਹਾਂ, ਸਾਡੇ ਪਿੰਡ ਦੇ ਜਿਵੇਂ ਕਰਾਉਂਦੇ ਆ ਮੁੰਡੇ, ਇਹਨਾਂ ਨੂੰ ਦੇਖ ਕੇ ਉਹ ਮੁੰਡੇ ਉੱਕਣ ਬਾਜ਼ੀਆਂ ਕਰਾਉਣ, ਚਾਹੇ ਆਪਦੇ ਪਿੰਡ ਤੌਰ 'ਤੇ ਕਰਾਉਣ, ਮਤਲਬ ਵਧੀਆ ਬਾਜ਼ੀਆਂ ਕਰਾਉਣ, ਰੌਲਾ ਨਾ ਹੋਵੇ, ਕਬੂਤਰ ਨਾ ਦੱਬ ਹੋਵੇ ਪਿੰਡ 'ਚ, ਕਬੂਤਰ ਤਾਂ ਸਭ ਕੋਲ ਹੀ ਚੰਗੇ ਆ, ਪਰ ਫਿਰ ਵੀ ਉਹ ਬੰਦੇ ਨੂੰ ਦੁੱਖ ਲੱਗਦਾ ਜਿਹਦਾ ਗੁੰਮ ਜਾਂਦਾ, ਸਹੀ ਗੱਲ ਹੈ, ਦਾਣੇ ਪਾਸ ਵਾਲੇ ਦੇ ਬਾਈ ਦੇ ਤਾਂ ਏਡੇ ਭੂਤ ਕਬੂਤਰ ਨੇ, ਪਤਾ ਹੀ ਨੀ ਉਹਨਾਂ ਨੂੰ ਕਿੰਨਾ ਹੀ ਦੇ ਹਾਜ਼ਰ, ਤਾਂ ਏਡੇ ਕਮਲੇ ਕਬੂਤਰ ਜਿਵੇਂ ਛੱਡਦੇ ਪਾਰ ਹੀ, ਪਤਾ ਨੀ ਜਿਹੜੇ ਲੋਕਾਂ ਕੋਲੇ ਹੈਗੇ ਉਹ ਡੈਪੀ ਕੋਲੇ ਵੀ ਹੈਗੇ, ਇਹਦੇ ਕੋਲੇ ਕਈ ਗਰੀ ਕਬੂਤਰ ਹੋਰ ਸੋਰੂ ਕੇ ਹਰਦੇ ਆ, ਮੈਂ ਤਾਂ ਉਹਨੂੰ ਕਹਿ ਦੱਸਾਂ ਵੀ ਇਹਨਾਂ ਦਾ ਕੀ ਮਤਲਬ ਹਰਨ ਦਾ, ਮਤਲਬ ਹੀ ਨਹੀਂ ਜੰਟੇ ਵਾਲਾ ਕਬੂਤਰ ਦਾ ਹਰਨ ਦਾ, ਜਿੱਥੇ ਛੱਡਤੇ ਮਤਲਬ ਪਰਵਾਹ ਹੀ ਨਹੀਂ, ਮੈਂ ਜਿੰਨੇ ਛੱਡੇ ਆ ਜੰਟੇ ਵਾਲਾ ਨਹੀਂ ਹਰਦਾ, ਜਿਹੜੇ ਜੰਟੇ ਵਾਲੇ ਖੂਨ 'ਚੋਂ ਮੈਂ ਛੱਡਿਆ ਮੇਰਾ ਇੱਕ ਵੀ ਨਹੀਂ ਹਰਿਆ, ਮੈਂ ਕਹਿ ਦਿਆਂ ਵੀ ਅੱਜ ਮੇਰਾ ਹਰਿਆ ਜੰਟੇ ਵਾਲੇ ਖੂਨ 'ਚੋਂ, ਇੱਕ ਵੀ ਰੂਹ ਤੋਂ ਖੂਨ 'ਚੋਂ ਮੇਰੇ ਕੋਲੇ ਨਹੀਂ ਹਰਿਆ ਬਾਜੀ ਕੋਈ, ਮੈਂ 12-12 ਵਜੇ ਤੱਕ 11 ਵਜੇ ਤੱਕ ਛੱਡਤੇ ਬਾਜੀਆਂ 'ਤੇ, ਸੰਘੋਵਾਲ ਮੇਰਾ ਇਕੱਲਾ ਲਾ ਤੜਕੇ ਜਿੱਤਿਆ ਸਾਰਿਆਂ ਨੂੰ, 2 ਵਜੇ ਬਾਜੀ ਮੁੱਕ ਗਈ ਸੀ, ਜਿਵੇਂ ਜੰਟੇ ਵਾਲੇ ਦਾ ਮੈਂ ਉੱਥੇ ਇੱਥੇ ਦੱਸਿਆ ਵੀ ਮਹਿਮਾ ਸਿੰਘ ਬਾਈ ਨੂੰ ਜੰਟੇ ਨੂੰ ਵੀ ਤੇਰੇ ਵਾਲੇ ਦਾ ਹੀ ਚੁੱਕਿਆ ਤੋਂ ਆਇਆ ਸੀ ਨਾਮਦੇਵ ਕੋਲੋਂ, ਕਹਿੰਦਾ ਹਾਂ ਜੋੜੀ ਲਿਆ ਜੀ, ਵੀ ਜਾਣੀ ਕਿ 12 ਵਜੇ ਤੱਕ ਮੇਰੇ ਕੋਲ ਘਰੇ ਹੋਊਗਾ ਜੀ, 2 ਵਜੇ ਬਾਜੀ ਮੁੱਕ ਗਈ, 4 ਵਜੇ ਬਾਜਿਆ, ਯਾਨੀ ਖੂਨ ਦਾ ਉਹਦਾ ਫਰਕ ਆ ਸਾਰਿਆਂ ਨੂੰ, ਮੈਂ ਤਗੜਾ ਖੂਨ ਜੰਟੇ ਵਾਲੇ ਨੂੰ ਮੰਨਦਾ ਵੀ ਜਾਣੀ ਬੜਾ
ਜਿੱਥੇ ਮਰਜ਼ੀ ਬੈਠੀ ਜਾ ਪਏ ਬੈਠੀ ਜਾ ਜਿੱਥੇ ਬਾਜੀ ਛੱਡ ਤੇ ਉਹ ਦੇਖਦਾ ਠੀਕ ਹੈ ਪਹਿਲਾਂ ਜਿੱਥੇ ਮਰਜ਼ੀ ਡੈਕ ਕੇ ਆਈ ਯਾਨੀ ਧੰਨੇ ਵਾਲਿਆਂ ਨੂੰ ਮੈਂ ਤਾਂ ਉਹਨਾਂ ਨੂੰ ਉੱਤੇ ਜਿਹੜੀ ਮੇਰੀ ਨਿਗਾਹ 'ਚ ਅਸੀਂ ਜਿੱਥੇ ਤੱਕ ਟਾਏ ਨਹੀਂ ਕੋਈ ਜਾਣੀ ਉਹ ਤੂੰ ਹੁਣ ਸਾਰਾ ਥੱਲੇ ਆ ਇਹ ਕੰਡ ਆਪਾਂ ਪਿਛਦੇ ਕਰ ਲੈਂਦੇ ਨਹੀਂ ਕਿ ਵੀ ਗਈ ਮੇਰਾ ਛੋਟਾ ਪਤਾ ਨਹੀਂ ਕੀ ਕਰਦਾ ਯਾਨੀ ਕਿ ਇਹਨਾਂ ਨੂੰ ਤਾਂ ਹਰਾਉਣ ਵਾਲਾ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਨੂੰ ਹਰਾਉਣਗੇ ਨਹੀਂ ਹਰਾਉਂਦੇ ਤਿੜਕ ਜ਼ਰੂਰ ਹੈਗੀ ਇਹਨਾਂ 'ਚ ਤਿੜਕ ਰੋਕਣੀ ਪੈਂਦੀ ਯਾਨੀ ਜਿੱਤ ਕੇ ਉਹੀ ਦੋ ਚੀਜ਼ ਤਿੜਕ ਪ੍ਰੇਰਨਾ ਚੰਗੇ ਖਿਡਾਰੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਵੀ ਲੜਾਈ ਪੜ੍ਹਾਈ ਨਹੀਂ ਚਾਹੀਦੀ ਬਾਕੀ ਹੁਣ ਜਿਹੜੇ ਮੇਰੇ ਵਰਗੇ ਨੂੰ ਭਾਈ ਪਤਾ ਨਹੀਂ ਮੈਂ ਤਾਂ ਇਹੀ ਅਪੀਲ ਕਰਦਾ ਵੀ ਮੇਰੇ ਵਰਗੇ ਦਾ ਵੀ ਕਿਤੇ ਛਡਾ ਲਿਆ ਕਰੋ ਬਈ ਨਾ ਤਾਂ ਆਪਣੇ ਕੋਲ ਸਿਸਟਮ ਆ ਜਿਹਦੇ ਨਾਲ ਆਪਾਂ ਨੂੰ ਪਤਾ ਲੱਗੇ ਇਕੱਲੇ ਘਰੇ ਹੈਗੇ ਆ ਕੁਛ ਜਵਾਕ ਨੂੰ ਦੇ ਕੇ ਘੱਲ ਦੇਈਦਾ ਜੁੜਦਾ ਹੁੰਦਾ ਤਾਂ ਹਿੱਸਾ ਮਿਲ ਜੂਗਾ ਜੇ ਨਹੀਂ ਬਹਿ ਗਿਆ ਤਾਂ ਭਾਈ ਪੁੱਤਰ ਫੜ ਹੀ ਲਿਓ ਵਧੀਆ ਸਾਫ਼ ਭਾਜੀ ਖਿਡਾਰੀ ਦੀ ਇੰਟਰਵਿਊ ਜ਼ਰੂਰ ਕਰਾਂਗੇ ਤੇ ਤਦ ਤੱਕ ਲਈ ਧੰਨਵਾਦ।